ਗੁੱਡ ਮਾਰਨਿੰਗ ਗੁੱਡ ਮਾਰਨਿੰਗ एवरीवन ਸਟੂਡੈਂਟਸ ਅੱਜ 15 ਜੂਨ ਹੈ ਅਤੇ 15 ਜੂਨ ਦੇ ਇਸ ਕਰੰਟ ਅਫੇਅਰ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਹਾਂ ਹਾਂਜੀ ਲਵਲੀਨ ਕਮਲਪ੍ਰੀਤ ਮਨਜੀਤ ਕੌਰ ਦੀਪਾਂਸ ਅੰਕੁਰ ਅਰੋੜਾ ਬੇਮਾਨ ਸੰਧੂ ਸਾਰੇ ਦੇ ਸਾਰੇ ਹੀ ਸਟੂਡੈਂਟਸ ਦਾ ਬਹੁਤ ਬਹੁਤ ਸਵਾਗਤ ਹੈ ਠੀਕ ਹੈ ਅਤੇ ਸਟੂਡੈਂਟਸ ਮੈਂ ਉਮੀਦ ਕਰਦਾ ਮੇਰੀ ਆਵਾਜ਼ ਅਤੇ ਪਿਕਚਰ ਦੋਨੋਂ ਕਲੀਅਰ ਆ ਰਹੇ ਹੋਣੇ ਇੱਕ ਵਾਰ ਫੇਰ ਵੀ ਮੈਨੂੰ ਜਲਦੀ ਨਾਲ ਤੁਸੀਂ ਦੱਸ ਦਿਵੋ ਤਾਂ ਕਿ ਆਪਾਂ ਅੱਜ ਦੀ ਕਲਾਸ ਦਾ ਸੈਸ਼ਨ ਹੈ ਉਸ ਦੀ ਜਲਦੀ ਤੋਂ ਸ਼ੁਰੂਆਤ ਕਰ ਸਕੀਏ ਜੀ ਠੀਕ ਹੈ ਜੀ ਹਾਂ ਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਅਮਨਦੀਪ ਜੀ ਹਾਂ ਜੀ ਠੀਕ ਹੈ ਤਾਂ ਸਟੂਡੈਂਟਸ ਜਲਦੀ ਨਾਲ ਇੱਕ ਵਾਰ ਮੈਨੂੰ 올 ਕਲੀਅਰ ਦੱਸ ਦਿਵੋ ਤਾਂ ਕਿ ਕਲਾਸ ਦੀ ਸ਼ੁਰੂਆਤ ਹੈ ਜਲਦੀ ਨਾਲ ਆਪਾਂ ਕਰ ਸਕੀਏ ਹਾਂਜੀ ਮੈਨੂੰ ਬਾਤ ਆਪਨੇ हां जी बच्चे आ, एक मिनट ਦਾ ਟਾਈਮ ਲੱਗੇਗਾ ਪਿਕਚਰ ਥੋੜਾ ਜਿਹਾ ਪ੍ਰੋਬਲਮ ਆ ਰਹੀ ਸੀ ਉਸ ਕਰਕੇ ਸਿਰਫ 1 ਮਿੰਟ ਦੇ ਵਿੱਚ ਹੈ ਪਿਕਚਰ ਵੀ ਅਤੇ ਆਵਾਜ਼ ਦੋਨੋਂ ਤੁਹਾਡੇ ਤੱਕ ਹੀ ਕਲੀਅਰ ਆ ਰਹੀਆਂ ਨੇ ਜਸਟ ਏ ਮਿੰਟ हां जी आई होप सो मेरी आवाज आ रही होगी ਤੁਹਾਨੂੰ दर्शन राजपूत सुखप्रीत कौर दीक्षा मनहास गुड मॉर्निंग गुड मॉर्निंग टू एवरीवन ਹਾਂਜੀ ਸਟੂਡੈਂਟਸ ਅੱਜ 15 ਜੂਨ ਹੈ ਅਤੇ ਅੱਜ ਦੇ ਕਰੰਟ ਅਫੇਅਰ ਦੇ ਵਿੱਚ ਤੁਹਾਡਾ ਸਵਾਗਤ ਹੈ ਹਾਂਜੀ ਮੈਂ ਉਮੀਦ ਕਰਦਾ ਹਾਂ ਕਿ ਇਹ ਜੋ ਪਿਕਚਰ ਹੈ ਅਤੇ ਜੋ ਆਵਾਜ਼ ਹੈ ਦੋਨੋਂ ਹੀ ਹੁਣ ਕਲੀਅਰ ਆ ਰਹੇ ਹੋਣੇ ਜੀ ਠੀਕ ਹੈ ਜੀ ਹਾਂਜੀ ਤਾਂ ਜੀ ਗੁਰਪ੍ਰੀਤ ਕੌਰ ਗੱਲਾਂ ਪੁੱਛ ਰਹੇ ਨੇ ਚੱਲ ਰਿਹਾ ਹਾਂਜੀ ਚਲੋ ਆਪਸ ਦੇ ਵਿੱਚ ਗੱਲਾਂ ਬਾਤਾਂ ਇਹਨਾਂ ਤੇ ਚੱਲ ਰਹੀਆਂ ਨੇ ਠੀਕ ਹੈ ਜੀ 올 ਗੁੱਡ ਚਲੋ ਥੈਂਕ ਯੂ ਵੈਰੀ ਮੱਚ ਸਟੂਡੈਂਟਸ ਤਾਂ ਸਟੂਡੈਂਟਸ ਸਭ ਤੋਂ ਪਹਿਲਾਂ ਅੱਜ ਦਾ ਜੋ ਵਿਚਾਰ ਹੈ ਠੀਕ ਹੈ ਉਸ ਬਾਰੇ ਗੱਲ ਕਰਦੇ ਹਾਂ ਤਾਂ ਸਟੂਡੈਂਟਸ ਅੱਜ ਦਾ ਜੋ ਵਿਚਾਰ ਹੈ ਕੀ ਕਹਿੰਦਾ ਹੈ ਕਿ ਸਟੂਡੈਂਟਸ ਸਾਡਾ ਜ਼ਿੰਦਗੀ ਦੇ ਪ੍ਰਤੀ ਜੋ ਰਵਈਆ ਹੈ ਠੀਕ ਹੈ ਜੋ ਵੀ ਰਹੇਗਾ ਤਾਂ ਜ਼ਿੰਦਗੀ ਦਾ ਵੀ ਰਵਈਆ ਸਾਡੇ ਪ੍ਰਤੀ ਸੇਮ ਟੂ ਸੇਮ ਹੀ ਹੈ ਠੀਕ ਹੈ ਤਾਂ ਸਟੂਡੈਂਟਸ ਟੇਟ ਫੋਰ ਟੈਟ ਵਾਲੀ ਜੋ ਹੈ ਇੱਥੇ ਕਹਾਵਤ ਹੈ ਕਿ ਜ਼ਿੰਦਗੀ ਪ੍ਰਤੀ ਸਾਡਾ ਰਵਈਆ ਸਾਡੇ ਲਈ ਜ਼ਿੰਦਗੀ ਦਾ ਰਵਈਆ ਤੈਅ ਕਰਦਾ ਹੈ ਠੀਕ ਹੈ ਤਾਂ ਹਮੇਸ਼ਾ ਇੱਥੇ ਜ਼ਿੰਦਗੀ ਦਾ ਸਾਡੇ ਪ੍ਰਤੀ ਰਵਈਏ ਦਾ ਜੋ ਮਤਲਬ ਹੈ ਉਹ ਕਿਸਮਤ ਵੀ ਹੈ ਸਟੂਡੈਂਟਸ ਠੀਕ ਹੈ ਤਾਂ ਜੋ ਕਿਸਮਤ ਕਈ ਵਾਰ ਆਪਾਂ ਕਹਿੰਦੇ ਆ ਕਿ ਸਾਡੀ ਜੋ ਕਿਸਮਤ ਹੈ ਸਾਡਾ ਸਾਥ ਨਹੀਂ ਦਿੰਦੀ ਤਾਂ ਸਟੂਡੈਂਟਸ ਕਿਸਮਤ ਦਾ ਮਤਲਬ ਰਵਈਆ ਹੀ ਹੁੰਦਾ ਹੈ ਤਾਂ ਅਸੀਂ ਕਿਸਮਤ ਦਾ ਸਾਥ ਦਈਏ ਅਸੀਂ ਆਪਣਾ ਸਾਥ ਦਈਏ ਤਾਂ ਸਟੂਡੈਂਟ ਜੋ ਕਿਸਮਤ ਵੀ ਹੈ ਜ਼ਿੰਦਗੀ ਵੀ ਸਾਡਾ ਸਾਥ ਜ਼ਰੂਰ ਦਵੇਗੀ ਠੀਕ ਹੈ ਤਾਂ ਇੱਥੇ ਸਾਰੇ ਹੀ ਸਟੂਡੈਂਟਸ ਦਾ ਸਵਾਗਤ ਹੈ ਠੀਕ ਹੈ ਕਾਫੀ ਸਟੂਡੈਂਟਸ ਆ ਚੁੱਕੇ ਨੇ ਅਤੇ ਸਟੂਡੈਂਟਸ ਸੈਸ਼ਨ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਅਤੇ ਅੱਗੇ ਜੋ ਹੈ ਸਾਡਾ ਜੋ ਸਭ ਤੋਂ ਪਹਿਲਾ ਸਟੂਡੈਂਟਸ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਅੱਜ ਦੇ ਕਰੰਟ ਅਫੇਅਰ ਦੇ ਵਿੱਚ ਸਟੂਡੈਂਟ ਇਹ ਤਾਂ ਤੁਹਾਨੂੰ ਪਤਾ ਹੈ ਹਰ ਰੋਜ਼ ਮੈਂ ਐਕਸਾਈਜ਼ ਬਾਰੇ ਦੱਸਦਾ ਕਿ ਐਕਸਾਈਜ਼ ਤੇ ਕੋਆਪਰੇਟਿਵ ਦਾ ਬੈਚ ਹੈ ਸਾਡਾ ਈਵਨਿੰਗ ਦੇ ਵਿੱਚ ਸਟਾਰਟ ਹੋ ਚੁੱਕਿਆ ਹੈ ਜੇ ਤੁਸੀਂ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ ਸਟੂਡੈਂਟਸ ਇਸ ਤੋਂ ਇਲਾਵਾ ਸਾਡਾ ਸੁਪਰ ਕੰਬੋ ਪੈਕ ਹੈ ਸਟੂਡੈਂਟਸ ਇਸ ਤੋਂ ਇਲਾਵਾ ਸਟੂਡੈਂਟਸ ਇੱਕ ਅਸੀਂ ਕਾਫੀ ਮਿਹਨਤ ਕਰਕੇ ਹੈ ਰਿਸਰਚ ਕਰਕੇ ਹੈ ਇੱਕ ਪਲਾਨ ਬਣਾਇਆ ਹੈ 50 ਡੇਸ ਦਾ ਪਲਾਨ ਜਿੰਨੇ ਵੀ ਸਟੂਡੈਂਟਸ ਠੀਕ ਹੈ ਜਿਨ੍ਹਾਂ ਨੇ ਹਜੇ ਤੱਕ ਠੀਕ ਹੈ ਤਿਆਰੀ ਨਹੀਂ ਸ਼ੁਰੂ ਕੀਤੀ ਜਾਂ ਫਿਰ ਉਹ ਸਟੂਡੈਂਟਸ ਜਿਨ੍ਹਾਂ ਨੇ ਆਪਣੀ ਤਿਆਰੀ ਕੰਪਲੀਟ ਕਰ ਲਈ ਹੈ ਅਤੇ ਹੁਣ ਰਿਵੀਜ਼ਨ ਦੀ ਜ਼ਰੂਰਤ ਹੈ ਤਾਂ ਸਟੂਡੈਂਟਸ ਉਹਨਾਂ ਲਈ ਅਸੀਂ ਇੱਕ ਪਲਾਨ ਬਣਾਇਆ ਹੈ ਅਤੇ ਇਹ ਜੋ ਪਲਾਨ ਹੈ ਸਟੂਡੈਂਟਸ ਠੀਕ ਹੈ 50 ਡੇਸ ਦਾ ਪਲਾਨ ਹੈ ਠੀਕ ਹੈ 50 ਡੇਸ ਦਾ ਪਲਾਨ ਹੈ ਜਿਦੇ ਵਿੱਚ ਅਸੀਂ ਸਟੂਡੈਂਟਸ ਤੁਹਾਨੂੰ ਸਾਰੀਆਂ ਨੇ ਸਾਰੀਆਂ ਰਿਕਾਰਡਡ ਜੋ ਵੀਡੀਓਜ਼ ਨੇ ਸਾਡੀਆਂ ਠੀਕ ਹੈ ਉਹ ਤਾਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਹੀ ਕਰਾਂਗੇ ਠੀਕ ਹੈ ਉਹ ਥੋੜੇ ਦੇ ਡਿਪੈਂਡ ਹੈ ਥੋੜੀ ਮਿਹਨਤ ਤੇ ਡਿਪੈਂਡ ਹੈ ਕਿ ਤੁਸੀਂ ਉਹਨਾਂ ਨੂੰ ਕਿੰਨਾ ਜਲਦੀ ਦੇਖ ਸਕਦੇ ਹੋ ਠੀਕ ਹੈ ਕਿਉਂਕਿ 8 ਅਗਸਤ ਦਾ ਪਟਵਾਰੀ ਦਾ ਪੇਪਰ ਆ ਚੁੱਕਿਆ ਹੈ ਲੇਕਿਨ ਉਸ ਦੇ ਨਾਲ-ਨਾਲ ਸਟੂਡੈਂਟਸ ਥਰਸਡੇ ਤੋਂ ਮਤਲਬ ਅੱਜ ਮੰਗਲਵਾਰ ਹੈ ਪਰਸੋ ਤੋਂ ਹਰ ਰੋਜ਼ ਇੱਕ 2 ਘੰਟੇ ਦਾ ਬੈਚ ਸਟਾਰਟ ਹੋਏਗਾ ਸਟੂਡੈਂਟਸ ਅਤੇ ਉਹ ਜੋ ਬੈਚ ਹੈ ਪੂਰਾ ਦਾ ਪੂਰਾ ਐਮਸੀਕਿਊਜ਼ ਬੇਸਡ ਕਲਾਸ ਰਹੇਗੀ ਤਾਂ ਐਮਸੀਕਿਊਜ਼ ਬੇਸਡ ਤਾਂ ਮਤਲਬ ਅਸੀਂ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਨਹੀਂ ਪੂਰਾ 100% ਅਸੀਂ ਉਸ ਦੇ ਵਿੱਚ ਤੁਹਾਡੇ ਨਾਲ ਵਾਅਦਾ ਕਰਦੇ ਆਂ ਕਿ ਜਿੰਨਾ ਵੀ ਸਿਲੇਬਸ ਪਟਵਾਰੀ ਦੇ ਸਿਲੇਬਸ ਦਾ ਮੈਂਸ਼ਨਡ ਹੈ ਉਸ ਨੂੰ ਅਸੀਂ ਐਮਸੀਕਿਊਜ਼ ਦੇ ਵਿੱਚ ਚੈੱਕ ਕਰਾਵਾਂਗੇ ਚਾਹੇ ਉਹ ਮੈਥ ਹੋਵੇ ਰੀਜ਼ਨਿੰਗ ਹੋਵੇ ਐਗਰੀਕਲਚਰ ਹੋਵੇ ਅਤੇ ਸਟੂਡੈਂਟਸ ਏਜ ਦੇ ਵਿੱਚ ਤੁਹਾਨੂੰ ਨਾਲ ਨਾਲ ਟੈਸਟ ਕਰਨੇ ਵੀ ਚਾਹੀਦੇ ਨੇ ਮੋਕ ਟੈਸਟ ਵੀ ਪ੍ਰੋਵਾਈਡ ਕਰਾਂਗੇ ਅਤੇ ਸਟੂਡੈਂਟਸ ਇਸ ਦੀ ਜੋ ਕੀਮਤ ਹੈ ਜਸਤੇ ਜਸ ਅਸੀਂ ਸਿਰਫ ਸਟੂਡੈਂਟਸ ਹਰ ਕੋਈ ਜੋ ਤਿਆਰੀ ਕਰਨਾ ਚਾਹੁੰਦਾ ਹੈ ਉਹ ਤਿਆਰੀ ਤੋਂ ਵਾਂਝਾ ਨਾ ਰਹੇ ਜਸਟ ਇਸ ਦੀ ਜੋ ਕੀਮਤ ਹੈ 9.99 ਹੈ ਸਟੂਡੈਂਟਸ ਰੱਖੀ ਹੈ ਤਾਂ ਤੁਸੀਂ ਇਸ ਦੇ ਵਿੱਚ ਜਲਦੀ ਤੋਂ ਐਡਮਿਸ਼ਨ ਲੈ ਸਕਦੇ ਹੋ ਸਟੂਡੈਂਟਸ ਇਹਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ ਠੀਕ ਹੈ 9353000041 ਤੇ ਠੀਕ ਹੈ ਇਹ ਮੈਨੂੰ ਤੁਸੀਂ WhatsApp ਕਰ ਸਕਦੇ ਹੋ ਤਾਂ ਸਟੂਡੈਂਟਸ ਇਹ ਇੱਕ 골ਡਨ ਅਪੋਰਚੁਨਿਟੀ ਹੈ ਠੀਕ ਹੈ ਹਰ ਬਾਰ ਇਹ ਨਹੀਂ ਹੁੰਦਾ ਠੀਕ ਹੈ ਕਿ ਸਟੂਡੈਂਟਸ ਕੀ ਇਸ ਦਾ ਫਾਇਦਾ ਹੋਏਗਾ ਕਿ ਨਹੀਂ ਹੋਏਗਾ ਡੈਫੀਨੇਟਲੀ ਹੋਏਗਾ ਠੀਕ ਹੈ ਲੇਕਿਨ ਤੁਸੀਂ 50 ਡੇਸ ਪੂਰੀ ਡੈਡੀਕੇਸ਼ਨ ਨਾਲ ਜੇ ਤੁਸੀਂ ਆਪਣਾ ਜੋ ਟਾਈਮ ਦਿੰਨੇ ਹੋ ਤਾਂ ਡੈਫੀਨੇਟਲੀ ਸਟੂਡੈਂਟਸ ਇਹ ਜੋ ਕੋਰਸ ਹੈ ਤੁਹਾਡੀ ਜ਼ਿੰਦਗੀ ਨੂੰ ਹੈ ਚੇਂਜ ਕਰ ਸਕਦਾ ਹੈ ਤਾਂ ਇਹ ਜੋ ਕੋਰਸ ਹੈ ਸਿਰ ਤੇ ਸਿਰ ਪਟਵਾਰੀ ਬਣ ਲਈ ਲਾਈਫ ਚੇਂਜੇਬਲ ਕੋਰਸ ਹੈ ਤਾਂ ਇਸ ਨੂੰ ਤੁਸੀਂ ਲੈ ਕੇ ਆਪਣੀ ਜੋ ਲਾਈਫ ਹੈ ਆਪਣੀ ਜ਼ਿੰਦਗੀ ਨੂੰ ਹੈ 360 ਡਿਗਰੀ ਦਾ ਟਰਨ ਹੈ ਦੇ ਸਕਦੇ ਹੋ ਸਟੂਡੈਂਟਸ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਸਟੂਡੈਂਟਸ ਅੱਜ ਜੋ ਪਹਿਲੀ ਜੋ ਨਿਊਜ਼ ਹੈ ਟ੍ਰਿਬਿਊਨ ਨਿਊਜ਼ਪੇਪਰ ਦੀ ਠੀਕ ਹੈ ਉਸ ਦੇ ਬਾਰੇ ਮੈਂ ਜ਼ਿਕਰ ਕਰਾਂਗਾ ਠੀਕ ਹੈ ਇਹ ਜੋ ਪਹਿਲੀ ਨਿਊਜ਼ ਹੈ ਸਟੂਡੈਂਟਸ ਠੀਕ ਹੈ ਇਹ ਪੇਪਰ ਦੇ ਵਿੱਚ ਕਦੇ ਵੀ ਨਹੀਂ ਆਏਗੀ ਠੀਕ ਹੈ ਕਦੇ ਵੀ ਨਹੀਂ ਇਸ ਤਰ੍ਹਾਂ ਦਾ ਆਏਗਾ ਕਿ ਜਦੋਂ ਆਰਟੀਪੀਸੀਆਰ ਦਾ ਟੈਸਟ ਹੈ ਹਿਮਾਚਲ ਵਾਲਾ ਨੇ ਰੋਕਿਆ ਸੀ ਤਾਂ ਕਿਹੜੇ ਸਟੇਟ ਦੇ ਲੋਕ ਨੇ ਠੀਕ ਹੈ ਇਸ ਤਰ੍ਹਾਂ ਹਿਮਾਚਲ ਦੇ ਵਿੱਚ ਐਂਟਰ ਕੀਤਾ ਜਿਵੇਂ ਕੋਈ ਜੇਲ੍ਹ ਦੇ ਵਿੱਚੋਂ ਇਹ ਕੈਦੀਆਂ ਨੂੰ ਰਿਹਾ ਕੀਤਾ ਹੋਵੇ ਠੀਕ ਹੈ ਤਾਂ ਸਟੂਡੈਂਟਸ ਇਹ ਕੱਲ੍ਹ ਦੀਆਂ ਤੇ ਪਰਸੋਂ ਦੀਆਂ ਖਬਰਾਂ ਨੇ ਲਗਭਗ 8000 ਵਹੀਕਲ ਨੇ 60 ਘੰਟਿਆਂ ਦੇ ਵਿੱਚ ਹੈ ਠੀਕ ਹੈ ਐਂਟਰ ਕਰ ਗਿਆ Shimla ਦੇ ਵਿੱਚ ਠੀਕ ਹੈ Shimla ਅਤੇ ਜੋ 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 Chandigarh Shimla highway ਹੈ ਪੂਰੀ ਤਰ੍ਹਾਂ ਹੈ ਜੋ ਹੈ ਫੁੱਲ ਆਨ ਹੋ ਗਿਆ ਠੀਕ ਹੈ ਬਹੁਤ ਵੱਡੇ ਜਾਮ ਲੱਗੇ ਉੱਥੇ 10-10 ਘੰਟੇ ਦੇ ਤਾਂ ਇਹ ਨਿਊਜ਼ ਨੂੰ ਦਿਖਾਉਣ ਦਾ ਸਿਰਫ ਮੇਰਾ ਇਹੀ ਮਕਸਦ ਹੈ ਕਿ ਸਟੂਡੈਂਟਸ ਸਾਡੀਆਂ ਆਦਤਾਂ ਦਾ ਜੋ ਮੈਂ ਜ਼ਿਕਰ ਕਰਨਾ ਚਾਹੁੰਦੇ ਠੀਕ ਹੈ ਕਈ ਵਾਰ ਅਸੀਂ ਮਜਬੂਰ ਹੁੰਨੇ ਹਾਂ ਠੀਕ ਹੈ ਤਾਂ ਸਾਡੀਆਂ ਜੋ ਆਦਤਾਂ ਨੇ ਸਟੂਡੈਂਟਸ ਠੀਕ ਹੈ ਉਹ ਚੰਗੀਆਂ ਨੇ ਮਾੜੀਆਂ ਨੇ ਇਹ ਤੁਸੀਂ ਆਪਣੇ ਆਪ ਡਿਸਾਈਡ ਕਰ ਸਕਦੇ ਹੋ ਇਸ ਖਬਰ ਬਾਰੇ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਲੇਕਿਨ ਸਟੂਡੈਂਟਸ ਕਈ ਵਾਰ ਸਾਡੀਆਂ ਆਦਤਾਂ ਇੰਨੀਆਂ ਜ਼ਿਆਦਾ ਹਾਵੀ ਹੋ ਜਾਂਦੀਆਂ ਨੇ ਸਾਡੇ ਤੇ ਸਾਨੂੰ ਖੁਦ ਨਹੀਂ ਪਤਾ ਲੱਗਦਾ ਕੀ ਅਸੀਂ ਇਹਨਾਂ ਤੋਂ ਦੂਰ ਕਿਵੇਂ ਜਾਈਏ ਅਸੀਂ ਇਹਨਾਂ ਤੋਂ ਆਪਣਾ ਖਹਿੜਾ ਕਿਵੇਂ ਛਡਾਈਏ ਜਾਂ ਅਸੀਂ ਸਟੂਡੈਂਟਸ ਕਿਵੇਂ ਇਹਨਾਂ ਨੂੰ ਕੰਟਰੋਲ ਕਰਕੇ ਲਾਈਫ ਨੂੰ ਬੈਟਰ ਕਰ ਸਕਦੇ ਹਾਂ ਤਾਂ ਇਸ ਤਰ੍ਹਾਂ ਦੀਆਂ ਹੋ ਸਕਦਾ ਹੈ ਹੋਰ ਬਹੁਤ ਸਾਰੀਆਂ ਜੋ ਆਦਤਾਂ ਨੇ ਆਪਣੇ ਦੇ ਵਿੱਚ ਹੋ ਸਕਦੀਆਂ ਨੇ ਤਾਂ ਇਹਨਾਂ ਸਾਰਿਆਂ ਬਾਰੇ ਸਟੂਡੈਂਟਸ ਨੂੰ ਸੋਚਣਾ ਚਾਹੀਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਐਨਾਲਿਸਿਸ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਚੰਗਾ ਹੈ ਕੀ ਮਾੜਾ ਹੈ ਠੀਕ ਹੈ ਤਾਂ ਸਟੂਡੈਂਟਸ ਇੱਥੇ ਮੈਂ ਕੋਈ ਪੜਨਾ ਨਹੀਂ ਚਾਹਾਂਗਾ ਠੀਕ ਹੈ ਲੇਕਿਨ ਇੱਥੇ ਸਟੂਡੈਂਟਸ ਬਹੁਤ ਕੁਝ ਇਹ ਵਿਆਹ ਕਰਦਾ ਹੈ ਕਿਉਂਕਿ ਪਰਸੋਂ ਆਰਟੀਸੀ ਆਰ दैट ਆਰਟੀ जो है उस तो बिना एंट्री अलाउड करती तो जो है पंजाब के जो लोग ने उ सारा जो हाईवे है फोलो ऑन करता जी ठीक है फिर स्टूडेंट्स दूजा जो क्वेश्चन है बड़ा इंपोर्टेंट है जी ठीक है तो पता है खरीफ सीजन आ चुका है ठीक है तो इन कह सकते हो कि जो झोने का जो बिजाई का टाइम या फिर नरमे का जो बिजाई का टाइम पीरियड आ चुका है इतने मैनुल्दी ये भी तो दस दू स्टूडेंट्स जो वाइट गोल्ड ठीक है ਕਿਸ ਫਸਲ ਨੂੰ ਕਿਹਾ ਜਾਂਦਾ ਹੈ ਅਤੇ ਇਹ ਜੋ ਫਸਲ ਹੈ ਸਭ ਤੋਂ ਜ਼ਿਆਦਾ ਕਿਸ ਜ਼ਿਲ੍ਹੇ ਦੇ ਵਿੱਚ ਹੁੰਦੀ ਹੈ ਪੰਜਾਬ ਦੇ ਵਿੱਚ ਜਲਦੀ ਨਾਲ ਤੁਸੀਂ ਮੈਨੂੰ ਇਹ ਵੀ ਦੱਸੋ ਠੀਕ ਹੈ ਜੀ ਆ ਕਿ ਕਿ ਦੇ ਵਿੱਚ ਹੁੰਦੀ ਹੈ ਮੈਂ ਇਹਦੇ ਬਾਰੇ ਕੁਝ ਗੱਲਾਂ ਕਰਨਾ ਚਾਹਾਂਗਾ ਸਟੂਡੈਂਟਸ ਸਭ ਤੋਂ ਇੰਪੋਰਟੈਂਟ ਸਟੂਡੈਂਟਸ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਸਾਲ ਠੀਕ ਹੈ ਇਸ ਸਾਲ ਹੈ ਜੋ जो नरमे का जो भा है नरमे का जो एम एस पी है गवर्नमेंट ने कि रखा है छे हज़ार पच्ची रुपये रखा है क्वान्टल फॉर ए फॉर ए लोंग स्टेपल वराइटी ठीक है तो छः हज़ार पच्ची जो लास्ट ईयर स्टूडेंट्स कि अठवंजा सौ पची से ठीक है मैं आप थोड़ा पढ़ लें फार्मर इन द स्टेट हैव गोन इन फॉर ए कॉटन कल्टीवे फॉर मच बिगर स्केल दिस ईयर इस साल ज़्यादा जो धरती है रकबा है जो नरमे के अंडर है स्टूडेंट्स आएगा लगभग बवंजा हज़ार जो है हेक्टर जमीन के उपर है नरमे की जो बिजाई है की जा रही है ठीक है डिपार्टमेंट शोस दैट अगेंस्ट टू पॉइंट फाइव वन लैक हैक्टेयर एरिया अंडर कोटन लास्ट ईयर लास्ट ईयर स्टूडेंट्स यगभग दो लख कवंजा हज़ार लख हैेयर से ठीक है जो इस साल के है लगभग लग, तीन लाख तीन हजार हैक्टेयर है नरमे ज जो, जो है नरमे की जो बिजाई है हो रही है स्टूडेंट्स ये फैक्ट ज़्यादा इंपॉर्टेंट नहीं है एक तो जो मैं थोड़ा कि ए जो cotton crop was procured ek ta important hai ki students eh jo jo cotton hai jo narma hai narmey di khareeddari kis organization dwara ki jati jandi hai ta itthe main isnu underline kar dena cotton corporation of india dwara students cci dwara theek hai ate jo last year theek hai at the msp of 5825 a quintal theek hai jo last year hoya si the remaining kyunki students kuch hai sarkari khareedte hai khareed liya janda hai ਕੁਝ ਨੂੰ ਹੈ ਪ੍ਰਾਈਵੇਟ ਜੋ ادارے ਨੇ ਉਹ ਹੀ ਖਰੀਦ ਲੈਂਦੇ ਨੇ ਠੀਕ ਹੈ ਲੇਕਿਨ ਦਾ ਸੈਂਟਰ ਯੈਸਟਰਡੇ ਕੱਲ ਜੋ ਅਨਾਉਂਸ ਹੋਇਆ ਸਟੂਡੈਂਟਸ 625 ਰੁਪਏ ਇ ऐसे ਯਾਦ ਰੱਖਣਾ ਹੈ ਕੁਝ ਦਿਨ ਪਹਿਲਾਂ ਤੁਹਾਨੂੰ ਮੈਂ ਛੋਣੇ ਦਾ ਵੀ ਭਾਅ ਦੱਸਿਆ ਸੀ ਠੀਕ ਹੈ ਜੋ ਇਸ ਸਾਲ ਖਰੀਫ ਜੋ ਖਰੀਫ ਸੀਜ਼ਨ ਦੀ ਜੋ ਸਭ ਤੋਂ ਵੱਡੀ ਫਸਲ ਮੰਨੀ ਜਾਂਦੀ ਹੈ ਝੋਨਾ ਠੀਕ ਹੈ ਚਾਵਲ ਉਸ ਦਾ ਜੇ ਤੁਹਾਨੂੰ ਯਾਦ ਹੈ ਐਮ ਐਸ ਪੀ ਤਾਂ ਮੈਨੂੰ ਜ਼ਰੂਰ ਤੁਸੀਂ ਲਿਖ ਕੇ ਦੱਸੋ ਤਾਂ ਇੱਥੇ ਸਟੂਡੈਂਟਸ 6025 ਰੁਪਏ ਹੈ ਨਰਮੇਦਾ ਜੋ ਕਾਟਨ ਦਾ ਇਹਨਾਂ ਨੇ ਭਾਅ ਰੱਖਿਆ ਹੈ ਸੀਸੀਆਈ ਨੇ ਦਾ ਪ੍ਰਾਈਸ ਇਜ਼ ਦਾ బిਗੇਸਟ ਡਿਸਾਈਡਿੰਗ ਫੈਕਟਰ ਫਾਰ ਫਾਰਮਰਸ ਠੀਕ ਹੈ ਓਬਵੀਅਸਲੀ ਗੱਲ ਹੈ ਜੀ ਜਿਸ ਦਾ ਪ੍ਰਾਈਸ ਜ਼ਿਆਦਾ ਹੋਏਗਾ ਕਿਸਾਨ ਜ਼ਿਆਦਾ ਅਟਰੈਕਟਿਵ ਹੁੰਦੇ ਨੇ ਉਸ ਫਸਲ ਲਈ ਜੀ ਠੀਕ ਹੈ ਤਾਂ ਹਰਸਿਮਰਨ ਅ ਯੰਗ ਕਾਟਨ ਗਰੋਅਰ ਫਾਰ ਮਾਨਸਾ ਫਾਰਮਰ ਲਾਜ਼ ਹੈਵ ਆਲਸੋ ਫੋਰਸਡ ਮੈਨੀ ਫਾਰਮਰਸ फियर लूम्स दैट एम एस पी ओन वीट एंड पेडी वुड स्टोप ठीक है तो स्टूडेंट्स इतने तो जो है किसानों का जो अंदोलन चल रहा है उसका भी व्डा प्रभाव है इन्हों फसलों उपर या कि फसलों की तरफ जाया जाए तो उस दे उसर पीक है ठीक है तो इतने मैं गसना चाहगा स्टूडेंट्स कि कि इनक्रीज़ होया लवलीन ने दस बहत्तर रुपये इनक्रीज़ होया वेरी गुड लेकिन एक्चुअल जम एस पी कि होया अठारह सौ ठीक है कोई अठारह सौ बाहठ दस रहे नहीं लेकिन आंसर है अठारह सौ अठाठ वन एट सिक्स एट स्टूडेंट्स ठीक है ए राइस का ਜੋ ਸਾਡਾ ਐਮਐਸਪੀ ਹੈ ਇਸ ਸਾਲ ਦਾ 1868 ਮੈਂ ਇੱਥੇ ਲਿਖ ਦਿੰਦਾ ਠੀਕ ਹੈ ਜੀ ਅਤੇ ਨਾਲ ਹੀ ਨਾਲ ਜੋ ਨਰਮੇ ਦੀ ਜੋ ਐਮਐਸਪੀ ਹੈ ਉਹ ਦੇ ਰਹੀ ਹੈ ਗਵਰਨਮੈਂਟ 6025 ਰੁਪਏ ਪ੍ਰਤੀ ਕੁਇੰਟਲ ਜੀ ਠੀਕ ਹੈ ਜੀ ਬਹੁਤ ਹੀ ਬੈਟਰ ਆਨਸਰ ਆ ਰਹੇ ਨੇ ਸਟੂਡੈਂਟਸ ਠੀਕ ਹੈ ਚਲੋ ਤੁਸੀਂ ਆਨਸਰ ਦੇ ਰਹੇ ਹੋ ਤੁਹਾਨੂੰ ਯਾਦ ਹੈ ਥਿਸ ਇਜ਼ ਵੈਰੀ ਮੱਚ ਇੰਪੋਰਟੈਂਟ ਅਤੇ ਜਿਵੇਂ ਗੱਲ ਕਰਾਂ ਸਟੂਡੈਂਟਸ ਜੋ ਵਾਈਟ 골ਡ ਦੀ ਤਾਂ ਇਹ ਨਰਮੇ ਨੂੰ ਕਪਾਹ ਨੂੰ ਇਹੀ ਕਿਹਾ ਜਾਂਦਾ ਹੈ ਸਟੂਡੈਂਟਸ ਅਤੇ ਵਾਈਟ 골ਡ ਸਭ ਤੋਂ ਜ਼ਿਆਦਾ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਹੁੰਦਾ ਹੈ ਸਟੂਡੈਂਟਸ ਮਾਨਸਾ ਠੀਕ ਹੈ ਜੋ ਹੈ ਸਾਊਥ ਪੰਜਾਬ ਦੇ ਵਿੱਚ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਸਟੂਡੈਂਟਸ ਅਗਲੀ ਜੋ ਨਿਊਜ਼ ਹੈ ਅਗਲੀ ਨਿਊਜ਼ ਵੀ ਸਟੂਡੈਂਟਸ ਇੰਪੋਰਟੈਂਟ ਹੈ ਠੀਕ ਹੈ ਕਈ ਵਾਰ ਸਾਨੂੰ ਕੁਝ ਮਿਸਲੀਨੀਅਸ ਦੇ ਕੁਐਸਚਨਸ ਆ ਜਾਂਦੇ ਨੇ ਕਿ ਇਹ ਜੋ ਡਾਂਸ ਹੈ ਠੀਕ ਹੈ ਇਹ ਜੋ ਫੈਸਟੀਵਲ ਹੈ ਕਿੱਥੇ ਆਰਗੇਨਾਈਜ਼ ਕੀਤਾ ਜਾਂਦਾ ਹੈ ਠੀਕ ਹੈ ਜਿਵੇਂ ਜਿਵੇਂ ਪੰਜਾਬ ਨਾਲ ਜੁੜਾ ਦੇਖਾਂ ਸਟੂਡੈਂਟਸ ਠੀਕ ਹੈ ਪੰਜਾਬ ਦੇ ਤਾਂ ਆਲਮੋਸਟ ਤੁਹਾਨੂੰ ਯਾਦ ਹੀ ਹੋਣਗੇ ਜਿਵੇਂ ਮੈਂ ਜੇ ਤੁਹਾਨੂੰ ਪੁੱਛਾਂ ਸਟੂਡੈਂਟਸ ਕਿ ਜਰਗ ਦਾ ਮੇਲਾ ਕਿ ਜਰਗਦਾ ਮੇਲਾ ਕਿੱਥੇ ਹੈ ਆਰਗੇਨਾਈਜ਼ ਕਰਿਆ ਜਾਂਦਾ ਹੈ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ ਠੀਕ ਹੈ ਆਰਗੇਨਾਈਜ਼ ਹੁੰਦਾ ਕਿਹੜੇ ਜ਼ਿਲ੍ਹੇ ਦੇ ਵਿੱਚ ਇਸ ਨੂੰ ਸੈਲੀਬ੍ਰੇਟ ਕਰਿਆ ਜਾਂਦਾ ਠੀਕ ਹੈ ਜਾਂ ਫਿਰ ਬਾਬਾ ਸੋਡਲ ਮੇਲਾ ਠੀਕ ਹੈ ਇਹ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ ਸੈਲੀਬ੍ਰੇਟ ਕਰਿਆ ਜਾਂਦਾ ਇਸ ਤੋਂ ਇਲਾਵਾ ਜੋ ਧਾਰਮਿਕ ਮੇਲੇ ਨੇ ਵਿਸਾਖੀ ਹੈ ਠੀਕ ਹੈ ਇਸ ਤੋਂ ਇਲਾਵਾ ਜੋ ਦੀਵਾਲੀ ਹੈ ਜੋ ਸਭ ਤੋਂ ਜ਼ਿਆਦਾ ਵਧੀਆ ਤਰੀਕੇ ਨਾਲ ਕਿੱਥੇ ਆਰਗੇਨਾਈਜ਼ ਕਰੀ ਜਾਂਦੀ ਹੈ ਹੋਲਾ ਮਹੱਲਾ ਕਿੱਥੇ ਆਰਗੇਨਾਈਜ਼ ਕਰਿਆ ਜਾਂਦਾ ਆਈ ਹੋਪਸ ਤੁਹਾਨੂੰ ਸਾਰੇ ਯਾਦ ਹੋਣਗੇ ਜਿਵੇਂ ਦੱਸਿਆ ਵੀ ਹੈ ਅਰਵਿੰਦਰ ਰੇਂਜ ਜਰਗਦਾ ਮੇਲਾ ਲੁਧਿਆਣੇ ਹੈ ਜੀ ਤਾਂ ਬ ਠੀਕ ਹੈ ਜਿਵੇਂ ਵਿਸਾਖੀ ਦਾ ਮੇਲਾ ਤਲਵੰਡੀ ਸਾਬੋ ਦੇ ਵਿੱਚ ਹੈ ਜੀ ਠੀਕ ਹੈ ਹੋਲਾ ਮੱਲਾ ਹੈ ਅਨੰਦਪੁਰ ਸਾਹਿਬ ਦੇ ਵਿੱਚ ਹੈ ਬਸੰਤ ਪੰਚਮੀ ਪਟਿਆਲੇ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਹੈ ਉੱਥੇ ਇੱਕ ਅਫੀਸ਼ੀਅਲ ਤੌਰ ਤੇ ਜ਼ਿਆਦਾ ਵੱਡਾ ਸੈਲੀਬ੍ਰੇਟ ਕਰਿਆ ਜਾਂਦਾ ਹੈ ਤਾਂ ਉਸੇ ਤਰੀਕੇ ਨਾਲ ਸਟੂਡੈਂਟਸ ਇੱਕ ਪੰਜਾਬ ਤੋਂ ਬਾਹਰ ਦਾ ਇੱਕ ਮੇਲਾ ਹੈ ਜੀ ਠੀਕ ਹੈ ਅਤੇ ਇਹ ਮੇਲਾ ਸਟੂਡੈਂਟ ਕਿੱਥੋਂ ਦਾ ਜੰਮੂ ਦਾ ਹੈ ਠੀਕ ਹੈ ਜੰਮੂ ਦੇ ਵਿੱਚ ਤੁਹਾਨੂੰ ਪਤਾ ਹੈ ਡੋਗਰੀ ਫੈਸਟੀਵਲਸ ਕਿਉਂਕਿ ਡੋਗਰਾ ਦਾ ਇੱਥੇ ਰਾਜ ਰਿਹਾ ਹੈ ਠੀਕ ਹੈ 200 300 ਸਾਲ ਪਹਿਲਾਂ ਤਾਂ ਉੱਥੇ ਡੋਗਰੀ ਕਲਚਰ ਹੈ ਤਾਂ ਡੋਗਰੀ ਕਲਚਰ ਨਾਲ ਠੀਕ ਹੈ ਟਾਮ ਡੇ ਠੀਕ ਹੈ ਜੀ ਟਾਮ ਡੇ ਪੱਕਾ ਤੇ ਤੁਹਾਨੂੰ ਪੇਪਰ ਦੇ ਵਿੱਚ ਆ ਜੇ ਠੀਕ ਹੈ ਬਿਲਕੁਲ ਸੰਭਾਵਨਾ ਹੁੰਦੀ ਹੈ ਇਸ ਤਰ੍ਹਾਂ ਦੇ ਕੁਐਸਚਨਸ ਦੀ ਟਾਮ ਡੇ ਜੋ ਫੈਸਟੀਵਲ ਹੈ ਠੀਕ ਹੈ ਕਿਸ ਟ੍ਰੈਡੀਸ਼ਨ ਨਾਲ ਜੁੜਿਆ ਹੋਇਆ ਠੀਕ ਹੈ ਡੋਗਰੀ ਫੈਸਟੀਵਲ ਨਾਲ ਟ੍ਰੈਡੀਸ਼ਨਲ ਜੁੜਿਆ ਅਤੇ ਕਿੱਥੇ ਸੈਲੀਬ੍ਰੇਟ ਕਰਾਇਆ ਜਾਂਦਾ ਹੈ ਇਹ ਜੋ ਸੈਲੀਬ੍ਰੇਟ ਕਰਾਇਆ ਜਾਂਦਾ ਜੰਮੂ ਦੇ ਵਿੱਚ ਕਰਾਇਆ ਜਾਂਦਾ ਸਟੂਡੈਂਟਸ ਠੀਕ ਹੈ ਜਿਵੇਂ ਤੁਸੀਂ ਸੁਣਿਆ ਹੋਵੇਗਾ ਬਿਹੂ ਹੈ ਠੀਕ ਹੈ ਅਸਾਮ ਗੂੜੀ ਪੜਵਾ ਹੈ ਮਹਾਰਾਸ਼ਟਰਾ ਪੋਂਗਲ ਹੈ ਕੇਰਲਾ ਠੀਕ ਹੈ ਤਾਂ ਇਸ ਤਰ੍ਹਾਂ ਦੇ ਜੋ ਫੈਸਟੀਵਲਸ ਨੇ ਬੜੇ ਇੰਪੋਰਟੈਂਟ ਨੇ ਕਿਉਂਕਿ ਆਮ ਤੌਰ ਤੇ ਪੋਂਗਲ ਬਿਹੂ ਗੁੜੀ ਪੜਵਾ ਇਹ ਸ ਹੀ ਸੁਣੇ ਹੋਏ ਹੁੰਦੇ ਨੇ ਠੀਕ ਹੈ ਲੇਕਿਨ লাম ਡੇ ਠੀਕ ਹੈ ਜੀ ਯਾਦ ਰੱਖਣਾ ਸੌਰੀ ਟਾਮ ਡੇ ਤਾਂ ਟਾਮ ਡੇ ਇੱਕ ਡੋਗਰੀ ਫੈਸਟੀਵਲ ਹੈ ਜੋ ਜੰਮੂ ਦੇ ਵਿੱਚ ਹੈ ਜਾਂ ਜੰਮੂ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਹੈ ਸੈਲੀਬ੍ਰੇਟ ਕਰਿਆ ਜਾਂਦਾ ਸਟੂਡੈਂਟਸ ਠੀਕ ਹੈ ਜੀ ਇਸ ਨੂੰ ਯਾਦ ਰੱਖਣਾ ਹਾਂਜੀ ਤਾਂ ਹਾਂਜੀ ਬਿਲਕੁਲ ਜੀ ਨਵੀ ਸਿੰਘ ਕਹਿ ਰਹੇ ਨੇ ਜੀ ਪਠਾਨਕੋਟ ਵੀ ਕਰਿਆ ਜਾਂਦਾ ਜੀ ਠੀਕ ਹੈ ਫਿਰ ਸਟੂਡੈਂਟਸ ਜੋ ਜੋ ਗਵਰਨਮੈਂਟ ਵੱਲੋਂ ਕੁਝ ਆંકੜੇ ਆਏ ਨੇ ਫਿਰ ਅੱਜ ਦੇ ਨਿਊਜ਼ਪੇਪਰ ਦੇ ਵਿੱਚ ਕੱਲ ਆંકੜੇ ਆਏ ਸੀ ਕੱਲ ਸ਼ਾਮ ਦੇ ਜੋ ਨਿਊਜ਼ ਚੈਨਲ ਸੀ ਉੱਥੇ ਵੀ ਕਾਫੀ ਚਰਚਾ ਹੋਈ ਸੀ ਕਿ ਹੋਲ ਸੇਲ ਜੋ ਪ੍ਰਾਈਸ ਇਨਫਲੇਸ਼ਨ ਹੈ ਠੀਕ ਹੈ ਕਾਫੀ ਜ਼ਿਆਦਾ ਵਧੀ ਹੈ ਸਟੂਡੈਂਟਸ ਠੀਕ ਹੈ ਲਗਭਗ ਹੈ ਜੋ ਲਗਭਗ 13% ਦੇ ਕਰੀਬ ਹੈ ਇਸ ਦੇ ਵਿੱਚ ਉਛਾਲ ਆਇਆ ਹੈ ਠੀਕ ਹੈ ਲੇਕਿਨ ਉਸ ਤੋਂ ਪਹਿਲਾਂ ਸਟੂਡੈਂਟਸ ਮੈਂ ਤੁਹਾਨੂੰ ਦੋ ਤਿੰਨ ਬੜੀਆਂ ਇੰਪੋਰਟੈਂਟ ਚੀਜ਼ਾਂ ਦੱਸਦਾ ਠੀਕ ਹੈ ਆਮ ਤੌਰ ਤੇ ਜੋ ਇਕਨੋਮਿਕਸ ਵਾਲਾ ਇਹ ਜੋ ਪਾਰਟ ਹੈ ਠੀਕ ਹੈ ਇਨਫਲੇਸ਼ਨ ਕਈ ਵਾਰ ਦੋ ਤਿੰਨ ਬੜੇ ਜੋ ਹਾਰਡ ਐਂਡ ਫਾਸਟ ਕੁਐਸਚਨਸ ਨੇ ਜੋ ਆ ਜਾਂਦੇ ਨੇ ਪੇਪਰਸ ਦੇ ਵਿੱਚ ਪੰਜਾਬ ਦੇ ਪੇਪਰਸ ਦੇ ਵਿੱਚ ਵੀ ਠੀਕ ਹੈ ਸਟੂਡੈਂਟਸ ਇੱਥੇ ਪਹਿਲਾ ਜੋ ਕੁਐਸਚਨ ਹੈ ਪਹਿਲਾ ਕੁਐਸਚਨ ਹੈ ਕਿ ਹਾਂਜੀ ਕਈ ਵਾਰ ਹੁੰਦੇ ਠੀਕ ਹੈ ਜੀ वट इज इन्फ्लेशन ठीक है तो स्टूडेंट उस चार ऑप्शन होंगे ने जी ठीक है इनक्रीज इन डिमांड डिक्रीज इन सप्लाई डिफरेंस between demand and supply increases ਠੀਕ ਹੈ ਜੀ ਤਾਂ ਜੋ ਡਿਮਾਂਡ ਤੇ ਸਪਲਾਈ ਦੇ ਵਿੱਚ ਡਿਫਰੈਂਸ ਹੋ ਇਨਕਰੀਸ ਹੋ ਜਾਂਦਾ ਹੈ ਰਾਈਜ਼ ਪ੍ਰਾਈਸ ਆਫ ਗੁੱਡਸ ਇਹ ਇੱਕ ਪੈਟ ਕੁਸਚਨ ਹੈ ਸਟੂਡੈਂਟਸ ਮੈਂ SSC ਦੇ ਵਿੱਚ ਬਹੁਤ ਵਾਰ ਦੇਖਿਆ ਠੀਕ ਹੈ ਪੰਜਾਬ ਦੇ ਐਗਜ਼ਾਮਸ ਦੇ ਵਿੱਚ ਬਹੁਤ ਵਾਰ ਬਹੁਤ ਵਾਰ ਦੇਖਿਆ ਠੀਕ ਹੈ ਤੁਹਾਡੇ ਅਕੋਰਡਿੰਗ ਇਸ ਦਾ ਆਨਸਰ ਸਹੀ ਕੀ ਹੋਏਗਾ ਜੀ ਠੀਕ ਹੈ ਰਾਹੁਲ ਕਹਿ ਰਿਹਾ ਨਹੀਂ ਥਰਡ ਆਨਸਰ ਹੋਏਗਾ ਠੀਕ ਹੈ ਜੀ ਤਾਂ ਸਟੂਡੈਂਟਸ ਵਟ ਇਜ਼ ਇਨਫਲੇਸ਼ਨ ਮਹਿੰਗਾਈ ਕੀ ਹੈ ਠੀਕ ਹੈ ਮਹਿੰਗਾਈ ਕੀ ਹੈ ਕਿ ਡਿਮਾਂਡ ਦਾ ਵੱਧ ਜਾਣਾ ਸਪਲਾਈ ਦਾ ਘਟ ਜਾਣਾ ਜਾਂ ਡਿਮਾਂਡ ਅਤੇ ਸਪਲਾਈ ਦੇ ਵਿੱਚ ਜੋ ਡਿਫਰੈਂਸਸ ਨੇ ਉਹ ਇਨਕਰੀਜ਼ ਹੋ ਜਾਣਾ ਜਾਂ ਫਿਰ ਜੋ ਜੋ ਗੁੱਡਸ ਨੇ ਠੀਕ ਹੈ ਉਹਨਾਂ ਦੇ ਪ੍ਰਾਈਸ ਦੇ ਵਿੱਚ ਇਨਕਰੀਜ਼ ਹੋ ਜਾਣਾ ਠੀਕ ਹੈ ਸਟੂਡੈਂਟਸ ਇੱਥੇ ਵੈਸੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਾਫੀ ਸਟੂਡੈਂਟਸ ਸਹੀ ਆਨਸਰ ਦੇ ਰਹੇ ਨੇ ਆਮ ਤੌਰ ਤੇ ਸਟੂਡੈਂਟਸ ਮੈਕਸਿਮਮ ਜੋ ਬੱਚੇ ਨੇ ਇਸ ਦਾ ਜੋ ਆਨਸਰ ਹੈ 3 ਲਗਾ ਰਹੇ ਨੇ ਸਟੂਡੈਂਟਸ ਠੀਕ ਹੈ ਜੀ ਇੱਥੇ ਸਟੂਡੈਂਟਸ ਜਿਨ੍ਹਾਂ ਨੂੰ ਹਜੇ ਵੀ ਸਮਝ ਨਹੀਂ ਆਇਆ ਕਿ ਇਸ ਦਾ ਆਨਸਰ 4th ਕਿਉਂ ਹੈ ਠੀਕ ਹੈ ਰਾਈਜ਼ ਇਨ ਪ੍ਰਾਈਸਸ ਆਫ ਗੁੱਡਸ ਨੂੰ ਹੀ ਠੀਕ ਹੈ ਚੀਜ਼ਾਂ ਦਾ ਭਾਅ ਜਦੋਂ ਵੱਧ ਜਾਂਦਾ ਹੈ ਉਸ ਨੂੰ ਇਸੀ ਮਹਿੰਗਾਈ ਕਹਿੰਦੇ ਆ ਇਹ ਆਨਸਰ ਮੈਂ ਕਿਉਂ ਦੇ ਰਿਹਾ ਸਟੂਡੈਂਟਸ ਜੇ ਮੈਂ ਇਸ ਕੁਐਸਚਨ ਨੂੰ ਚੇਂਜ ਕਰਦਾ ਠੀਕ ਹੈ ਇਹ ਮੈਂ ਕੁਐਸਚਨ ਲਿਖ ਰੀਜ਼ਨਸ ਆਫ ਇਨਫਲੇਸ਼ਨ ਠੀਕ ਹੈ ਇਨਫਲੇਸ਼ਨ ਦੇ ਰੀਜ਼ਨਸ ਕੀ ਨੇ ਉਹਦੇ ਕਾਰਨ ਕੀ ਨੇ ਤਾਂ ਫਿਰ ਤੁਸੀਂ ਈਜ਼ੀਲੀ ਸਮਝ ਸਕਦੇ ਹੋ ਦੋਨੋਂ ਕੁਐਸਚਨਸ ਦਾ ਡਿਫਰੈਂਸ ਕਿਉਂਕਿ ਜੋ ਡਿਮਾਂਡ ਅਤੇ ਸਪਲਾਈ ਦੇ ਵਿੱਚ ਜੋ ਗੈਪ ਆ ਜਾਂਦਾ ਹੈ ਜੋ ਉਸ ਦੇ ਵਿੱਚ ਡਿਫਰੈਂਸ ਆ ਜਾਂਦਾ ਹੈ ਉਹ ਰੀਜ਼ਨ ਹੋ ਸਕਦਾ ਹੈ ਮਹਿੰਗਾਈ ਦਾ ਠੀਕ ਹੈ ਇਨਫਲੇਸ਼ਨ ਦਾ ਰੀਜ਼ਨ ਹੋ ਸਕਦਾ ਹੈ ਲੇਕਿਨ ਉਹ ਇਨਫਲੇਸ਼ਨ ਨਹੀਂ ਹੋ ਸਕਦਾ ਇਹ ਜੋ ਇਨਫਲੇਸ਼ਨ ਹੈ ਠੀਕ ਹੈ ਇਹ ਸਿਰਫ ਤੇ ਸਿਰਫ ਪਾਵਧਨਾ ਹੁੰਦਾ ਸਟੂਡੈਂਟ ਠੀਕ ਹੈ ਦੂਜੀ ਚੀਜ਼ ਮੈਂ ਇੱਥੇ ਇਹ ਦੱਸਣਾ ਚਾਹਾਂਗਾ ਠੀਕ ਹੈ ਕੀ ਸਟੂਡੈਂਟਸ ਜਦੋਂ ਅਸੀਂ ਇਨਫਲੇਸ਼ਨ ਦੀ ਗੱਲ ਕਰਦੇ ਆਂ ਤੇ ਸਾਨੂੰ ਇਨਫਲੇਸ਼ਨ ਦਾ ਪਤਾ ਕਿਵੇਂ ਲੱਗਦਾ ਹੈ ਕਿ ਇਹ ਜਿਵੇਂ ਸਾਡਾ ਕੁਐਸਚਨ ਹੈ ਕਿ ਜੇ ਹੌਲ ਸੇਲ ਪ੍ਰਾਈਸ ਇਨਫਲੇਸ਼ਨ ਹੈ ਵਧਿਆ ਇਸ ਦੇ ਨਾਲ ਨਾਲ ਰਿਟੇਲ ਇਨਫਲੇਸ਼ਨ ਵੀ ਵਧਿਆ ਤਾਂ ਸਾਨੂੰ ਪਤਾ ਕਿਵੇਂ ਲੱਗਦਾ ਹੈ ਕਿ ਇਨਫਲੇਸ਼ਨ ਵਧਿਆ ਹੈ ਜਾਂ ਘਟਿਆ ਉਸ ਦੇ ਲਈ ਸਟੂਡੈਂਟਸ ਕੰਪੈਰੀਜ਼ਨ ਕਰਨਾ ਪੈਂਦਾ ਠੀਕ ਹੈ ਕੰਪੈਰੀਜ਼ਨ ਜਦੋਂ ਤੁਸੀਂ ਕਰੋਗੇ ਤਾਂ ਉਸ ਲਈ ਜ਼ਰੂਰੀ ਹੈ ਕਿ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਬੇਸ ਈਅਰ ਹੋਣਾ ਚਾਹੀਦਾ ਕਿ ਤੁਸੀਂ ਕਿਸ ਸਾਲ ਨਾਲ ਹੈ ਜੋ ਆਪਣਾ ਜੋ ਹੈ ਕੰਪੈਰੀਜ਼ਨ ਕਰੋਗੇ ਤਾਂ ਯਾਦ ਰੱਖਣਾ ਤਾਂ ਇਨਫਲੇਸ਼ਨ ਜੋ ਕੈਲਕੂਲੇਟ ਕਰੀ ਜਾਂਦੀ ਹੈ ਬੇਸイヤー ਤੇ ਕਰੀ ਜਾਂਦੀ ਹੈ 2011-12 ਹੈ ਜੋ ਤਾਂ 2011-12 ਦਾ ਜੋ ਕੰਪੈਰੀசன் ਨਾਲ ਹੈ ਦੇਖਿਆ ਜਾਂਦਾ ਹੈ ਕਿ ਮਹਿੰਗਾਈ ਕਿੰਨੀ ਵਧੀ ਹੈ ਜਾਂ ਕਿੰਨੀ ਘਟੀ ਹੈ ਠੀਕ ਹੈ ਜਾਂ ਫਿਰ ਸਟੂਡੈਂਟਸ ਕਈ ਵਾਰ ਪਿਛਲੇ ਸਾਲ ਦੇ ਅਕੋਰਡਿੰਗ ਵੀ ਇਸ ਨੂੰ ਕੈਲਕੂਲੇਟ ਕਰਾਇਆ ਜਾਂਦਾ ਹੈ ਠੀਕ ਹੈ ਲੇਕਿਨ ਆਮ ਤੌਰ ਤੇ ਬੇਸイヤー ਇੱਕ ਪੈਰਾਮੀਟਰ ਹੈ ਜਿਸ ਨਾਲ ਇਨਫਲੇਸ਼ਨ ਨੂੰ ਕੈਲਕੂਲੇਟ ਕਰਾਇਆ ਜਾਂਦਾ ਤਾਂ ਸਾਡੀ ਪਿਛਲੇ 6 ਮਹੀਨੇ ਦੇ ਵਿੱਚ ਅਸੀਂ ਦੇਖਿਆ ਸਟੂਡੈਂਟਸ ਰਿਟਰੀਅਲ ਇਨਫਲੇਸ਼ਨ ਦੇ ਵਿੱਚ ਵੀ ਕਾਫੀ ਵਾਧਾ ਹੋਇਆ ਠੀਕ ਹੈ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਸਪੈਸ਼ਲੀ ਅੱਜਕੱਲ ਕਾਫੀ ਵਿਵਾਦ ਦੇ ਵਿੱਚ ਵੀ ਹੈ ਕਿ ਸਰੋਂ ਦਾ ਤੇਲ ਠੀਕ ਹੈ ਸਰੋਂ ਦਾ ਜੋ ਤੇਲ ਹੈ ਲਗਭਗ ਉਸ ਦੀ ਜੋ ਕੀਮਤ ਹੈ ਲਗਭਗ 60% ਤੋਂ ਵੀ ਜ਼ਿਆਦਾ ਹੈ ਇਨਕਰੀਜ਼ ਹੋਈ ਹੈ ਠੀਕ ਹੈ ਅਤੇ ਅਸੀਂ ਉਸ ਕਰਕੇ ਹੈ ਕਾਫੀ ਚਰਚਾ ਦੇ ਵਿੱਚ ਨੇ ਪਿਛਲੇ 2-3 ਮਹੀਨੇ ਤੋਂ ਅਦਾਨੀ ਗਰੁੱਪ ਹੈ ਜੋ ਕਿਉਂਕਿ ਅਦਾਨੀ ਗਰੁੱਪ ਹੀ ਸਭ ਤੋਂ ਜ਼ਿਆਦਾ ਜੋ ਵੱਡਾ ਕਾਰੋਬਾਰ ਹੈ ਉਹਨਾਂ ਦਾ ਜੋ ਫੂਡ ਪ੍ਰੋਡਕਸ਼ਨਲ ਜੁੜੇ ਹੋਏ ਸਪੈਸ਼ਲੀ ਜੋ ਸਰੋਂ ਦੇ ਤੇਲ ਨਾਲ ਜੁੜੇ ਹੋਏ ਜੋ ਪੈਕਿੰਗਸ ਨੇ ਕਾਫੀ ਚਰਚਾ ਦੇ ਵਿੱਚ ਸੀ ਅਸੀਂ ਕੁਝ ਦਿਨ ਪਹਿਲਾਂ ਪੜਿਆ ਵੀ ਸੀ ਕਿ ਕੁਝ ਸਰਵੇਜ਼ ਕਹਿੰਦੇ ਨੇ ਕਿ ਲਾਕਡਾਊਨ ਤੋਂ ਬਾਅਦ ਠੀਕ ਹੈ ਲਾਕਡਾਊਨ ਤੋਂ ਬਾਅਦ ਦੁਨੀਆ ਦੇ ਵਿੱਚ ਮੈਂ ਸਿਰਫ ਇੰਡੀਆ ਦੀ ਗੱਲ ਨਹੀਂ ਕਰ ਰਿਹਾ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਜੋ ਪੈਸਾ ਕਮਾਉਣ ਵਾਲਾ ਇਨਸਾਨ ਹੈ ਠੀਕ ਹੈ ਉਹ ਪਿਛਲੇ 1.5 ਸਾਲ ਦੇ ਵਿੱਚ ਹੈ ਦੈਟ ਇਜ਼ ਦਾ ਅਦਾਨੀ ਤਾਂ ਡੂਰਿੰਗ ਦਾ ਲਾਕਡਾਊਨ ਡੂਰਿੰਗ ਦਾ ਕੋਵਿਡ ਪੀਰੀਅਡ ਸਭ ਤੋਂ ਜ਼ਿਆਦਾ ਜੋ ਬੈਨੀਫਿਟ ਹੋਇਆ ਉਹ ਅਦਾਨੀਜ਼ ਨੂੰ ਹੋਇਆ ਠੀਕ ਹੈ ਤਾਂ ਅਦਾਨੀ ਗਰੁੱਪ ਨੂੰ ਹੋਇਆ ਤਾਂ ਸਟੂਡੈਂਟਸ ਇਹ ਜੋ ਵਧੀਆਂ ਨੀ ਕੀਮਤਾਂ ਇਸ ਦਾ ਜੋ ਫਾਰਮਰਜ਼ ਨੂੰ ਉਹਨਾਂ ਜ਼ਿਆਦਾ ਵੈਸੇ ਫਾਇਦਾ ਅਜੇ ਤੱਕ ਨਹੀਂ ਹੋ ਸਕਿਆ ਸਰੋਂ ਦੇ ਰੇਟ ਨੇ ਉਹਨਾਂ ਦੇ ਵਿੱਚ ਕੋਈ ਵੱਡਾ ਉਛਾਲ ਨਹੀਂ ਆਇਆ ਹੈ ਠੀਕ ਹੈ ਤਾਂ ਹੋਲ ਸੇਲ ਜੋ ਪ੍ਰਾਈਸ ਨੇ ਲਗਭਗ 12.99% ਸਟੂਡੈਂਟਸ ਇਨਕਰੀਜ਼ ਹੋਏ ਨੇ ਠੀਕ ਹੈ ਔਨ ਅਕਾਊਂਟ ਆਫ ਰਾਈਜ਼ਿੰਗ ਪ੍ਰਾਈਸ ਆਫ ਇਨਰ ਦੇ ਵਿੱਚ ਚਾਹੇ ਉਹ ਕੱਚੇ ਤੇਲ ਦੀਆਂ ਕੀਮਤਾਂ ਹੋਣ ਚਾਹੇ ਉਹ ਮੈਨੂਫੈਕਚਰਡ ਗੁੱਡਸ ਹੋਣ ਚਾਹੇ ਹੋਰ ਜੋ ਆਮ ਜੋ ਸਿੱਖਾਂ ਦੇ ਵਿੱਚ ਸਮਾਨ ਯੂਜ਼ ਕਰਦੇ ਆ ਐਂਡ ਲੋ ਬੇਸ ਆਫ ਦਾ ਲਾਸਟ ਈਅਰ ਦਾ ਲਾਸਟ ਈਅਰ ਦੇ ਕੰਪੈਰੀਜ਼ਨ ਹੈ ਜੋ ਜੋ ਮਹਿੰਗਾਈ ਹੈ ਜੇ ਕੋਈ ਪ੍ਰੋਡਕਟ ਲਾਸਟ ਈਅਰ 12 ਰੁਪਏ ਦਾ ਸੀ ਤਾਂ ਹੁਣ ਉਹ ਜੋ ਪ੍ਰੋਡਕਟ ਹੈ ਹੋਲ ਸੇਲ ਦੇ ਵਿੱਚ ਹੈ ਲਗਭਗ 113 ਰੁਪਈਆ ਦਾ ਹੋ ਚੁੱਕਾ ਹੈ ਹੋਲ ਸੇਲ ਪ੍ਰਾਈਸ ਇੰਡੈਕਸ ਦੇ ਵਿੱਚ ਸਟੂਡੈਂਟਸ ਜੋ ਹੈ ਮਹਿੰਗਾਈ ਵਧਣਾ ਬ ज़्यादा इन जो इन्फ्लेशन है इंक्रीज़ नहीं होती, ठीक है? द अमाउंट रेट ऑफ़ इन्फ्लेशन बेस्ड ऑन मंथली वीपीआई बाज 12.94 परसेंट फॉर मई 2021, लास्ट ईयर मई द कंपैरिज़न ये लगभग है 13 परसेंट है इंक्रीज़ हुई है, ठीक है? तो महंगाई ਵੀ ਸਟੂਡੈਂਟਸ ਬਹੁਤ ਹੀ ਜੋ ਹੈ ਇੰਪੋਰਟੈਂਟ ਇੱਕ ਟਾਪਿਕ ਹੈ ਇਨਫਲੇਸ਼ਨ ਹੈ इवन ਸਾਡੇ ਪਟਵਾਰੀ ਦੇ ਸਿਲੇਬਸ ਦੇ ਵਿੱਚ ਹੈ ਇਹ ਮੈਂਸ਼ਨ ਵੀ ਕੀਤਾ ਹੋਇਆ ਠੀਕ ਹੈ ਇੱਥੇ ਮੈਂ ਦੋ ਤਿੰਨ ਹੋਰ ਟਰਮਸ ਤੁਹਾਨੂੰ ਦੱਸਣਾ ਚਾਹਾਂਗਾ ਸਟੂਡੈਂਟਸ ਅੱਗੇ ਵਧਣ ਤੋਂ ਪਹਿਲਾਂ ਠੀਕ ਹੈ ਕਈ ਵਾਰ ਪੇਪਰ ਦੇ ਵਿੱਚ ਆ ਜਾਂਦੀ ਹੈ ਠੀਕ ਹੈ ਸਭ ਤੋਂ ਪਹਿਲਾਂ ਇੱਕ ਤਾਂ ਜੀ ਹਾਈਪਰ ਇਨਫਲੇਸ਼ਨ ਸਟੂਡੈਂਟਸ ਠੀਕ ਹੈ ਜੀ ਹਾਈਪਰ ਇਨਫਲੇਸ਼ਨ ਕੀ ਹੁੰਦੀ ਹੈ ਠੀਕ ਹੈ ਬਹੁਤ ਵਾਰ ਪੇਪਰ ਦੇ ਵਿੱਚ ਆਈ ਹੋਈ ਹੈ ਠੀਕ ਹੈ ਜੀ ਹਾਈਪਰ ਇਨਫਲੇਸ਼ਨ ਸਟੂਡੈਂਟਸ ਇਹ ਹੁੰਦਾ ਤਾਂ ਰਜਿੰਦ ਹਾਂਜੀ ਤਾਂ ਕਾਫੀ ਸਟੂਡੈਂਟਸ ਇੱਥੇ ਮੈਂ ਉਮੀਦ ਕਰਦਾ ਕਿ ਆਪਾਂ ਗੱਲਬਾਤ ਦਾ ਜੋ ਹੈ ਸਟੂਡੈਂਟ ਆਪਸ ਦੇ ਵਿੱਚ ਰੱਖੇ ਨਾ ਕਿ ਤੁਸੀਂ ਆਪਸ ਦੇ ਵਿੱਚ ਜੋ ਗੱਲਾਂ ਬਾਤਾਂ ਕਰੋ ਤਾਂ ਸਟੂਡੈਂਟਸ ਹਾਈਪਰ ਇਨਫਲੇਸ਼ਨ ਹੁੰਦੀ ਹੈ ਜਦੋਂ ਮਹਿੰਗਾਈ ਆਪਣੇ ਬਿਲਕੁਲ ਉੱਚਤਮ ਸਤਰ ਤੇ ਹੁੰਦੀ ਹੈ ਠੀਕ ਹੈ ਬਿਲਕੁਲ ਹਾਇਰ ਸਟੇਜ ਤੇ ਹੁੰਦੀ ਹੈ ਠੀਕ ਹੈ ਤਾਂ ਉਸ ਨੂੰ ਅਸੀਂ ਹਾਈਪਰ ਅਸੀਂ ਆਮ ਤੌਰ ਤੇ ਬੋਲਦੇ ਨਾ ਕਿ ਹਾਈਪਰ ਨਾ ਹੋਵੋ ਹਾਈਪਰ ਮਤਲਬ ਗੁੱਸੇ ਦੇ ਵਿੱਚ ਨਾ ਹੋ ਬਹੁਤ ਜ਼ਿਆਦਾ ਤੁਸੀਂ ਜੋ ਹੈ ਹਾਇਰ ਸਟੇਟ ਦੇ ਵਿੱਚੋਂ ਤਾਂ ਹਾਈਪਰ ਇਨਫਲੇਸ਼ਨ ਸਟੂਡੈਂਟਸ ਬਹੁਤ ਵਾਰ ਆਇਆ ਹੈ ਇਹ ਜੋ ਕੁਐਸਚਨ ਹੈ ਇਸ ਨੂੰ ਯਾਦ ਰੱਖਣ ਠੀਕ ਹੈ ਇਸ ਤੋਂ ਇਲਾਵਾ ਕਈ ਹੋਰ ਤਰ੍ਹਾਂ ਦੀ ਵੀ ਇਨਫਲੇਸ਼ਨ ਹੁੰਦੀ ਹੈ ਉਹ ਵੀ ਤੁਸੀਂ ਹੈ ਸਟੂਡੈਂਟਸ ਆਪਣੇ ਜੋ ਨੋਟਸ ਦੇ ਵਿੱਚੋਂ ਹੈ ਜੋ ਤੁਸੀਂ ਬਣਾਏ ਹੋ ਉਹਨਾਂ ਤੋਂ ਉਹਨਾਂ ਦੇ ਵਿੱਚੋਂ ਦੇਖ ਸਕਦੇ ਹੋ ਫਿਰ ਸਟੂਡੈਂਟਸ ਅਗਲੀ ਜੋ ਨਿਊਜ਼ ਹੈ ਠੀਕ ਹੈ ਜੀ ਉਹ जो है इज़राइल न जुड़ी है असी कल भी पढ़िया इजराइल के जो नवे प्राइम मिनिस्टर बने ने जी बेंजामिन न्यू ने हूँ जो है उतों चले गए हैं तो नवे जो प्राइम मिनिस्टर ने नाम बार बार याद रखने स्टूडेंट्स क्योंकि बड़ा इंपोर्टेंट कंट्री है इज़राइल नफ्ताली बेनेट ठीक है जी तो न्यूली इलैक्ट प्राइम मिनिस्टर सैड ऑन मंडे दैट ही वॉज लुकिंग फॉरवर्ड भारत के स्टूडेंट्स ये जो अपने जो संबंध ने चंगे रखना चाहते हैं ठीक है तो स्टूडेंट्स इन्हों की जो पार्टी है ठीक है तो इन्हों की पार्टी का नाम है यमिना पार्टी ठीक है इतने याद रखना है ਠੀਕ ਹੈ ਇਹਨਾਂ ਦੀ ਜੋ ਪਾਰਟੀ ਹੈ ਯਮੁਨਾ ਪਾਰਟੀ ਦੇ ਲੀਡਰ ਨੇ ਠੀਕ ਹੈ ਇੱਥੇ ਰਾਈਟ ਵਿੰਗ ਦੀ ਗੱਲ ਕੀਤੀ ਹੈ ਸਟੂਡੈਂਟਸ ਠੀਕ ਹੈ ਰਾਈਟ ਵਿੰਗ ਤੁਸੀਂ ਸ਼ਾਇਦ ਕਦੇ ਪੜਿਆ ਹੋਵੇਗਾ ਰਾਈਟ ਵਿੰਗ ਲੈਫਟ ਵਿੰਗ ਤਾਂ ਸਟੂਡੈਂਟਸ ਇੱਥੇ ਸਿੱਧੇ ਤੌਰ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਐਗਜ਼ਾਮਪਲ ਦੇ ਤੋ ਵਿਦ ਐਗਜ਼ਾਮਪਲ ਕਦੇ ਕੁਐਸਚਨ ਆਵੇ ਰਾਈਟ ਵਿੰਗ ਦਾ ਮਤਲਬ ਹੁੰਦਾ ਹੈ ਕਿ ਸਟੂਡੈਂਟਸ ਜੋ ਕਿਸੇ ਵਿਚਾਰਧਾਰਾ ਨੂੰ ਲੈ ਕੇ ਜੋ ਐਕਸਟਰੀਮਿਜ਼ਮ ਨੇ ਠੀਕ ਹੈ ਠੀਕ ਹੈ ਜਿਵੇਂ ਕਿ ਬੀਜਪੀ ਹੈ ਠੀਕ ਹੈ ਬੀਜਪੀ ਇੱਕ ਰਾਈਟ ਵਿੰਗ ਪਾਰਟੀ ਹੈ ਠੀਕ ਹੈ ਲੈਫਟ ਵਿੰਗ ਪਾਰਟੀ ਹੁੰਦੇ ਨੇ ਠੀਕ ਹੈ ਉਹ ਕਮਿਊਨਿਸਟ ਪਾਰਟੀਆਂ ਨੂੰ ਅਸੀਂ ਬੋਲਦੇ ਨੇ ਠੀਕ ਹੈ ਤਾਂ ਜੋ ਰਾਈਟ ਵਿੰਗ ਨੇ ਠੀਕ ਹੈ ਕੋਈ ਜੋ ਵਿਚਾਰਤਾ ਰਹਾ ਹੈ ਜਾਂ ਕੋਈ ਜੋ ਚਾਹੇ ਸਪਿਰਚੁਅਲ ਹੋਵੇ ਚਾਹੇ ਕੋਈ ਵੀ ਇਮੋਸ਼ਨਲ ਮੁੱਦੇ ਨੂੰ ਲੈ ਕੇ ਜੋ ਬਹੁਤ ਹੀ ਜ਼ਿਆਦਾ ਐਕਸਟਰੀਮਿਜ਼ਮ ਦੇ ਉੱਪਰ ਹੁਣ ਉਹਨਾਂ ਨੂੰ ਅਸੀਂ ਰਾਈਟ ਵਿੰਗ ਬੋਲਦੇ ਨੇ ਲੈਫਟ ਵਿੰਗ ਜਿਵੇਂ ਕਿ ਸਾਡੇ ਕਮਿਊਨਿਸਟ ਨੇ ਸੈਂਟ੍ਰਿਕ ਅਸੀਂ ਜੋ ਦੋਨਾਂ ਦਾ ਮਿਕਸਚਰ ਹੋਣ ਜਿਵੇਂ ਕਿ ਕਾਂਗਰਸ ਪਾਰਟੀ ਨੂੰ ਸੈਂਟ੍ਰਿਕ ਪਾਰਟੀ ਹੈ ਕਿਹਾ ਜਾਂਦਾ ਹੈ ਸਟੂਡੈਂਟਸ ਠੀਕ ਹੈ ਤਾਂ ਇੱਥੇ ਥੋੜਾ ਜਿਹਾ ਯਾਦ ਰੱਖਣਾ ਪੇਪਰ ਦੇ ਵਿੱਚ ਆਉਣ ਦੀ ਥੋੜੀ ਠੀਕ ਹੈ ਉਹ ਖਤਮ ਹੋ ਚੁੱਕੀ ਹੈ ਅਤੇ ਨਵੇਂ ਜੋ ਪ੍ਰਾਈਮ ਮਿਨਿਸਟਰ ਨੇ ਇਜ਼ਰਾਈਲ ਦੇ ਨਫਤਾਲੀ ਬੈਨਟ ਠੀਕ ਹੈ ਇਸ ਨਿਊਜ਼ ਨੂੰ ਲੈ ਕੇ ਆਉਣ ਦਾ ਇਹੀ ਮੋਟਿਵ ਸੀ ਕਿ ਇੱਕ ਵਾਰ ਰਿਵਾਈਜ਼ ਹੋ ਜਾਏ ਤੁਹਾਡੇ ਮਾਈਂਡ ਦੇ ਵਿੱਚ ਆ ਜਾਵੇ ਕਿ ਇਹ ਜੋ ਹੈ ਜੋ ਹੈ ਨਵੇਂ ਜੋ ਪ੍ਰਾਈਮ ਮਿਨਿਸਟਰ ਨੇ ਦੁਬਾਰਾ ਦੁਬਾਰਾ ਸੀ ਰਿਵਾਈਜ਼ ਕਰਨਗੇ ਤਾਂ ਸਾਨੂੰ ਯਾਦ ਜ਼ਰੂਰ ਹੋ ਜਾਏਗਾ ਠੀਕ ਹੈ ਤਾਂ ਨਫਤਾਲੀ ਬੈਨਟ ਹਾਂਜੀ ਕੁਝ ਸਟੂਡੈਂਟਸ ਲਿਖ ਰਹੇ ਨੇ ਹਾਂਜੀ ਤਾਂ ਯਾਰ ਆਪਸ ਦੇ ਵਿੱਚ ਕਾਫੀ ਤੁਹਾਡੀ ਇਹ ਗੱਲਬਾਤ ਚੱਲ ਰਹੀ ਹੈ ਠੀਕ ਹੈ ਚਲੋ ਕੋਈ ਗੱਲ ਨਹੀਂ ਸਟੂਡੈਂਟਸ ਫੇਰ ਅਗਲਾ ਜੋ ਕੁਐਸਚਨ ਹੈ कि जी ਸਾਡੇ ਆਈਐਮਡੀ ਇੰਡੀਅਨ ਮੈਟਰੋਲੋਜੀਕਲ ਆਰਗੇਨਾਈਜੇਸ਼ਨ ਨੇ ਕਿਹਾ ਕਿ ਜੀ ਜੋ ਉਹਨ ਜੋ ਮੌਸਮ ਹੈ ਠੀਕ ਹੈ ਜੋ ਮੌਨਸੂਨ ਹੈ ਉਹ ਆ ਚੁੱਕਿਆ ਹੈ ਜੀ ਲਗਭਗ ਠੀਕ ਹੈ ਅਤੇ ਸਟੂਡੈਂਟਸ ਇਹ ਜੋ ਮੌਨਸੂਨ ਦਾ ਜੋ ਟਾਈਮ ਪੀਰੀਅਡ ਹੈ ਠੀਕ ਹੈ ਬੜਾ ਹੀ ਸੁਹਾਵਣਾ ਟਾਈਮ ਪੀਰੀਅਡ ਹੈ ਠੀਕ ਹੈ ਇਹ ਜੋ ਕੁਐਸਚਨ ਜੋ ਮੈਂ ਲੈ ਕੇ ਆਉਣ ਦਾ ਮੋਟਿਵ ਦੋ ਤਿੰਨ ਕੁਐਸਚਨਸ ਨੇ ਲੇਕਿਨ ਉਸ ਤੇ ਪਹਿਲਾਂ ਆਪ ਦੇਖ ਲਿਏ ਥੇ ਕੀ ਲਿਖਿਆ ਸਟੂਡੈਂਟਸ ਠੀਕ ਹੈ ਤਾਂ ਮੌਨਸੂਨ ਹੈਜ਼ ਹਿੱਟ ਦਾ ਰੀਜਨ अर्ਲੀ ਔਨ ਅ ਪੋਜ਼ਿਟਿਵ ਨੋਟ विद द एग्रीरियन स्टेट पंजाब ਅਤੇ ਹਰਿਆਣਾ ਦੇ ਵਿੱਚ ਹੈ ਰਿਸੀਵ ਹੋ ਚੁਕਿਆ ਹੈ ਸਟੂਡੈਂਟਸ ਠੀਕ ਹੈ ਜੂਨ ਦੇ ਮਹੀਨੇ ਦੇ ਵਿੱਚ ਆ ਚੁਕਿਆ ਹੈ ਤਾਂ 1 ਤੋਂ 14 ਜੂਨ ਦੇ ਵਿੱਚ ਲਗਭਗ ਜੋ ਹੈ 38 ਐਮ ਐਮ ਜੋ ਰੇਨਫਾਲ ਹੈ ਪੰਜਾਬ ਦੇ ਵਿੱਚ ਆਏਗੀ ਅੱਗੇ ਵਧੇਗੀ ਸਟੂਡੈਂਟਸ ਠੀਕ ਹੈ ਉਸ ਦੇ ਬਾਰੇ ਦੱਸਿਆ ਹੈ ਕਿ ਕਿੰਨੀ ਜੋ ਜਾਣਕਾਰੀ ਹੈ ਕਿੰਨੀ ਜੋ بارش ਹੋਣ ਦੀ ਸੰਭਾਵਨਾ ਹੁੰਦੀ ਹੈ ਠੀਕ ਹੈ ਹਾਲਾਂਕਿ ਆਈ ਐਮ ਡੀ ਬਾਰੇ ਜ਼ਿਆਦਾਤਰ ਇਹ ਕਿਹਾ ਜਾਂਦਾ ਹੈ ਕਿ ਇਹਨਾਂ ਦੀ ਜੋ ਸੰਭਾਵਨਾ ਹੈ ਠੀਕ ਹੋ ਵੀ ਜਾਂਦੀ ਹੈ ਠੀਕ ਨਹੀਂ ਵੀ ਹੁੰਦੀ ਕੋਈ 100% ਨਹੀਂ ਹੁੰਦਾ ਠੀਕ ਹੈ ਲੇਕਿਨ ਹਜੇ ਤੱਕ ਹੈ ਜੋ بارش ਹੈ ਸਟਾਰਟ ਹੋ ਚੁੱਕੀ ਹੈ ਜਿਵੇਂ ਕਿ ਸਾਨੂੰ ਪਤਾ ਹੈ ਸਟੂਡੈਂਟਸ ਸਭ ਤੋਂ ਪਹਿਲਾਂ ਤਾਂ ਇਹ ਮੌਨਸੂਨ ਬਾਰੇ ਮੌਸਮ ਸੰਬੰਧੀ ਜੋ ਜਾਣਕਾਰੀ ਸਾਨੂੰ ਪ੍ਰੋਵਾਈਡ ਕਰਦਾ ਹੈ ਉਹ ਕਰਦਾ ਹੈ ਆਈ ਐਮ ਡੀ ਸਟੂਡੈਂਟਸ ਇੰਡੀਅਨ ਮੈਟਰੋਲ ਠੀਕ ਹੈ ਮੈਂ 2 ਦਿਨ ਪਹਿਲਾਂ ਵੀ ਦੱਸਿਆ ਸੀ ਇਸ ਦੀ ਜੋ ਅੰਤਰਰਾਸ਼ਟਰੀ ਪੱਧਰ ਤੇ ਆਰਗੇਨਾਈਜੇਸ਼ਨ ਹੁੰਦੀ ਹੈ ਉਹ ਹੁੰਦੀ ਹੈ ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ ਜੋ ਕਿ ਜਨੀਵਾ ਦੇ ਵਿੱਚ ਹੈ ਠੀਕ ਹੈ ਸਵਿਟਜ਼ਰਲੈਂਡ ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ ਅਤੇ ਸਟੂਡੈਂਟਸ ਵਰਲਡ ਮੈਟਰੋਲੋਜੀਕਲ ਡੇ ਹਰ ਸਾਲ ਅਸੀਂ ਜੋ ਹੈ 23 ਮਾਰਚ ਨੂੰ ਹੈ ਸੈਲੀਬ੍ਰੇਟ ਕਰਦੇ ਹਾਂ ਸਟੂਡੈਂਟਸ ਠੀਕ ਹੈ ਜਿਸ ਦਿਨ ਸ਼ਹੀਦੀ ਦਿਵਸ ਹੁੰਦਾ ਹੈ ਉਸੇ ਦਿਨ ਵਰਲਡ ਮੈਟਰੋਲੋਜੀਕਲ ਡੇ ਵੀ ਹੁੰਦਾ ਹੈ ਤੇ ਮਾਰਚ ਨੂੰ ਠੀਕ ਹੈ ਜੀ ਇਸ ਤੋਂ ਇਲਾਵਾ ਸਟੂਡੈਂਟਸ ਜਿਵੇਂ ਮੌਨਸਨ ਜੋ ਸ਼ਬਦ ਦੀ ਗੱਲ ਕਰਾਂ ਸਟੂਡੈਂਟਸ ਠੀਕ ਹੈ ਤਾਂ ਇਹ ਪਾਲਿਟੀ ਦੇ ਵਿੱਚ ਵੀ ਬੜਾ ਇੱਕ ਮਹੱਤਵਪੂਰਨ ਸ਼ਬਦ ਹੈ ਠੀਕ ਹੈ ਜਿਵੇਂ ਤੁਹਾਨੂੰ ਪਤਾ ਹੈ ਸਟੂਡੈਂਟਸ ਸਾਡੇ ਪਾਰਲੀਮੈਂਟ ਦੇ ਵਿੱਚ ਠੀਕ ਹੈ ਹਰ ਸਾਲ ਤਿੰਨ ਤਰ੍ਹਾਂ ਦੇ ਜੋ ਸੈਸ਼ਨਸ ਨੇ ਠੀਕ ਹੈ ਲੱਗਦੇ ਨੇ ਤਾਂ ਤੇ ਤਿੰਨ ਤਰ੍ਹਾਂ ਦੇ ਸੈਸ਼ਨਸ ਇਹ ਕਿਹੜੇ-ਕਿਹੜੇ ਹੁੰਦੇ ਨੇ ਠੀਕ ਹੈ ਸਭ ਤੋਂ ਪਹਿਲਾਂ ਬਜਟ ਸੈਸ਼ਨ ਹੁੰਦਾ ਹੈ ਠੀਕ ਹੈ ਜੀ ਫੇਰ ਸਟੂਡੈਂਟਸ ਮੌਨਸੂਨ ਸੈਸ਼ਨ ਹੁੰਦਾ ਠੀਕ ਹੈ ਜੀ ਅਤੇ ਸਟੂਡੈਂਟਸ ਇਹ ਫੇਰ ਹੁੰਦਾ ਵਿੰਟਰ ਸੈਸ਼ਨ ਠੀਕ ਹੈ ਤਾਂ ਹੁਣ ਜੋ ਮੌਨਸੂਨ ਆ ਗਿਆ ਤਾਂ ਮੌਨਸੂਨ ਸੈਸ਼ਨ ਵੀ ਸਟਾਰਟ ਹੋ ਜਾਏਗਾ ਸਟੂਡੈਂਟ ਠੀਕ ਹੈ ਉਮੀਦ ਹੈ ਕਿਉਂਕਿ ਜੋ ਬਜਟ ਸੈਸ਼ਨ ਹੈ ਠੀਕ ਹੈ ਇਹ ਜੋ ਹੈ ਲਗਭਗ ਕੈਨਸਲ ਕਰ ਦਿੱਤਾ ਸੀ ਠੀਕ ਹੈ ਕਿਉਂਕਿ ਉਸ ਟਾਈਮ ਕੋਵਿਡ ਕਰਕੇ ਹੈ ਗਵਰਨਮੈਂਟ ਕਹਿੰਦੀ ਕਿ ਜੋ ਹੈ ਸੈਸ਼ਨ ਨੂੰ ਜੋ ਬੁਲਾਉਣਾ ਹੈ ਦੈਟ ਇਜ਼ ਨੋਟ ਗੁੱਡ ਠੀਕ ਹੈ ਤਾਂ ਉਮੀਦ ਕਰਦੇ ਆ ਕਿ ਇਸ ਮੌਨਸਨ ਸੈਸ਼ਨ ਦੇ ਵਿੱਚ ਹੈ ਜੋ ਹੈ ਫਸਲਾਂ ਬਾਰੇ ਕਿਸਾਨਾਂ ਦੇ ਨਾਲ ਜੁੜੇ ਜੋ ਕਾਨੂੰਨ ਬਣੇ ਨੇ ਠੀਕ ਹੈ ਉਹਨਾਂ ਬਾਰੇ ਹੈ ਚਰਚਾ ਹੋਏਗੀ ਬਹੁਤ ਗਰਮਾ ਗਰਮੀ ਹੋਏਗੀ ਇਸ ਦੀ ਪੂਰੀ ਜੋ ਸੰਭਾਵਨਾ ਸੀ ਕਰ ਸਕਦੇ ਸਟੂਡੈਂਟਸ ਠੀਕ ਹੈ ਦੋ ਤਿੰਨ ਹੋਰ ਕੁਐਸਚਨਸ ਮੈਂ ਦੱਸਦਾ ਜਾਂਦਾ ਜਾਂਦਾ ਇਸ ਸੈਸ਼ਨਸ ਦੇ ਵਿੱਚ ਸਟੂਡੈਂਟਸ ਸਭ ਤੋਂ ਪਹਿਲਾਂ ਸਭ ਤੋਂ ਜੋ ਵੱਡਾ ਸੈਸ਼ਨ ਹੈ ਸਟੂਡੈਂਟਸ ਹਮੇਸ਼ਾ ਯਾਦ ਰੱਖਣਾ ਠ ਜੋ ਹੈ ਬਜਟ ਸੈਸ਼ਨ ਸਭ ਤੋਂ ਜੋ ਛੋਟਾ ਸੈਸ਼ਨ ਹੈ ਠੀਕ ਹੈ ਉਹ ਹੁੰਦਾ ਹੈ ਸਾਡਾ ਵਿంటర్ ਸੈਸ਼ਨ ਸਟੂਡੈਂਟਸ ਠੀਕ ਹੈ ਕਿਸੇ ਵੀ ਦੋ ਸੈਸ਼ਨਸ ਦੇ ਵਿੱਚ ਠੀਕ ਹੈ ਜੀ ਕਿਸੇ ਵੀ ਦੋ ਸੈਸ਼ਨ ਦੇ ਵਿੱਚ ਮੈਕਸਿਮਮ ਜੋ ਡਿਫਰੈਂਸ ਹੈ ਕਿੰਨਾ ਹੋ ਸਕਦਾ 6 ਮਹੀਨੇ ਦਾ ਹੋ ਸਕਦਾ ਸਟੂਡੈਂਟ ਠੀਕ ਹੈ 6 ਮਹੀਨੇ ਤੋਂ ਜ਼ਿਆਦਾ ਜੋ ਡਿਫਰੈਂਸ ਹੈ ਦੋ ਸੈਸ਼ਨਸ ਦੇ ਵਿੱਚ ਹੈ ਨਹੀਂ ਹੋ ਸਕਦਾ ਠੀਕ ਹੈ ਅਤੇ ਹਰ ਸਾਲ ਠੀਕ ਹੈ ਇਸੇ ਸੀਕੁਐਂਸ ਦੇ ਵਿੱਚ ਸਟੂਡੈਂਟ ਜੋ ਬਜਟ ਹੈ ਠੀਕ ਹੈ ਬਜਟ ਪਹਿਲਾ ਸੈਸ਼ਨ ਹੁੰਦਾ ਹੈ ਸਾਲ ਦਾ ਅਤੇ ਸਟੂਡੈਂਟਸ ਬਜਟ ਸੈਸ਼ਨ ਦੇ ਸ਼ੁਰੂਆਤ ਹੋਣ ਤੋਂ ਪਹਿਲਾਂ ਇੱਕ ਜੁਆਇੰਟ ਸੈਸ਼ਨ ਕਰਵਾਇਆ ਜਾਂਦਾ ਹੈ ਦੋਨੋਂ ਹਾਊਸਸ ਦਾ ਠੀਕ ਹੈ ਜੁਆਇੰਟ ਸੈਸ਼ਨ ਜੋ ਹੁੰਦਾ ਹੈ ਠੀਕ ਹੈ ਬਜਟ ਸੈਸ਼ਨ ਤੋਂ ਪਹਿਲਾਂ ਹਰ ਸਾਲ ਕਰਵਾਇਆ ਜਾਂਦਾ ਹੈ ਜੁਆਇੰਟ ਦਾ ਮਤਲਬ ਹੈ ਕਿ ਜਦੋਂ ਲੋਕ ਸਭਾ ਰਾਜ ਸਭਾ ਇਕੱਠੇ ਬੈਠਦੇ ਨੇ ਠੀਕ ਹੈ ਤਾਂ ਇਹ ਹਰ ਸਾਲ ਸਟੂਡੈਂਟਸ ਹੁੰਦਾ ਹੈ ਅਤੇ ਜੋ ਬਜਟ ਸੈਸ਼ਨ ਦੀ ਸ਼ੁਰੂਆਤ ਹੈ ਜਾਂ ਬਜਟ ਦੀ ਜੋ ਪ੍ਰੈਜੈਂਟੇਸ਼ਨ ਹੈ 1 ਫਰਵਰੀ ਨੂੰ ਕਰੀ ਜਾਂਦੀ ਹੈ ਠੀਕ ਹੈ 2016 ਤੋਂ ਪਹਿਲਾਂ ਤਾਂ ਇਹ ਲਾਸਟ ਵਰਕਿੰਗ ਡੇ ਆਫ ਐਪ ਹੁੰਦਾ ਸੀ ਲੇਕਿਨ ਹੁਣ ਇਹ 1 ਫਰਵਰੀ ਤੋਂ ਕੀਤਾ ਜਾਂਦਾ ਹੈ ਬਜਟ ਸੈਸ਼ਨ ਸਟੂਡੈਂਟਸ ਠੀਕ ਹੈ ਜੀ ਤਾਂ ਇਸ ਬਾਰੇ ਜੋ ਨਿਊਜ਼ ਸੀ ਮੈਂ ਕਹ ਹੈ ਜੀ ਠੀਕ ਹੈ ਤਾਂ ਇਹ ਵਧੀਆ ਮੌਸਮ ਹੈ ਠੀਕ ਹੈ ਜੋ ਹੈ ਪੜਨ ਦੇ ਵਿੱਚ ਕੋਸ਼ਿਸ਼ ਕਰੋ ਜ਼ਿਆਦਾ ਮਨ ਲਗਾਓ ਠੀਕ ਹੈ ਕਿਉਂਕਿ ਸਟੂਡੈਂਟਸ ਇੱਕ ਚੰਗੀ ਗੱਲ ਵੀ ਹੈ ਠੀਕ ਹੈ ਕਿ ਚੰਗੀ ਗੱਲ ਹੈ ਕਿ ਪੇਪਰ ਆ ਰਹੇ ਨੇ ਠੀਕ ਹੈ ਪੇਪਰ ਆ ਰਹੇ ਨੇ ਤੁਸੀਂ ਫਿਲ ਕਰ ਰਹੇ ਹੋ ਠੀਕ ਹੈ ਅਤੇ ਹੁਣ ਜੋ ਡੇਟਸ ਵੀ ਅਨਾਉਂਸ ਹੋ ਰਹੀਆਂ ਨੇ ਲੇਕਿਨ ਸਟੂਡੈਂਟਸ ਇੱਥੇ ਇੱਕ ਸਾਡੇ ਲਈ ਚੈਲੈਂਜਿੰਗ ਗੱਲ ਇਹ ਹੋਏਗੀ ਕਿ ਜੋ ਪੇਪਰ ਨੇ ਠੀਕ ਹੈ ਅਗਸਤ ਤੋਂ ਬਾਅਦ ਜਾਂ ਅਗਸਤ ਦੇ ਮਹੀਨੇ ਦੇ ਵਿੱਚ ਠੀਕ ਹੈ ਇੱਕ ਵਾਰ ਪੇਪਰ ਸਟਾਰਟ ਹੋ ਗਏ ਤਾਂ ਸਟੂਡੈਂਟਸ ਪੇਪਰ ਇੰਨੇ ਜ਼ਿਆਦਾ ਆ ਚੁੱਕੇ ਨੇ ਕਿਉਂਕਿ ਉਮੀਦ ਹੈ ਕਿ ਜਨਵਰੀ ਜਾਂ ਦਸੰਬਰ ਦੇ ਵਿੱਚ ਚੌਣ ਜਾਬਤਾ ਲੱਗੇਗਾ ਤਾਂ ਪੇਪਰ ਵੀ ਹੋਣਗੇ ਉਹਨਾਂ ਦੀ ਪ੍ਰੋਸੈਸ ਵੀ ਫਾਸਟ ਹੋਏਗੀ ਪਰ ਹੋਣਗੇ ਤਾਂ ਤੁਹਾਡੀ ਜੋ ਤਿਆਰੀ ਹੈ ਸਟੂਡੈਂਟਸ ਬਹੁਤ ਹੀ ਸਟਰੋਂਗ ਹੋਣੀ ਚਾਹੀਦੀ ਹੈ ਤਾਂ ਕਿ ਸਟੂਡੈਂਟਸ ਪੇਪਰ ਚ ਲਗਾਤਾਰ ਹਰ ਹਫਤੇ ਵੀ ਹੁੰਦੇ ਰਹਿਣ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਜੀ ਇਸ ਗੱਲ ਦਾ ਜ਼ਰੂਰ ਤੁਸੀਂ ਧਿਆਨ ਰੱਖਣਾ ਸਟੂਡੈਂਟਸ ਇਸ ਤੋਂ ਬਾਅਦ ਹੈ ਸਟੂਡੈਂਟਸ ਅੱਜ ਦੇ ਜੋ ਕੁਝ ਐਮਸੀਕਿਊਜ਼ ਹੈ ਉਹਨਾਂ ਦੀ ਵੀ ਸ਼ੁਰੂਆਤ ਕਰਦੇ ਹਾਂ ਜੀ ਠੀਕ ਹੈ ਜੀ ਤਾਂ ਮਨਾਬ ਤਸੀਲਦਾਰ ਸਟੂਡੈਂਟਸ ਕਹੋ ਠੀਕ ਹੈ ਮੈਨੂੰ ਲੱਗਦਾ ਹੈ ਕਿ ਅਗਸਤ ਦੇ ਵਿੱਚ ਹੋਣ ਦੀ ਇਸ ਦੀ ਵੀ ਕਾਫੀ ਹੱਦ ਤੱਕ ਸੰਭਾਵਨਾ ਹੈ ਠੀਕ ਹੈ ਮੈਨੂੰ ਪਰਸਨਲ ਤੌਰ ਤੇ ਲੱਗਦਾ ਹੈ ਕਿ ਹੋ ਜਾਏਗਾ ਠੀਕ ਹੈ ਜੀ ਤਾਂ ਸਟੂਡੈਂਟਸ ਇੱਥੇ ਹੈ ਕੁਐਸ਼ਨਸ ਕਰਾਂਗੇ ਕੁਐਸ਼ਨਸ ਤੋਂ ਪਹਿਲਾਂ ਇੱਕ ਵਾਰ ਫੇਰ ਕਹਾਂਗਾ ਸਟੂਡੈਂਟਸ ਇੱਕ ਵਾਰ ਲਾਈਕ ਜ਼ਰੂਰ ਕਰ ਦਿਓ ਸੈਸ਼ਨ ਨੂੰ ਠੀਕ ਹੈ ਜੇ ਤੁਹਾਨੂੰ ਕੁਝ ਨਾ ਕੁਝ ਇਨਫੋਰਮ ਲਾਈਕ ਜ਼ਰੂਰ ਕਰ ਦਿਓ ਠੀਕ ਹੈ ਅਤੇ ਹਰੇਕ ਉਸ ਗਰੁੱਪ ਦੇ ਵਿੱਚ ਜੋ ਵੀ ਤੁਹਾਡਾ ਵਟਸਐਪ ਗਰੁੱਪ ਹੋਵੇ ਟੈਲੀਗ੍ਰਾਮ ਗਰੁੱਪ ਹੋਵੇ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਸੈਸ਼ਨ ਨੂੰ ਤਾਂ ਕਿ ਹਰੇਕ ਉਸ ਜ਼ਰੂਰਤਮੰਦ ਬੱਚੇ ਤੱਕ ਇਹ ਆਪਣਾ ਸੈਸ਼ਨ ਪਹੁੰਚ ਸਕੇ ਜਿਸ ਨੂੰ ਇਸ ਦੀ ਜ਼ਰੂਰਤ ਹੈ ਜੀ ਠੀਕ ਹੈ ਸੋ ਸਟੂਡੈਂਟਸ ਅੱਗੇ ਵਧਦੇ ਹਾਂ ਠੀਕ ਹੈ ਪਹਿਲਾ ਕੁਐਸਚਨ ਹੈ ਜੀ ਇੰਡੀਆ ਅਤੇ ਥਾਈਲੈਂਡ ਨਾਲ ਜੁੜਿਆ ਸਟੂਡੈਂਟਸ ਤਾਂ ਇਸ ਦੀ ਸਟੂਡੈਂਟਸ ਇੰਡੀਆ ਥਾਈਲੈਂਡ ਕੋਆਰਡੀਨੇਟਿਡ ਪੈਟ੍ਰੋਲ ਠੀਕ ਹੈ ਇੱਕ ਜੋ ਹੈ ਜੁਆਇੰਟ ਐਕਸਰਸਾਈਜ਼ ਹੋਈ ਹੈ ਸਟੂਡੈਂਟਸ ਠੀਕ ਹੈ ਇੰਡੀਆ ਅਤੇ ਥਾਈਲੈਂਡ ਦੀ ਨੇਵੀ ਦੀ ਤਾਂ ਸਟੂਡੈਂਟਸ ਉਸ ਦਾ ਨਾਮ ਹੈ ਕਾਰਪੇਟ ਕਾਰਪੇਟ ਦਾ ਮਤਲਬ ਹੈ ਇੰਡੀਆ ਥਾਈਲੈਂਡ ਕੋਆਰਡੀਨੇਟ ਪੈਟਰੋਲ ਠੀਕ ਹੈ ਤਾਂ ਇਹ ਜੋ ਇੰਡੀਆ ਥਾਈਲੈਂਡ ਦੀ ਜੋ ਕਾਰਪੇਟ ਨਾਮ ਦੀ ਇੰਡੀਅਨ ਨੇਵੀ ਦੀ ਅਤੇ ਥਾਈਲੈਂਡ ਨੇਵੀ ਦੀ ਜੁਆਇੰਟ ਨੇਵਲ ਐਕਸਰਸਾਈਜ਼ ਹੋਈ ਹੈ ਕਿੱਥੇ ਹੋਈ ਹੈ ਜੀ ਠੀਕ ਹੈ ਜੀ ਕਿੱਥੇ ਹੋਈ ਹੈ ਸਟੂਡੈਂਟਸ ਅੰਡੋਮਾਨ ਸੀ ਗਲਫ ਆਫ ਥਾਈਲੈਂਡ ਬੇ ਆਫ ਬੰਗਾਲ ਰੀਬਿੰਗ ਸੀ ਇੰਡੀਅਨ ਓਸ਼ੀਅਨ ਜੀ ਠੀਕ ਹੈ ਤਾਂ ਸਟੂਡੈਂਟਸ ਇਸ ਦਾ ਜੋ ਕਰੈਕਟ ਅੰਡੋਮਾਨ ਸੀ ਦੇ ਉੱਪਰ ਸਟੂਡੈਂਟ ਠੀਕ ਹੈ ਤਾਂ ਉੱਥੇ ਇਸ ਨੂੰ ਹੈ ਕਰਵਾਇਆ ਗਿਆ ਹੈ ਠੀਕ ਹੈ ਤਾਂ ਇੰਡੀਅਨ ਨੇਵੀ ਐਂਡ ਰਾਇਲ ਥਾਈ ਨੇਵੀ ਵਾਸ ਕੰਡਕਟਰ ਠੀਕ ਹੈ 9 ਤੋਂ 11 ਜੂਨ ਦੇ ਵਿਚਕਾਰੇ ਅਰੀ ਅੰਡੋਮਾਨ ਸੀ ਦੇ ਵਿੱਚ ਸਟੂਡੈਂਟਸ ਹੋਈ ਸੀ ਅਤੇ ਏਜ ਦੇ ਵਿੱਚ ਹੈ ਇੰਡੀਆ ਦੀ ਤਰਫ ਤੋਂ ਹੈ ਜੋ ਇੰਡੀਅਨ ਨੇਵਲ ਸ਼ਿਪ ਜੋ ਸਾਡਾ ਜਹਾਜ਼ ਸੀ ਸਰਿਊ ਠੀਕ ਹੈ ਉਸ ਨੇ ਹਿੱਸਾ ਲਿਆ ਸੀ ਠੀਕ ਹੈ ਜੀ ਇੰਡੀਜੀਨਿਅਸ ਬਿਲਟ ਨੇਵਲ ਆਫਸ਼ਰ ਪੈਟਰਲ ਵੋਸ ਠੀਕ ਹੈ ਤਾਂ ਜੋ ਸਰਿਊ ਯਾਦ ਰੱਖਣਾ ਇਹ ਵੀ ਪ੍ਰਸ਼ਨ ਆ ਸਕਦਾ ਹੈ ਕਿ ਸਰਿਊ ਨਾਮ ਦਾ ਇਹ ਜੋ ਜਹਾਜ਼ ਹੈ किस नेवी ਨਾਲ ਜੁੜਿਆ تھا ਇੰਡੀਅਨ ਨੇਵੀ ਨਾਲ ਹੈ ਸਟੂਡੈਂਟਸ ਜੁੜਿਆ ਹੋਇਆ ਠੀਕ ਹੈ ਜੀ ਫਿਰ ਸਟੂਡੈਂਟਸ ਅਗਲਾ ਜੋ ਕੁਐਸਚਨ ਹੈ ਠੀਕ ਹੈ ਉਸ ਤੋਂ ਪਹਿਲਾਂ ਮੈਂ ਕੱਲ ਵੀ ਆਪਣਾ ਨੇਵੀ ਨਾਲ ਜੁੜਿਆ ਇੱਕ ਕੁਐਸਚਨ ਸੀ ਯਾਦ ਹੋਏਗਾ ਉਸ ਟਾਈਮ ਦੱਸਿਆ ਵੀ ਸੀ ਨੇਵੀ ਡੇ ਹੈ 4 ਦਸੰਬਰ ਨੂੰ ਅਬਜ਼ਰਵ ਕਰਾਇਆ ਜਾਂਦਾ ਹੈ ਅਤੇ ਨੇਵੀ ਦੇ ਜੋ ਸਾਡੇ ਐਡਮਿਰਲ ਨੇ ਥੈਟ ਇਜ਼ ਦਾ ਐਡਮਿਰਲ ਕਰਮਬੀਰ ਸਿੰਘ ਜੀ ਠੀਕ ਹੈ ਜੀ ਹਾਂ ਜੀ ਫਿਰ ਸਟੂਡੈਂਟਸ ਅਗਲਾ ਜੋ ਕੁਐਸਚਨ ਹੈ ਠੀਕ ਹੈ ਅਗਲਾ ਕੁਐਸਚਨ ਹੈ ਸਟੂਡੈਂਟ ਸਾਡਾ ਵਟ ਵਾਸ ਦਾ ਟਾਰਗੇਟ ਹੀਅਰ ਸੈਟ ਟੂ ਐਲੀਮੀਨੇਟ ਤਾਂ ਸਟੂਡੈਂਟਸ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੀ ਰੀਸੈਂਟਲੀ ਜੋ ਮੀਟਿੰਗ ਹੋਈ ਹੈ ਠੀਕ ਹੈ ਤਾਂ ਜਨਰਲ ਅਸੈਂਬਲੀ ਦੇ ਮੀਟਿੰਗ ਦੇ ਵਿੱਚ ਜੋ ਏਡਸ ਨੂੰ ਖਤਮ ਕਰਨ ਬਾਰੇ ਜੋ ਚਰਚਾ ਹੋਈ ਸਟੂਡੈਂਟਸ ਠੀਕ ਹੈ ਇੱਥੇ ਮੈਨੂੰ ਜਲਦੀ ਨਾਲ ਤੁਸੀਂ ਦੱਸੋ ਏਡਸ ਦੇ ਕਦੋਂ ਹੁੰਦਾ ਹੈ ਅਤੇ ਏਡਸ ਦਾ ਫੁੱਲ ਫਾਰਮ ਕੀ ਹੈ ਤਾਂ ਸਟੂਡੈਂਟਸ ਇੱਥੇ ਏਡਸ ਜੋ ਬਿਮਾਰੀ ਨੂੰ ਖਤਮ ਕਰਨ ਦਾ ਜੋ ਟਾਰਗੇਟ ਹੀਅਰ ਹੈ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ ਕਿਸ ਸਾਲ ਨੂੰ ਰੱਖਿਆ ਹੈ ਸਟੂਡੈਂਟਸ ਠੀਕ ਹੈ ਤਾਂ 2050 2025 2045 2030 ਜਾਂ 2035 ਸਟੂਡੈਂਟਸ ਠੀਕ ਹੈ ਜੀ ਤਾਂ ਸਟੂਡੈਂਟਸ ਇੱਥੇ ਜੋ ਏਡਸ ਦੇ ਹੈ ਠੀਕ ਹੈ ਉਹ 1 ਦਸੰਬਰ ਨੂੰ ਹੈ ਆਬਜ਼ਰਵ ਕਰਿਆ ਜਾਂਦਾ ਹੈ ਪੂਰੀ ਦੁਨੀਆ ਭਰ ਦੇ ਵਿੱਚ ਅਤੇ ਇਸ ਦਾ ਜੋ ਫੁੱਲ ਫਾਰਮ ਹੈ ਦੈਟ ਇਜ਼ ਦਾ ਅਕਿਊਇਡ ਡੈਫੀਸ਼ੀਐਂਸੀ ਹਾਂ ਜੀ ਵੈਰੀ ਗੁੱਡ ਠੀਕ ਹੈ ਅਕਿਊਇਡ ਐਮੀਨੋ ਡੈਫੀਸ਼ੀਐਂਸੀ ਸਿੰਡਰੋਮ ਠੀਕ ਹੈ ਜੀ ਅਕਿਊਇਡ ਐਮੀਨੋ ਡੈਫੀਸ਼ੀਐਂਸੀ ਸਿੰਡਰੋਮ ਵੈਸੇ ਅੱਜ ਕੱਲ ਇਸ ਤਰ੍ਹਾਂ ਦੇ ਜੋ ਸਿੰਪਲ ਕੁਐਸਚਨਸ ਮੈਨੂੰ ਨਹੀਂ ਲੱਗਦਾ ਕਿ ਜੋ ਹੈ ਗਵਰਨਮੈਂਟ ਹੈ ਪਾਏਗੀ ਠੀਕ ਹੈ ਐਗਜ਼ਾਮਸ ਦੇ ਵਿੱਚ ਲੇਕਿਨ ਪਤਾ ਜ਼ਰੂਰ ਹੋਣੇ ਚਾਹੀਦੇ ਨੇ ਅਤੇ ਸਟੂਡੈਂਟਸ ਇਹ ਜੋ ਐਲੀਮੀਨੇਟ ਈਅਰ ਹੈ ਇਹ ਹੈ ਜੀ 2000 ਤਾਂ 2030 ਤੱਕ ਹੈ ইউনাইটেড ਨੈਸ਼ਨ ਜਨਰਲ ਅਸੈਂਬਲੀ ਕਹਿੰਦੀ ਹੈ ਕਿ ਅਸੀਂ ਹੈ ਇਸ ਨੂੰ ਪੂਰੀ ਦੁਨੀਆ ਦੇ ਵਿੱਚੋਂ ਖਤਮ ਕਰ ਦਵਾਂਗੇ ਸਟੂਡੈਂਟ ਠੀਕ ਹੈ 2030 ਇੱਥੇ ਤੁਹਾਨੂੰ ਤੁਸੀਂ ਯਾਦ ਰੱਖਣਾ ਹੈ ਕਿ ਜੋ ਸਸਟੇਨੇਬਲ ਡਵੈਲਪਮੈਂਟ ਗੋਲਸ ਦੇ ਜੋ ਟੀਚੇ ਸੀ ਠੀਕ ਹੈ ਤੁਹਾਨੂੰ ਯਾਦ ਹੋਏਗਾ ਕੁਝ ਦਿਨ ਪਹਿਲਾਂ ਪੜ੍ਹਾਏ ਵੀ ਸੀ ਠੀਕ ਹੈ ਇਹ ਵੀ ਦੱਸੋ ਮੈਨੂੰ ਇਹ ਕਿੰਨੇ ਟੀਚੇ ਸੀ ਕਿੰਨੇ ਮਿਸ਼ਨ ਸੀ ਸਸਟੇਨੇਬਲ ਡਿਵੈਲਪਮੈਂਟ ਗੋਲਸ ਦੇ ਠੀਕ ਹੈ ਜਿਨ੍ਹਾਂ ਨੂੰ ਅਸੀਂ 2030 ਤੱਕ ਹੈ ਕੰਪਲੀਟ ਕਰਨਾ ਉਹ ਵੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਹੀ ਟੀਚੇ ਸੀ ਸਟੂਡੈਂਟਸ ਠੀਕ ਹੈ ਜੀ ਫਿਰ ਥਰਡ ਕੁਐਸਚਨ ਸਟੂਡੈਂਟਸ ਠੀਕ ਹੈ ਇਹ ਇੰਡੈਕਸ ਹੈ ਸਟੂਡੈਂਟਸ ਠੀਕ ਹੈ ਗਲੋਬਲ ਹੋਮ ਪ੍ਰਾਈਸ ਇੰਡੈਕਸ ਠੀਕ ਹੈ ਕਿ ਜੋ ਰਹਿਣ ਵਾਲੇ ਜੋ ਘਰ ਨੇ ਉਹਨਾਂ ਦੀ ਪ੍ਰੋਪਰਟੀ ਤੇ ਜੋ ਪ੍ਰਾਈਸਸ ਨੇ ਕਿੰਨੇ ਜ਼ਿਆਦਾ ਇਨਕਰੀਜ਼ ਹੁੰਦੇ ਨੇ ਇਸ ਦੇ ਉੱਪਰ ਇੱਕ ਸਰਵੇ ਹੋਇਆ ਸਟੂਡੈਂਟਸ ਠੀਕ ਹੈ ਰਿਲੀਜ਼ਡ ਬਾਈ ਨਾਈਟ ਫ੍ਰੈਂਕ ਠੀਕ ਹੈ ਤਾਂ ਇਹ ਨਾਈਟ ਫ੍ਰੈਂਕ ਨਾਮ ਦੀ ਆਰਗੇਨਾਈਜੇਸ਼ਨ ਨੇ ਸਰਵੇ ਕੀਤਾ ਸੀ ਗਲੋਬਲ ਹੋਮ ਆਫ ਪ੍ਰਾਈਸ ਇੰਡੈਕਸ ਇਸ ਦੇ ਵਿੱਚ ਹੈ ਜੋ ਭਾਰਤ ਦਾ ਜੋ ਰੈਂਕ ਹੈ ਠੀਕ ਹੈ 2021 ਦੇ ਫਰਸਟ ਕੁਆਟਰ ਦੇ ਵਿੱਚ ਇਹ ਜੋ ਹੈ ਹੋਏ ਸੀ ਸਟੂਡੈਂਟਸ ਠੀਕ ਹੈ ਤਾਂ April May June ਕਿ ਕਹੇ ਤਾਂ ਇਹ ਜੋ ਤਿੰਨ ਮਹੀਨੇ ਦੇ ਜੋ ਲਗਭਗ ਹੈ ਸਟੂਡੈਂਟਸ ਜੋ ਸਰਵੇਜ਼ ਹੋਏ ਨੇ ਠੀਕ ਹੈ ਜੂਨ ਦੇ ਪੂਰਾ ਜੂਨ ਇਸ ਦੇ ਵਿੱਚ ਇਨਕਲੂਡ ਨਹੀਂ ਹੋਇਆ ਉਸ ਦੇ ਵਿੱਚ ਭਾਰਤ ਦਾ ਰੈਂਕ ਕਿੰ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਹੈ ਠੀਕ ਹੈ ਲੇਕਿਨ ਫਿਰ ਵੀ ਮੈਂ ਸਟੂਡੈਂਟਸ ਇਸ ਨੂੰ ਲੈ ਆਇਆ ਤਾਂ ਕਿ ਜੋ ਹੈ ਬਾਈਟੈਂਸ ਠੀਕ ਹੈ ਮਾੜੀ ਕਿ ਇਸ ਮਤ ਹੁੰਦੀ ਹੈ ਕਈ ਵਾਰ ਆ ਜਾਂਦਾ ਹੈ ਕੁਐਸਚਨ ਤਾਂ ਇਸ ਲਈ ਮੈਂ ਇਸ ਨੂੰ ਇਨਕਲੂਡ ਕੀਤਾ ਵੈਸੇ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਹੈ ਕਿਉਂਕਿ ਇਹ ਜੋ ਆਰਗੇਨਾਈਜੇਸ਼ਨ ਹੈ ਨਾਈਟ ਫ੍ਰੈਂਕ ਠੀਕ ਹੈ ਕੋਈ ਇੰਟਰਨੈਸ਼ਨਲ ਰੀਨੌਂਡ ਆਰਗੇਨਾਈਜੇਸ਼ਨ ਨਹੀਂ ਹੈ ਜਿਸ ਨੇ ਸਰਵੇ ਕੀਤਾ ਵੈਸੇ ਇੰਡੀਆ ਦਾ ਜੋ ਰੈਂਕ ਹੈ ਦੈਟ ਇਜ਼ 55th ਸਟੂਡੈਂਟਸ ਠੀਕ ਹੈ ਜੀ ਤਾਂ ਵਿਚ ਇਜ਼ 55th ਰੈਂਕ ਹੈ ਗਲੋਬਲ ਹੋਮ ਪ੍ਰਾਈਸ ਇੰਡੈਕਸ ਦੇ ਵਿੱਚ ਠੀਕ ਹੈ ਤਾਂ ਜੋ ਹੈ ਇਹਦੇ ਵਿੱਚ ਜੋ ਸਭ ਤੋਂ ਮੋਸਟ ਜੋ ਨੰਬਰ 1 ਜੋ ਆਰਗੇਨਾਈਜੇਸ਼ਨ ਰਹੀ ਹੈ ਸਟੂਡੈਂਟਸ ਠੀਕ ਹੈ ਹੋ ਰਹੀ ਹੈ ਜੀ ਟਰਕੀ ਸਟੂਡੈਂਟਸ ਠੀਕ ਹੈ ਤਾਂ ਟਰਕੀ ਨੰਬਰ 1 ਰਹੀ ਹੈ ਮਤਲਬ ਸਭ ਤੋਂ ਜ਼ਿਆਦਾ ਜੋ ਪ੍ਰਾਈਜ਼ਸ ਜੋ ਵਧੇ ਨੇ ਉਹ ਟਰਕੀ ਦੇ ਵਿੱਚ ਵਧੇ ਨੇ ਰਹਿਣ ਵਾਲੇ ਘਰਾ ਦੇ ਵਿੱਚ ਜੋ ਪ੍ਰਾਈਜ਼ ਇਨਕਰੀਜ਼ ਹੋਏ ਤਾਂ ਇੰਡੀਆ ਗਾਟ 55th ਜੋ ਰੈਂਕ ਸਟੂਡੈਂਟਸ ਠੀਕ ਹੈ ਜੀ ਫੇਰ ਉਸ ਤੋਂ ਬਾਅਦ ਸਟੂਡੈਂਟਸ ਬੜਾ ਹੀ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਸਾਨੂੰ ਵੀ ਆ ਸਕਦਾ ਹੈ ਪੇਪਰ ਦੇ ਵਿੱਚ ਬੈਂਕਿੰਗ ਦੇ ਵਿੱਚ ਤਾਂ ਜ਼ਿਆਦਾ ਸੰਭਾਵਨਾ ਹੈ ਲੇਕਿਨ ਸਾਡੀ ਲਾਈਫ ਦੇ ਵਿੱਚ ਵੀ ਇਸ ਪ੍ਰਸ਼ਨ ਦੀ ਬੜੀ ਮਹੱਤਤਾ ਹੈ ਠੀਕ ਹੈ ਆਮ ਤੌਰ ਤੇ ਕੀ ਹੁੰਦਾ ਹੈ ਕਿ ਜਦੋਂ ਵੀ ਸਪੈਸ਼ਲੀ ਪਿਛਲੇ 1-2 ਸਾਲ ਤੋਂ ਅਸੀਂ ਜੋ ਡਿਜੀਟਲ ट्रांजैक्शंस ਦੀ ਤਰਫ ਕਾਫ ਦੀ ਜ਼ਰੂਰਤ ਪੈ ਜਾਂਦੀ ਹੈ ਕਈ ਵਾਰ ਸਾਡੀ ਡਿਜੀਟਲ ट्रांजैक्शन ਕਿਤੇ ਨਹੀਂ ਹੋ ਪਾਂਦੀ ਠੀਕ ਹੈ ਤਾਂ ਸਟੂਡੈਂਟਸ ਹੁਣ ਆਰਬੀਆਈ ਨੇ ਕੁਝ ਨਵੇਂ ਰੂਲ ਰੈਗੂਲੇਸ਼ਨਸ ਲੈ ਕੇ ਆਈ ਹੈ ਕਿ ਤੁਸੀਂ ਏਟੀਐਮ ਦੇ ਵਿੱਚੋਂ ਪੈਸੇ ਕੱਢਦੇ ਹੋ ਤਾਂ ਤੁਹਾਨੂੰ ਕਿੰਨੇ ਰੁਪਏ ਚਾਰजेस ਲੱਗਣਗੇ ਕਿੰਨੀਆਂ ट्रांजैक्शन ਆ ਫ੍ਰੀ ਹੋਣਗੀਆਂ ਉਸ ਨਾਲ ਜੁੜਿਆ ਹੋਇਆ ਕੁਐਸਚਨ ਹੈ ਸਟੂਡੈਂਟਸ ਠੀਕ ਹੈ ਤਾਂ ਇਹ ਕੁਐਸਚਨ ਹੈ ਇਨ ਜੂਨ 2021 ਠੀਕ ਹੈ ਜੀ ਆਰਬੀਆਈ ਮੇਡ ਚੇਂਜਸ ਠੀਕ ਹੈ ਆਰਬੀਆਈ ਨੇ ਕੁਝ ਏਟੀਐਮ ਨਾਲ ਜੁੜੇ ਸਟੂਡੈਂਟਸ ਇੰਟਰਚੇਂਜੇਬਿਲਿਟੀ ਫੀਸ ਠੀਕ ਹੈ ਜੇ ਤੁਸੀਂ ਆਪਣੇ ਏਟੀਐਮ ਕਿਸੇ ਹੋਰ ਏਟੀਐਮ ਦੇ ਵਿੱਚ ਠੀਕ ਹੈ ਜੇ ਤੁਸੀਂ ट्रांजैक्शन ਕਰਦੇ ਹੋ ਜਾਂ ਉਸੇ ਦੇ ਵਿੱਚ ਵੀ ट्रांजैक्शन ਕਰਦੇ ਹੋ ਤਾਂ ਉਸ ਲਈ ਕੁਝ ਨਵੇਂ ਰੂਲਸ ਫੀ ਬੇਸਡ ਔਨ ਦਾ ਰਿਕਮੈਂਡੇਸ਼ਨਸ ਆਫ ਦਾ ਕਮੇਟੀ ਔਨ ਆਟੋਮੈਟਡ ਟੈਲਰ ਮਸ਼ੀਨ ਇੱਥੇ ਏਟੀਐਮ ਦਾ ਫੁੱਲ ਫਾਰਮ ਸਟੂਡੈਂਟਸ ਯਾਦ ਰੱਖਣਾ ਆਟੋਮੈਟਡ ਟੈਲਰ ਮਸ਼ੀਨ ਜਲਦੀ ਨਾਲ ਮੈਨੂੰ ਇਹ ਵੀ ਦੱਸੋ ਕਿ ਭਾਰਤ ਦੇ ਵਿੱਚ ਏਟੀਐਮ ਸਭ ਤੋਂ ਪਹਿਲਾਂ ਕਿਹੜੀ ਕੰਪਨੀ ਲੈ ਕੇ ਆਈ ਅਤੇ ਕਿਹੜਾ ਬੈਂਕ ਲੈ ਕੇ ਆਇਆ ਅਤੇ ਕਿਸ ਸਾਲ ਦੇ ਵਿੱਚ ਇਹ ਲੈ ਕੇ ਆਈ ਸੀ ਜੀ ਠੀਕ ਹੈ ਤਾਂ ਸਟੂਡੈਂਟਸ ਉਦੋਂ ਨਾਲ ਜੁੜੇ ਜੋ ਕਿਹੜੇ-ਕਿਹੜੇ ਪੁਆਇੰਟਸ ਨੇ ਕਰੈਕਟ ਨੇ ਠੀਕ ਹੈ ਜੀ ਆਟੋਮੈਟਿਕ ਟੈਲਰ ਮਸ਼ੀਨ ਨਾਲ ਜੁੜੇ ਤਾਂ ਪਹਿਲਾ ਹੈ ਸਟੂਡੈਂਟਸ ਇਹ ਜੋ ਏਟੀਐਮ ਦੇ ਉੱਪਰ ਜੋ ਇੰਟਰਚੇਂਜੇਬਿਲਿਟੀ ਫੀਸ ਹੈ ਇਸ ਦੇ ਉੱਪਰ ਜੋ ਕਮੇਟੀ ਬਣੀ ਸੀ ਇਟ ਵਾਸ ਹੈਡਡ ਬਾਈ 우ਸ਼ਾ ਥ੍ਰੋਟ ਕਮੇਟੀ ਯਾਦ ਰੱਖਣਾ ਸਟੂਡੈਂਟਸ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ 우ਸ਼ਾ ਥ੍ਰੋਟ ਹੈ ਜੋ ਠੀਕ ਹੈ ਜੋ ਸਾਡੇ ਫਾਰਮਰ ਡੈਪਟੀ ਗਵਰਨਰ ਵੀ ਰਹਿ ਚੁਕੇ ਨੇ ਆਰਬੀਆਈ ਦੇ ਦੂਜਾ ਹੈ ਸਟੂਡੈਂਟਸ ਇੰਟਰਚੇਂਜੇਬਿਲਿਟੀ ਫੀਸ ਓਨ ਦਾ ਫਾਈਨੈਂਸ਼ੀਅਲ ट्रांजैक्शन ਥਰੂ ਏਟੀਐਮ ਇਜ਼ ਇਨਕਰੀਸਡ ਫਰਮ ਪਹਿਲਾ 20 ਰੁਪਏ ਹੋਇਆ ਕਰਦੀ ਸੀ ਸਟੂਡੈਂਟਸ ਠੀਕ ਹੈ ਹੁਣ 21 ਰੁਪਏ ਹੋ ਜੇਗੀ ਅਤੇ ਸਟੂਡੈਂਟਸ ਜੇ ਤੁਸੀਂ ਪੈਸੇ ਨਹੀਂ ਕਢਾਉਂਦੇ ਸਿਰਫ ਤੇ ਸਿਰਫ ਕੋਈ ਨਾਨ ਫਾਈਨੈਂਸ਼ੀਅਲ ट्रांजैक्शन ਦਾ ਮਤਲਬ ਹੁੰਦਾ ਹੈ ਕਿ ਤੁਸੀਂ ਆਪਣਾ ਬੈਲੈਂਸ ਚੈੱਕ ਕਰਦੇ ਹੋ ਤੁਸੀਂ ਸਿਰਫ ਤੇ ਸਿਰਫ ਆਪਣੀ ਕੋਈ ਜੋ ਹੈ ਆਪਣੇ ਬੈਲੈਂਸ ਤੋਂ ਇਲਾਵਾ ਸਟੂਡੈਂਟਸ ਕੋਈ ਵੀ ਇਸ ਤਰ੍ਹਾਂ ਦਾ ਕੋਈ ਫੰਕ ਆ ਨਹੀਂ ਰਹੀ ਠੀਕ ਹੈ ਤਾਂ ਸਟੂਡੈਂਟਸ ਉਹ ਨੋਨ ਫਾਈਨੈਂਸ਼ੀਅਲ ट्रांजैक्शन ਦੇ ਵਿੱਚ ਤੁਹਾਡੀ ਜੋ ਫੀਸ ਹੈ 12 ਤੋਂ 15 ਰੁਪਏ ਹੋ ਗਈ ਅਤੇ ਫਾਈਨੈਂਸ਼ੀਅਲ ट्रांजैक्शन ਦੇ ਵਿੱਚ ਜੋ ਫੀਸ ਹੈ 20 ਤੋਂ 21 ਰੁਪਏ ਹੋ ਗਈ ਠੀਕ ਹੈ ਤੇ ਤੀਜਾ ਪੁਆਇੰਟ ਹੈ ਕਸਟਮਰ ਕੈਨ ਮੇਕ 5 ਫ੍ਰੀ ਏਟੀਐਮ ट्रांजैक्शन ਦਾ ਏਟੀਐਮ ਆਫ देयर Bank of Origin ਠੀਕ ਹੈ ਤਾਂ ਸਟੂਡੈਂਟ ਜੋ ਹੈ ਜੋ ਪੰਜ ਜੋ ਤੁਸੀਂ ਆਪਣੀਆਂ ट्रांजैक्शन ਬਿਲਕੁਲ ਫ੍ਰੀ ਆਫ ਕੋਸਟ ਕਰ ਸਕਦੇ ਹੋ ਆਪਣੇ ATM ਜੇ ਤੁਸੀਂ ਆਪਣੇ ਹੀ ATM ਆਪਣੇ ਹੀ ਬੈਂਕ ATM ਨੂੰ ਯੂਜ਼ ਕਰ ਰਹੇ ਹੋ ਜੇ ਤੁਸੀਂ ਆਪਣੇ ਬੈਂਕ ATM ਨੂੰ ਯੂਜ਼ ਨਹੀਂ ਕਰ ਰਹੇ ਤਾਂ ਉੱਥੇ ਤੁਹਾਡੇ ਤੋਂ ਚਾਰजेस ਲੱਗਣਗੇ ਤਾਂ ਉਹ 2000 ਸਟੂਡੈਂਟਸ ਵੀ ਦੀ ਤਾਂ 21 ਰੁਪਏ ਲੱਗਣਗੇ ਅਤੇ ਨਾਨ ਫਾਈਨੈਂਸ਼ਲ ट्रांजैक्शन 12 ਤੋਂ 15 ਰੁਪਏ ਹੋਏਗੀ ਹੁਣ ਦੱਸਣਾ ਹੈ ਕਿ ਇਹ ਤਿੰਨਾਂ ਪੁਆਇੰਟਸ ਦੇ ਵਿੱਚੋਂ ਕਿਹੜੇ ਠੀਕ ਨੇ ਕਿਹੜੇ ਗਲਤ ਨੇ ਠੀਕ ਹੈ ਜੀ ਉਸ ਤੋਂ ਪਹਿਲਾਂ ਸਟੂਡੈਂਟਸ ਜੋ ਮੈਂ ਏਟੀਐਮ ਪੁੱਛਿਆ ਸੀ ਤੁਹਾਡੇ ਤੋਂ ਕਿ ਏਟੀਐਮ ਸਭ ਤੋਂ ਪਹਿਲਾਂ ਹੈ ਉਸ ਦੀ ਸ਼ੁਰੂਆਤ ਕਦੋਂ ਹੋਈ ਤਾਂ ਸਟੂਡੈਂਟਸ 1987 ਦੇ ਵਿੱਚ ਇੰਡੀਆ ਦੇ ਵਿੱਚ 1987 ਦੇ ਵਿੱਚ ਇਹ ਜੋ ਬੈਂਕ ਹੈ ਜਿਸ ਦਾ ਨਾਮ ਹੈ ਹਾਂਗਕਾਂਗ ਸ਼ੰਗਾਈ ਬੈਂਕ ਠੀਕ ਹੈ ਐਚਐਸਬੀਸੀ ਤਾਂ ਇਸ ਨੇ ਸ਼ੁਰੂਆਤ ਕੀਤੀ ਸੀ ਸਟੂਡੈਂਟਸ ਜਦੋਂ స్టార్ਟ ਕੀਤੀ ਸੀ 1987 ਦੇ ਵਿੱਚ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਇਹ ਠੀਕ ਹੈ ਤਾਂ ਸਟੂਡੈਂਟਸ ਇੱਥੇ ਵਿੱਚੋਂ ਅਸੀਂ ਦੱਸਣਾ ਹੈ ਕਿਹੜਾ ਪੁਆਇੰਟ ਠੀਕ ਹੈ ਕਿਹੜਾ ਗਲਤ ਤਾਂ ਸਟੂਡੈਂਟਸ ਥਰਡ ਠੀਕ ਹੈ ਜੀ ਤਾਂ ਓਨਲੀ ਆ हाँ जी स्टूडेंट्स थर्ड पॉइंट ठीक है जस्ट ठीक है ओनली सी ठीक है जी तो स्टूडेंट्स इसको पढ़ते हैं सब तो पहला तो यह जो ए टी एम मशीन के उपर ठीक है कि पैसा लगेगा किनिया ट्रांजैक्शन फ्री होनी चाहिए ने ऊषा थ्रोट कमेटी नहीं बैठी स्टूडेंट्स वी जी कनन ठीक है याद रखना पेगा स्टूडेंट्स वेरी वेरी इंपोर्टेंट क्वेश्चन वी जी कनन कमेटी है जिसने स्टूडेंट्स ए रिकमेंडे दिखाई ने आर बी हैज मडेन सटेन ओवर द ए स्टूडेंट दूजा स्टूडेंट्स जो असी गल की किन्ना पैसा लगेगा ठीक है जी तो आर बी आई इनक्रीज द इंटरचेंज फी दैट को ਚਾਰਜ ਔਨ ਏਟੀਐਮ ਪਰ ट्रांजैक्शन ਸਟੂਡੈਂਟਸ ਇਹ ਪਹਿਲਾਂ 15 ਰੁਪਏ ਲੱਗਦੇ ਸੀ ਹੁਣ ਇਹ 17 ਰੁਪਏ ਲੱਗਣਗੇ ਫਾਈਨੈਂਸ਼ੀਅਲ ट्रांजैक्शन ਤੇ ਅਤੇ ਨਾਨ ਫਾਈਨੈਂਸ਼ੀਅਲ ट्रांजैक्शन ਤੇ ਸਟੂਡੈਂਟਸ ਪਹਿਲਾਂ 5 ਰੁਪਏ ਲੱਗਦੇ ਸੀ ਹੁਣ ਇਹ 6 ਰੁਪਏ ਲੱਗਣਗੇ ਜੀ ਠੀਕ ਹੈ ਇਸ ਤੋਂ ਇਲਾਵਾ ਸਟੂਡੈਂਟਸ ਠੀਕ ਹੈ ਇਹ ਕੁਝ ਮੈਟਰੋ ਸੈਂਟਰ ਅਤੇ ਨਾਨ ਮੈਟਰੋ ਸੈਂਟਰ ਸਿਟੀਆਂ ਦਾ ਵੀ ਥੋੜਾ ਇਹਨਾਂ ਨੇ ਡਿਫਰੈਂਸਸ ਰੱਖਿਆ ਹੈ ਜੋ ਇੱਥੇ ਲਿਖਿਆ ਹੋਇਆ ਹੈ ਅਤੇ ਸਟੂਡੈਂਟ ਜੋ ਤੀਜਾ ਪੁਆਇੰਟ ਸੀ ਇਹ ਬਿਲਕੁਲ ਠੀਕ ਹੈ ਕਿ ਤੁਸੀਂ ਆਪਣੇ ਬੈਂਕ ਨਾਲ ਜੁੜੇ ਜੋ ਟਰਾਂਜੈਕਸ਼ਨ ਹੈ ਉਹ ਤੁਸੀਂ 5 6 ਫ੍ਰੀ ਆਫ ਕੋਸਟ ਕਰ ਸਕਦੇ ਹੋ ਲੇਕਿਨ ਤੁਸੀਂ ਆਪਣੇ ਬੈਂਕ ਤੋਂ ਅਲਾਵਾ ਕਿਸੇ ਹੋਰ ਬੈਂਕ ਦੇ ਏਟੀਐਮ ਦੇ ਵਿੱਚ ਜਾ ਰਹੇ ਹੋ ਤਾਂ ਉੱਥੇ ਤੁਹਾਨੂੰ ਹੈ ਸਟੂਡੈਂਟਸ ਫੀਸ ਹੈ ਪੇ ਕਰਨੀ ਪਵੇਗੀ ਕਿੰਨੀ ਪੇ ਕਰਨੀ ਪਵੇਗੀ 17 ਰੁਪਏ ਕਰਨੀ ਪਵੇਗੀ ਅਤੇ ਨਾਨ ਫਾਈਨੈਂਸ਼ੀਅਲ ਦੇ ਵਿੱਚ ਹੈ 6 ਰੁਪਏ ਕਰਨੀ ਪਵੇਗੀ ਅਤੇ ਸਟੂਡੈਂਟਸ ਦੇ ਏਟੀਐਮ ਨਾਲ ਜੁੜੀ ਜੋ ਕਮੇਟੀ ਹੈ ਮੈਂ ਫੇਰ ਤੁਹਾਨੂੰ ਦੱਸ ਰਿਹਾ ਹੈ ਵੈਰੀ ਵੈਰੀ ਇੰਪੋਰਟੈਂਟ ਵੀ ਜੀ ਕਨਨ ਕਮੇਟੀ ਠੀਕ ਹੈ ਜੀ ਵੀ ਜੀ ਕਨਨ ਕਮੇਟੀ ਹੈ ਜਿਸ ਨੇ ਇਸ ਜੋ ਹੈ ਟ੍ਰਾਂਜੈਕਸ਼ਨ ਵਾਲੇ ਮੁੱਦੇ ਦੇ ਉੱਪਰ ਹੈ ਆਪਣੀਆਂ ਰეკਮੈਂਡੇਸ਼ਨਸ ਆਰਬੀਆਈ ਨੂੰ ਦਿੱਤੀਆਂ ਸਟੂਡੈਂਟ ਠੀਕ ਹੈ ਜੀ ਆਈ ਹੋਪ ਸੋ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਏਟੀਐਮ ਬਾਰੇ ਏਟੀਐਮ ਬਾਰੇ ਹੋਰ ਵੀ ਬਹੁਤ ਸਾਰੇ ਕੁਐਸਚਨਸ ਨੇ ਸਟੂਡੈਂਟ ਜਿਵੇਂ ਨੰਬਰ ਜੋ ਹੈ ਟਾਈਪਸ ਆਫ ਏਟੀਐਮ ਹੈ ਠੀਕ ਹੈ ਸਪੈਸ਼ਲੀ ਜੋ ਕੋਆਪਰੇਟਿਵ ਬੈਂਕ ਦਾ ਪੇਪਰ ਦੇਣਗੇ ਉਹਨਾਂ ਲਈ ਬੜਾ ਜ਼ਰੂਰੀ ਟੌਪਿਕ ਹੈ ਜੀ ਇਹ ਠੀਕ ਹੈ ਫਿਰ ਸਟੂਡੈਂਟਸ ਅਗਲਾ ਕੁਐਸਚਨ ਅਗਲਾ ਕੁਐਸਚਨ ਹੈ ਵਿਚ ਬੈਂਕ ਲਾਂਚ ਦਾ ਕਵਚ ਪਰਸਨਲ ਲੋਨ ਸਟੂਡੈਂਟਸ ਠੀਕ ਹੈ ਜੀ ਤਾਂ ਇਹ ਸਟੂਡੈਂਟਸ ਇੱਕ ਲੋਨ ਹੈ ਕਿ ਜੇ ਕਿਸੇ ਨੂੰ ਕੋਵਿਡ ਹੋ ਜਾਂਦਾ ਠੀਕ ਹੈ ਤਾਂ ਸਟੂਡੈਂਟਸ ਕੋਵਿਡ ਨਾਲ ਜੁੜਿਆ ਜੋ ਟਰੀਟਮੈਂਟ ਹੈ ਠੀਕ ਹੈ ਉਹ ਤੁਸੀਂ ਇਹ ਵਿਦਆਊਟ ਐਨੀ ਸਿਕਿਉਰਿਟੀ ਕੋਲੈਟਰਲ ਦਾ ਮਤਲਬ ਹੁੰਦਾ ਸਟੂਡੈਂਟਸ ਸਿਕਿਉਰਿਟੀ ਠੀਕ ਹੈ ਇਹ ਯਾਦ ਰੱਖਣੀ ਹੈ टर्म ਕੋਲੈਟਰਲ ਮਤਲਬ ਅਸੀਂ ਕਹਿੰਨੇ ਆ ਕਿ ਜੀ ਅਸੀਂ ਜ਼ਮੀਨ ਗੈਣੇ ਰੱਖਤੀ ਅਸੀਂ ਜੀ ਜੋ ਹੈ ਗੋਲਡ ਗਹਿਣੇ ਰੱਖਤਾ ਠੀਕ ਹੈ ਮਤਲਬ ਕੋਈ ਵੀ ਸਕਿਉਰਿਟੀ ਰੱਖਣ ਦੀ ਜ਼ਰੂਰਤ ਨਹੀਂ ਕੋਲੈਟਰਲ ਦਾ ਮਤਲਬ ਹੁੰਦਾ ਸਕਿਉਰਿਟੀ ਤਾਂ ਸਟੂਡੈਂਟਸ ਵਿਦਾਊਟ ਸਕਿਉਰਿਟੀ ਹੈ ਇਹ ਲੋਨ ਹੈ ਜੋ ਕੋਵਿਡ 19 ਦੇ ਟ੍ਰੀਟਮੈਂਟ ਲਈ ਜੋ ਬੈਂਕ ਦਵੇਗਾ ਕਿਸ ਬੈਂਕ ਨੇ ਸ਼ੁਰੂਆਤ ਕੀਤੀ ਹੈ ਅਤੇ ਇਸ ਲੋਨ ਦਾ ਨਾਮ ਰੱਖਿਆ ਸਟੂਡੈਂਟਸ ਕਵਚ ਪਰਸਨਲ ਲੋਨ ਕਵਚ ਦਾ ਮਤਲਬ ਹੁੰਦਾ ਸਕਿਉਰਿਟੀ ਹੈ ਨਾ ਤੁਹਾਨੂੰ ਸਿਕਿਉਰ ਕਰ ਰਿਹਾ ਜੋ ਠੀਕ ਹੈ ਜੀ ਸਟੂਡੈਂਟਸ ਏਜ ਦਾ ਜੋ ਕਰੈਕਟ ਆਨਸਰ ਹੈ ਥੈਟ ਇਜ਼ ਦਾ ਕਾਫੀ ਬੱਚੇ ਆਨਸਰ ਦੇ ਵੀ ਰਹੇ ਨੇ ਸਟੇਟ ਬੈਂਕ ਆਫ ਇੰਡੀਆ ਸਟੂਡੈਂਟਸ ਠੀਕ ਹੈ ਜੀ ਤਾਂ ਸ ਦੇ ਉੱਪਰ ਹੈ ਠੀਕ ਹੈ 25000 ਤੋਂ 5 ਤੱਕ ਦਾ ਲੋਨ ਹੈ 8.5% ਦੇ ਹਿਸਾਬ ਨਾਲ ਹੈ ਲੋਨ ਦੇ ਸਕਦਾ ਹੈ ਅਤੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਕੋਲੈਕਟਰਲ ਫ੍ਰੀ ਸਕਿਉਰਿਟੀ ਫ੍ਰੀ ਲੋਨ ਹੈ ਹੋਵੇਗਾ ਠੀਕ ਹੈ ਸਟੇਟ ਬੈਂਕ ਆਫ ਇੰਡੀਆ ਸਟੂਡੈਂਟਸ ਠੀਕ ਹੈ ਇੰਡੀਆ ਦਾ ਸਭ ਤੋਂ ਵੱਡਾ ਜੋ ਬੈਂਕ ਹੈ ਸਟੂਡੈਂਟਸ ਠੀਕ ਹੈ ਹਾਲਾਂਕਿ ਸਰਕਾਰੀ ਬੈਂਕ ਹੈ ਸਭ ਤੋਂ ਵੱਡਾ ਬੈਂਕ ਹੈ ਠੀਕ ਹੈ ਇਸ ਦੀ ਸ਼ੁਰੂਆਤ ਹੈ 1955 ਦੇ ਵਿੱਚ ਹੋਈ ਸੀ 1 ਜੁਲਾਈ ਨੂੰ ਠੀਕ ਹੈ ਅਤੇ ਸਟੂਡੈਂਟਸ ਹੁਣ ਇਸ ਦੀਆਂ ਜਿੰਨੀਆਂ ਵੀ ਸਾਰੀਆਂ ਜੋ ਸਬਸਿਡਰੀ ਬ੍ਰਾਂਚੇਸ ਨਹੀਂ ਚਾਹੀਓ ਪਟਿਆਲਾ ਸੀ ਹైదరాబాద్ ਐਂਡ ਬਿਕਾਨੀ ਸੀ ਟ੍ਰੈਵਨਕੋਰ ਸੀ ਇੰਦੋਰ ਸੀ ਸੋਰਾਸ਼ਟਰਾ ਸੀ ਸਾਰੀਆਂ ਹੀ ਜੋ ਬ੍ਰਾਂਚੇਸ ਹੁਣ ਇਸ ਦੇ ਵਿੱਚ ਸਮਾ ਚੁੱਕੀਆਂ ਨੇ ਮਰਜ ਹੋ ਚੁੱਕੀਆਂ ਨੇ ਸਟੂਡੈਂਟ ਸਟੇਟ ਬੈਂਕ ਆਫ ਇੰਡੀਆ ਇੰਡੀਆ ਦਾ ਸਭ ਤੋਂ ਵੱਡਾ ਬੈਂਕ ਠੀਕ ਹੈ ਜਲਦੀ ਨਾਲ ਤੁਸੀਂ ਮੈਨੂੰ ਦੱਸੋ ਇੰਡੀਆ ਦਾ ਸਭ ਤੋਂ ਵੱਡਾ ਜੋ ਹੈ ਪ੍ਰਾਈਵੇਟ ਬੈਂਕ ਕਿਡ ਹੈ ਸਟੂਡੈਂਟ ਠੀਕ ਹੈ ਵਿਚ ਇਜ਼ ਦਾ ਲਾਰਜੈਸਟ ਪ੍ਰਾਈਵੇਟ ਬੈਂਕ ਆਫ ਇੰਡੀਆ ਜੀ ਠੀਕ ਹੈ ਇਸ ਦੇ ਬਾਰੇ ਮੈਨੂੰ ਜ਼ਰੂਰ ਦੱਸੋ ਮੈਂ ਅਗਲੇ ਪ੍ਰਸ਼ਨ ਤੇ ਜਾਣਾਂ ਸਟੂਡੈਂਟਸ ਅਗਲਾ ਕੁਐਸਚਨ ਹੈ ਸਟੂਡੈਂਟਸ ਕਿ ਜੋ ਇਹ ਜੋ ਗਵਰਨਮੈਂਟ ਆਫ ਇੰਡੀਆ ਦੇ ਅਕੋਰਡਿੰਗ ਆਰਬੀ ਦੇ ਅਕੋਰਡਿੰਗ ਸਟੂਡੈਂਟਸ ਠੀਕ ਹੈ ਫਾਈਨੈਂਸ਼ੀਅਲ ਇਅਰ 2021 ਦੇ ਵਿੱਚ ਠੀਕ ਹੈ ਲੋਨ ਅਤੇ ਡਿਪੋਜ਼ਿਟਸ ਦੀ ਗਰੋਥ ਦੇ ਵਿੱਚ ਠੀਕ ਹੈ ਜਿਸ ਤੇ ਲੋਨਸ ਹੈ ਠੀਕ ਹੈ ਜੋ ਲੋਨਸ ਨੇ ਉਹ ਸਟੂਡੈਂਟਸ ਨੋਨ ਰਿਕਵਰੇਬਲ ਵੀ ਨਹੀਂ ਹੋਏ ਮਤਲਬ ਜ਼ਿਆਦਾਤਰ ਲੋਨਸ ਦੀ ਰਿਕਵਰੀ ਵੀ ਹੋਈ ਹੈ ਡਿਪੋਜ਼ਿਟਸ ਵੀ ਵਧੇ ਨੇ ਗਰੋਥ ਹੋਈ ਹੈ ਠੀਕ ਹੈ ਐ ਸਟੂਡੈਂਟਸ ਇਹ ਫਾਈਨੈਂਸ਼ੀਅਲ ਈਅਰ 2021 ਦੇ ਵਿੱਚ ਹੈ ਕਿ ਇਸ ਬੈਂਕ ਨੇ ਹੈ ਲੋਨ ਐਂਡ ਡਿਪੋਜ਼ਿਟ ਗਰੋਥ ਦੇ ਵਿੱਚ ਐ ਪਹਿਲਾ ਸਥਾਨ ਪ੍ਰਾਪਤ ਕੀਤਾ ਸਟੂਡੈਂਟਸ ਠੀਕ ਹੈ ਪੀਐਸ ਦਾ ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਸਟੂਡੈਂਟਸ ਪਬਲਿਕ ਸੈਕਟਰ ਠੀਕ ਹੈ ਇਹ ਪਬਲਿਕ ਸੈਕਟਰ ਦਾ ਮਤਲਬ ਹੁੰਦਾ ਹੈ ਜਿੰਨਾ ਬੈਂਕਾਂ ਦੇ ਵਿੱਚ ਗਵਰਨਮੈਂਟ ਦੀ ਸ਼ੇਅਰਿੰਗ ਘਟੋ-ਘਟ 51% ਜਾਂ ਉਸ ਤੋਂ ਜ਼ਿਆਦਾ ਹੋਵੇ ਉਹਨਾਂ ਨੂੰ ਅਸੀਂ ਸਰਕਾਰੀ ਬੈਂਕ ਜਾਂ ਪਬਲ ਸਭ ਤੋਂ ਜ਼ਿਆਦਾ ਜੋ ਗਰੋਥ ਰੇਟ ਹੈ ਕਿਸ ਬੈਂਕ ਦੀ ਹੈ ਹੋਈ ਹੈ ਜੀ ਠੀਕ ਹੈ ਤਾਂ ਇਸ ਦਾ ਜੋ கரੈਕਟ ਆਨਸਰ ਹੈ ਠੀਕ ਹੈ ਉਸ ਤੋਂ ਪਹਿਲਾਂ ਜੇ ਮੈਂ ਪ੍ਰਾਈਵੇਟ ਬੈਂਕਾਂ ਦੀ ਗੱਲ ਕਰਾਂ ਮੈਨੂੰ ਸਾਰੇ ਬੱਚਾ ਨੇ ਸਹੀ ਆਨਸਰ ਦਿੱਤਾ ਹੈ HDFC ਪ੍ਰਾਈਵੇਟ ਸਭ ਤੋਂ ਜੋ ਵੱਡਾ ਬੈਂਕ ਹੈ ਉਹ ਇਸ ਵਕਤ ਦੇਸ਼ ਦੇ ਵਿੱਚ HDFC ਹੈ ਸਟੂਡੈਂਟਸ ਠੀਕ ਹੈ ਅਦਰ ਸਟੂਡੈਂਟਸ ਜੋ ਸਭ ਤੋਂ ਵੱਧ ਜੋ ਗਰੋਥ ਹੈ ਉਹ ਹੋਈ ਹੈ ਬੈਂਕ ਆਫ ਮਹਾਰਾਸ਼ਟra ਦੀ ਸਟੂਡੈਂਟਸ ਵੈਰੀ ਵੈਰੀ ਇੰਪੋਰਟੈਂਟ ਠੀਕ ਹੈ ਜੀ ਇਸ ਦਾ ਜੋ ਹੈੱਡਕ quarter ਹੈ ਠੀਕ ਹੈ ਉਹ ਵੀ ਮਹਾਰਾਸ਼ਟra ਦੇ ਵਿੱਚ ਹੈ ਠੀਕ ਹੈ ਤਾਂ ਸਟੂਡੈਂਟਸ ਬੈਂਕ ਆਫ ਮਹਾਰਾਸ਼ਟra ਸਭ ਤੋਂ ਜ਼ਿਆਦਾ ਜੋ ਐਂਡ ਲੋਨ ਸਟੂਡੈਂਟਸ ਠੀਕ ਹੈ ਅਤੇ ਮੈਂ ਬੜੀ ਜਲਦੀ ਸਟੂਡੈਂਟਸ ਕੋਸ਼ਿਸ਼ ਕਰਾਂਗਾ ਕਿ ਬੈਂਕਿੰਗ ਨਾਲ ਜੁੜੀਆਂ ਕੁਝ ਕਲਾਸਿਸ YouTube ਦੇ ਉੱਪਰ ਹੈ ਲਾਈਵ ਕਰਾਂਗੇ ਫ੍ਰੀ ਕਰਾਂਗੇ ਠੀਕ ਹੈ ਤਾਂ ਇਹ ਜੋ ਟਾਪਿਕਸ ਨੇ ਜੋ ਤੁਹਾਨੂੰ ਕੋਆਪਰੇਟਿਵ ਦੇ ਮੈਨੇਜਰ ਵਾਲੇ ਸੀਨੀਅਰ ਮੈਨੇਜਰ ਵਾਲੇ ਜਾਂ ਮੈਨੇਜਰ ਵਾਲੇ ਪੋਸਟ ਦੇ ਲਈ ਆ ਸਕਦੇ ਨੇ ਤਾਂ ਸਟੂਡੈਂਟਸ ਉਹ ਤੁਹਾਨੂੰ ਹੈਲਪ ਕਰ ਸਕਦੇ ਨੇ ਜੀ ਠੀਕ ਹੈ ਫਿਰ ਸਟੂਡੈਂਟਸ ਅਗਲਾ ਕੁਐਸਚਨ ਹੈ ਵੈਰੀ ਵੈਰੀ ਇੰਪੋਰਟੈਂਟ ਠੀਕ ਹੈ ਸਟੂਡੈਂਟਸ ਪੋਲੀਟਿਜ਼ਰ ਪ੍ਰਾਈਜ਼ ਨਾਲ ਜੁੜਿਆ ਹੋਇਆ ਠੀਕ ਹੈ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਸਟੂਡੈਂਟਸ ਇਹ ਜੋ ਪੋਲੀਟਿਜ਼ਰ ਪ੍ਰਾਈਜ਼ ਹੈ ਇੱਕ ਜਰਨਲਿਜ਼ਮ ਦੀ ਦੁਨੀਆ ਦੇ ਵਿੱਚ ਹੈ ਦਿੱਤਾ ਜਾਂਦਾ ਹੈ ਪੱਤਰਕਾਰਤਾ ਦੀ ਦੁਨੀਆ ਦੇ ਵਿੱਚ ਇਸ ਨੂੰ ਦਿੱਤਾ ਜਾਂਦਾ ਹੈ ਇਸ ਨਾਲ ਜੁੜੇ ਕੁਝ ਫੈਕਟਸ ਨੇ ਠੀਕ ਹੈ ਆਇਡੈਂਟੀਫਾਈ ਦਾ ਪੁਆਇੰਟਸ ਥੈਟ ਆਰ ਕਰੈਕਟਲੀ ਰਿਲੇਟਡ ਟੂ 2021 ਪੋਲੀਟਿਜ਼ਰ ਪ੍ਰਾਈਜ਼ ਤਾਂ ਸਟੂਡੈਂਟਸ ਸਭ ਤੋਂ ਪਹਿਲਾ ਜੋ ਪੁਆਇੰਟ ਹੈ ਠੀਕ ਹੈ ਡਾਰਨੇਲਾ ਫਰੇਜ਼ੀਆ ਠੀਕ ਹੈ ਹੂ ਰਿਕਾਰਡਡ ਦਾ ਮਰਡਰ ਆਫ ਪਿਛਲੇ ਸਾਲ 2020 ਦੇ ਵਿੱਚ ਹੈ ਇਹ ਇੱਕ ਅਸ਼ਵੇਤ ਮਤਲਬ ਬਲੈਕ ਉਥੇ ਇਨਸਾਨ ਸੀ ਜਿਸ ਕਰਕੇ ਹੈ ਸਟੂਡੈਂਟਸ ਪੁਲਿਸ ਨੇ ਇਸ ਦੇ ਉੱਪਰ ਜੋ ਅਤਿਆਚਾਰ ਕੀਤੇ ਸੀ ਉਸ ਕਰਕੇ ਇਹ ਕਾਫੀ ਸੁਰਖਿਆ ਨੇ ਵਿਸੀ ਫਲੌਇਡ ਠੀਕ ਹੈ ਤਾਂ ਰੀਸੀਵਡ ਅ ਸਪੈਸ਼ਲ ਸਿਟੇਸ਼ਨ ਫ্রম ਦਾ ਪੋਲੀਟਿਸਰ ਪ੍ਰਾਈਜ਼ ਬੋਰਡ ਸਟੂਡੈਂਟ ਠੀਕ ਹੈ ਤਾਂ ਉਹ ਜੋ ਪੂਰੀ ਘਟਨਾ ਸੀ ਫਲੌਇਡ ਵਾਲੀ ਉਸ ਨੂੰ ਕਵਰ ਕਰਨ ਵਾਲਾ ਜੋ ਪੱਤਰਕਾਰ ਸੀ ਸਟੂਡੈਂਟਸ ਉਸ ਦਾ ਨਾਮ ਸੀ ਡਾਰਨੀਲਾ ਫਰੇਜ਼ੀਅਰ ਠੀਕ ਹੈ ਸਟੂਡੈਂਟਸ ਧਿਆਨ ਨਾਲ ਸੁਣਨਾ ਠੀਕ ਹੈ ਇੱਕ ਕੋਈ ਨੰਬਰ ਥੋੜਾ ਪੱਕਾ ਹੋ ਸਕਦਾ ਹੈ ਇੱਕ ਨੰਬਰ ਠੀਕ ਹੈ ਐਟ ਲੀਸਟ ਇੱਕ ਜਾਂ ਦੋ ਨੰਬਰ ਥੋੜੇ ਪੱਕੇ ਹੋ ਸਕਦੇ ਨੇ ਧਿਆਨ ਨਾਲ ਤਾਂ ਸਟੂਡੈਂਟਸ ਉਹ ਜੋ ਫਲਾਈਟ ਵਾਲੀ ਘਟਨਾ ਸੀ ਡਾਰਨਿਲਾ ਫਰੀਜ਼ਰ ਨੇ ਇਹ पूरी दी कवर की उसूडेंट्स उसपैल सिटेशन का मतलब होंगे कि प्लेट मिल जाती है प्राइज प्राइज मिले ठीक है तो यह प्राइज दिता पोलीटल प्राइज बोर्ड ने दूजा पॉइंट है स्टूडेंट्स लुइस एडिच ठीक है इसने दो हज़ार इक्की पोलीटिजल प्राइज जितया अंडर द फिक्शन कैटागरी फॉर इस बुक टाइटल नाइट वॉचमैन तो इसने इस बुक है ठीक है इस बुक देर है स्टूडेंट्स पोलिटिजल प्राइज जितया दो हज़ार इक्की तीजा ਦਾ ਗਾਰਡੀਅਨ ਸਟੂਡੈਂਟਸ ਨੇ ਨਿਊਜ਼ਪੇਪਰ ਹੈ ਉਹ ਔਨ ਦਾ ਪਬਲਿਕ ਸਰਵਿਸ ਪੋਲੀਟਿਸਰ ਫॉर ਇਟਸ ਐਕਸਟੈਂਸਿਵ ਕੋਰੋਨਾ ਵਾਇਰਸ ਕਵਰੇਜ ਸਟੂਡੈਂਟਸ ਤਾਂ ਇਹ ਜੋ ਨਿਊਜ਼ਪੇਪਰ ਹੈ ਦਾ ਗਾਰਡੀਅਨ ਇਸ ਨੇ ਕੋਰੋਨਾ ਵਾਇਰਸ ਦੀ ਜੋ ਹੈ ਪੋਜ਼ਿਟਿਵ ਅਪਰੋਚ ਹੈ ਜੋ ਲੋਕਾਂ ਕੇ ਰੱਖੀ ਉਸ ਕਰਕੇ ਇਸ ਨੂੰ ਵੀ ਜੋ ਹੈ ਸਟੂਡੈਂਟਸ ਪੋਲੀਟਿਸਰ ਜੋ ਪ੍ਰਾਈਜ਼ ਹੈ ਪਬਲਿਕ ਸਰਵਿਸ ਪੋਲੀਟਿਸਰ ਪ੍ਰਾਈਜ਼ ਹੈ ਉਹ ਮਿਲਿਆ ਤਾਂ ਇਹ ਤਿੰਨ ਬੜੇ ਇੰਪੋਰਟੈਂਟ ਪੁਆਇੰਟਸ ਨੇ ਤੇ ਸਟੂਡੈਂਟਸ ਇਹ ਦਾ ਕਲੀਅਰ ਹੋ ਚੁੱਕਿਆ ਹੁਣ ਜਿਵੇਂ ਮੈਂ ਤੁਹਾਨੂੰ ਪੁੱਛਾਂ ਸਟੂਡੈਂਟਸ ਕਿ ਸਰਸਵਤੀ ਸਮਾਨ ਹੈ ਕਿਹੜੇ ਫੀਲਡ ਦੇ ਵਿੱਚ ਮਿਲ ਤੁਸੀਂ ਮੈਨੂੰ ਜਲਦੀ ਨਾਲ ਦੱਸੋ ਜਾਂ ਫਿਰ ਦੱਸੋ ਤੁਸੀਂ ਮੈਨੂੰ ਨਾਈਟ ਐਂਜਲ ਅਵਾਰਡਸ ਨੇ ਕਿਹੜੇ ਫੀਲਡ ਦੇ ਵਿੱਚ ਦਿੱਤੇ ਜਾਂਦੇ ਨੇ ਦਾਦਾ ਸਾਹਿਬ ਫੌਲਕੇ ਅਵਾਰਡ ਹੈ ਕਿਹੜੇ ਫੀਲਡ ਦੇ ਵਿੱਚ ਦਿੱਤਾ ਜਾਂਦਾ ਠੀਕ ਹੈ ਰਾਜੀਵ ਗਾਂਧੀ ਜੋ ਅਵਾਰਡ ਹੈ ਕਿਹੜੇ ਫੀਲਡ ਦੇ ਵਿੱਚ ਦਿੱਤਾ ਜਾਂਦਾ ਠੀਕ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਸਟੂਡੈਂਟਸ ਠੀਕ ਹੈ ਜਿਵੇਂ ਮੈਂ ਗੱਲ ਕੀਤੀ ਪ੍ਰਾਈਜ਼ਸ ਦੀ ਠੀਕ ਹੈ ਜੀ ਤਾਂ ਜਿਵੇਂ ਸਟੂਡੈਂਟ ਸਰਸਵਤੀ ਜੋ ਸਮਾਨ ਹੈ ਨਵੀ ਸਿੰਘ ਨੇ ਗਲਤ ਦਿੱਤਾ ਤਾਂ ਸਟੂਡੈਂਟਸ ਉਹ ਲਿਟਰੇਚਰ ਦੇ ਵਿੱਚ ਦਿੱਤਾ ਜਾਂਦਾ ਹੈ ਸਰਸਵਤੀ ਸਮਾਨ ਹੈ ਠੀਕ ਹੈ ਫਿਰ ਸਟੂਡੈਂਟਸ ਮੈਂ ਦੂਜਾ ਜੋ ਅਵਾਰਡ ਗੱਲ ਕੀਤੀ ਠੀਕ ਹੈ ਜੀ ਦੂ ਇਹ ਦਿੱਤਾ ਜਾਂਦਾ ਹੈ ਨਾਈਟ ਐਂਜਲ ਹੈ ਇਨ ਨਰਸਸ ਜੋ ਹੈ ਬੈਸਟ ਜੋ ਨਰਸਿੰਗ ਅਵਾਰਡਸ ਨੇ ਠੀਕ ਹੈ 12 ਜੂਨ ਨੂੰ ਅਬਜ਼ਰਵ ਕਰਦੇ ਸਟੂਡੈਂਟਸ ਉੱਥੇ ਦਿੱਤਾ ਜਾਂਦਾ ਹੈ ਤਾਂ ਸਟੂਡੈਂਟਸ ਇਹ ਜੋ ਰਾਜੀਵ ਗਾਂਧੀ ਅਵਾਰਡ ਹੈ ਇਹ ਸਾਨੂੰ ਪਤਾ ਹੈ ਇਹ ਸਟੂਡੈਂਟਸ ਜੋ ਹੈ ਸਪੋਰਟਸ ਦੇ ਵਿੱਚ ਦਿੱਤਾ ਜਾਂਦਾ ਹੈ ਤਾਂ ਪੋਲੀਟਿਸਰ ਪ੍ਰਾਈਜ਼ ਹੈ ਇਹ ਕਿੱਥੇ ਦਿੱਤਾ ਜਾਂਦਾ ਹੈ ਜਰਨਲਿਜ਼ਮ ਦੇ ਵਿੱਚ ਪੱਤਰਕਾਰਤਾ ਦੇ ਵਿੱਚ ਇੱਥੇ ਤਿੰਨ ਪੁਆਇੰਟਸ ਨੇ ਕਿਹੜਾ ਠੀਕ ਹੈ ਕਿਹੜਾ ਗਲਤ ਹੈ ਸਟੂਡੈਂਟਸ ਧਿਆਨ ਨਾਲ ਸਟੂਡੈਂਟਸ ਓਨਲੀ A ਐਂਡ B ਠੀਕ ਹੈ ਜੀ ਤਾਂ ਸਟੂਡੈਂਟਸ ਜੇਸੀਂ ਗੱਲ ਕਰੀਏ ਕਿ ਇਹ ਜੋ ਪੱਤਰਕਾਰ ਸੀ ਜਿਨੇ ਫਲੌਇਡ ਦੀ ਪੂਰੀ ਘਟਨਾ ਹੈ ਠੀਕ ਹੈ ਉਸ ਨੂੰ ਕਵਰ ਕੀਤਾ ਸੀ ਡਾਰਨਿਲਾ ਫਰੇਜ਼ੀਅਰ ਉਸ ਨੂੰ ਸਪੈਸ਼ਲ ਸਿਟੇਸ਼ਨ ਮਿਲਿਆ ਸਪੈਸ਼ਲ ਜੋ ਹੈ ਇੱਕ ਟਰੋਫੀ ਮਿਲੀ ਠੀਕ ਹੈ ਬੋਰਡ ਵੱਲੋਂ ਦੂਜਾ ਸਟੂਡੈਂਟਸ ਨਾਈਟ ਵਾਚਮੈਨ ਹੁਣ ਇਹ ਵੀ ਕੁਐਸਚਨ ਆ ਸਕਦੇ ਕਿ ਲਿਖੀ ਕਿਸ ਨੇ ਹੈ ਤਾਂ ਇਹ ਲਿਖਿਆ ਸਟੂਡੈਂਟਸ ਲੂਇਸ ਐਡਰਿਕਸ ਠੀਕ ਹੈ ਜੀ ਸਿੰਪਲ ਇਸੇ ਲਿਖਿਆ ਵੀ ਹੋਇਆ ਲੂਇਸ ਐਡਰਿਕਸ ਨੇ ਇਹ ਜੋ ਬੁੱਕ ਲਿਖੀ ਹੈ ਜਿਸ ਕਰਕੇ ਉਸ ਨੂੰ ਪ੍ਰਾਈਜ਼ ਮਿਲਿਆ ਅਤੇ ਤੀਜਾ ਸਟੂਡੈਂਟ ਜੇ ਮੈਂ ਗੱਲ ਕਰਾਂ ਠੀਕ ਹੈ ਜੋ ਇਹ ਜੋ ਪ੍ਰਾਈਜ਼ ਹੈ ਪਬਲਿਕ ਸਰਵਿਸ ਠੀਕ ਹੈ ਤਾਂ ਪਬਲਿਕ ਸਰਵਿਸ ਇਹ ਜੋ ਅਵਾਰਡ ਹੈ ਇਹ ਸਟੂਡੈਂਟ ਗਾਰਡੀਅਨ ਦੀ ਬਜਾਏ ਦਾ ਨਿਊਯਾਰਕ ਟਾਈਮਜ਼ ਨੂੰ ਸਟੂਡੈਂਟਸ ਇਹ ਅਵਾਰਡ ਮਿਲਿਆ on the public service politizer award ਠੀਕ ਹੈ ਫੋਰ ਦਾ ਐਕਸਟੈਂਸਿਵ ਕੋਰੋਨਾ ਵਾਇਰਸ ਕਵਰੇਜ ਦਾ ਫਸਟ politizer prize ਇਹ 1917 ਦੇ ਵਿੱਚ ਇਹਨਾਂ ਦੀ ਸ਼ੁਰੂਆਤ ਹੋਈ ਸੀ ਨਾ ਪ੍ਰਾਈਜ਼ਸ ਦੀ ਤੇ ਨਿਊਜ਼ਪੇਪਰ ਦੀ ਗੱਲ ਕਰੀਏ ਨਿਊਯਾਰਕ ਟਾਈਮਜ਼ ਨੂੰ ਸਟੂਡੈਂਟਸ ਇਹ ਅਵਾਰਡ ਹੈ ਮਿਲਿਆ ਹੈ ਜੀ ਠੀਕ ਹੈ ਤਾਂ ਸਟੂਡੈਂਟਸ ਵੈਰੀ ਵੈਰੀ ਇੰਪੋਰਟੈਂਟ ਇਹ ਤਿੰਨੇ ਕੁਐਸਚਨਸ ਨੇ ਫਲੋਇਡ ਦਾ ਜੋ ਮੁੱਦਾ ਹੈ ਕਾਫੀ ਵੱਡਾ ਮੁੱਦਾ ਸੀ ਜਿਵੇਂ ਇੱਥ ਉੱਥੇ ਰੰਗ ਦੇ ਆਧਾਰ ਤੇ ਹੈ ਸਟੂਡੈਂਟਸ ਇਹ ਮੁੱਦੇ ਉੱਠ ਜਾਂਦੇ ਨੇ ਅਤੇ ਲਾਸਟ ਇਅਰ ਬਹੁਤ ਵੱਡਾ ਮੁੱਦਾ ਸੀ ਲਾਇਰ ਦਾ ਉਸ ਨੂੰ ਕਵਰ ਕਰਨ ਵਾਲਾ ਪੱਤਰਕਾਰ ਸੀ ਡੈਰਨੀਲਾ ਫਰੇਜ਼ਰ ਜੀ ਠੀਕ ਹੈ ਫਿਰ ਉਸ ਤੋਂ ਬਾਅਦ ਸਟੂਡੈਂਟਸ ਸੌਖੇ ਪ੍ਰਸ਼ਨ ਤੇ ਚੱਲਦੇ ਆਂ ਜੀ ਠੀਕ ਹੈ ਸਿੰਪਲ ਕੁਐਸਚਨ ਤੇ ਚੱਲਦੇ ਆਂ ਕਿ ਸਟੂਡੈਂਟਸ ਦੱਸਣਾ ਹੈ ਜੀ ਇਹ ਹੈਨਰੀ ਮੈਰੀ ਡੌਨਡਰਾ ਠੀਕ ਹੈ ਇਹ ਕਿਸ ਕੰਟਰੀ ਦੇ ਪ੍ਰਾਈਮ ਮਿਨਿਸਟਰ ਬਣੇ ਨੇ ਹੈਨਰੀ ਮੈਰੀ ਡੋਂਡਰਾ ਠੀਕ ਹੈ ਅਪਾਇੰਟਡ ਐਸ ਦਾ ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ ਤਾਂ ਸਟੂਡੈਂਟਸ ਇਹ ਜੋ ਬਣੇ ਨੇ ਇੱਕ ਅਫਰੀਕਨ ਕੰਟਰੀ ਹੈ ਸਟੂਡੈਂਟਸ ਸੈਂਟਰਲ ਅਫਰੀਕਨ ਰਿਪਬਲਿਕਨ ਤਾਂ ਉਸ ਦੇ ਜੋ ਨਵੇਂ ਜੋ ਹੈ ਪ੍ਰਧਾਨ ਮੰਤਰੀ ਬਣੇ ਨੇ ਜੀ ਠੀਕ ਹੈ ਤਾਂ ਪਹਿਲਾਂ ਉੱਥੇ ਇਹ ਫਾਈਨਾਂਸ ਮਿਨਿਸਟਰ ਹੋਇਆ ਕਰਦੇ ਸੀ ਹੈਨਰੀ ਮੈਰੀ ਸਟੂਡੈਂਟਸ ਇਸ ਬਾਰੇ ਮੈਂ ਥੋੜੀ ਜੀ ਚਰਚਾ ਕਰ ਰਿਹਾ ਲੇਕਿਨ ਜਲਦੀ ਨਾਲ ਤੁਸੀਂ ਮੈਨੂੰ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਦਾ ਨਾਮ ਵੀ ਦੱਸ ਦਿਓ ਠੀਕ ਹੈ बार-बार रिवाइज ਹੁੰਦਾ ਹੈ ਤਾਂ ਸਟੂਡੈਂਟਸ ਇਹ ਭੁੱਲਦੇ ਨਹੀਂ ਇੱਕ ਵਾਰ ਲਿਖ ਕੇ ਦੱਸ ਦਿਓ ਜਲਦੀ ਨਾਲ ਠੀਕ ਹੈ ਮੂੰਹ ਨਾਲ ਬੋਲ ਵੀ ਦੇਣਾ ਤਾਂ ਇਹ সেন্ট্রਲ আফ্রিকਨ ਰਿਪਬਲਿਕ ਹੈ ਸਟੂਡੈਂਟਸ ਠੀਕ ਹੈ ਜਿਸ ਦੀ ਜੋ ਜੋ ਪ੍ਰੈਜ਼ੀਡੈਂਟ ਨੇ ਉਹਨੇ ਫੌਸਟਨ ਅਰ ਚਾਂਗੇ ਠੀਕ ਹੈ ਅਤੇ ਇਸ ਕੰਟਰੀ ਦੀ ਜੋ ਸਟੂਡੈਂਟਸ ਜੋ ਛੋਟਾ ਜਿਹਾ ਕੰਟਰੀ ਹੈ ਇਸ ਦੀ ਕੈਪੀਟਲ ਹੈ ਬੈਂਗੁਆਈ ਤਾਂ ਸਟੂਡੈਂਟਸ ਇਸ ਦੇ ਨਵੇਂ ਜੋ ਪ੍ਰਧਾਨ ਮੰਤਰੀ ਬਣੇ ਨੇ ਇੱਥੋਂ ਦੇ ਪੁਰਾਣੇ ਫਾਈਨਾਂਸ ਮਿਨਿਸਟਰ ਹੈਨਰੀ ਮੈਰੀ ਡੋਂਡਰਾ ਜੀ ਬਣੇ ਨੇ ਸਟੂਡੈਂਟ ਠੀਕ ਹੈ ਤਾਂ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਅਤੇ ਮੈਨੂੰ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਵੀ ਤੁਸੀਂ ਦੱਸ ਦਿੱਤੇ ਨੇ ਥੈਟ ਇਜ਼ ਦਾ ਨਫਤਾਲੀ ਬੈਨੀਟ ਹਾਂਜੀ ਬਾਕੀ ਸਾਰੇ ਸਟੂਡੈਂਟਸ ਦੱਸਣ ਠੀਕ ਹੈ ਜੀ ਸਾਰੇ ਦੇ ਸਾਰੇ ਸਟੂਡੈਂਟਸ ਦੱਸਣ ਅਤੇ ਸਟੂਡੈਂਟਸ ਠੀਕ ਹੈ ਥੋੜਾ ਜਿਹਾ ਐਕਸਾਈਟਮੈਂਟ ਠੀਕ ਹੈ ਥੋ ਸਟੂਡੈਂਟਸ ਮੈਂ ਇੱਥੇ ਵਾਦਾ ਕਰਦਾ ਹਾਂ ਕਿ YouTube ਦੇ ਉੱਪਰ ਹੈ ਇਸ ਤਰ੍ਹਾਂ ਦੇ ਕਰੰਟ ਅਫੇਅਰ ਕਰਾਉਂਗਾ ਕਿ ਜਦੋਂ ਤੁਸੀਂ ਪੰਜਾਬ ਦਾ ਕੋਈ ਵੀ ਪੇਪਰ ਦੇਣ ਜਾਓਗੇ ਠੀਕ ਹੈ ਚਾਹੇ ਉਹ ਪਟਵਾਰੀ ਹੈ ਨੈਤ ਤਸਿਲਦਾਰ ਹੈ ਤੁਹਾਡੇ ਕਰੰਟ ਅਫੇਅਰ ਨਹੀਂ ਚਾਹੇ ਉਹ 5 ਨੰਬਰ ਦੇ ਹੋਣ ਚਾਹੇ ਉਹ 10 ਨੰਬਰ ਦੇ ਹੋਣ ਤੁਹਾਡੇ ਕਰੰਟ ਅਫੇਅਰ ਨਹੀਂ ਖਤਮ ਹੋਣ ਦਿੰਦੇ फुल वा फुल है जो थोड़े जो मार्क्स है लैके आओगे जो तो तुम स्टूडेंट्स पूरे पूरे जो मेरे करंट अफेयर के जो कवरेज है जो यूट्यूब सैशन ने तुम तो देख लो तो बाद मैं अपने सैशनज़ में इनक्रीज़ भी कराँगा लेकिन जरूरी है कि तीन तो लगातार बने रहो कंसिस्टेंट बने रहो स्टूडेंट्स ठीक है जी हाँ जी वेरी वेरी इंपॉर्टेंट जी फिर अगला क्वेश्चन स्टूडेंट्स नैक्सट क्वेश्चन है नाइनथ ठीक है क्वेश्चन इज़ ਅਪਾਇੰਟਡ ਐਸ ਦਾ ਵੈਰੀ ਇੰਪੋਰਟੈਂਟ ਸਟੂਡੈਂਟਸ ਤੁਸੀਂ ਦੋ ਤਿੰਨ ਦਿਨ ਪਹਿਲਾਂ ਮੈਂ ਤੁਹਾਨੂੰ ਦੱਸਿਆ ਵੀ ਸੀ ਠੀਕ ਹੈ ਜੀ ਤਾਂ ਚੀਫ ਦਾ ਕੈਬਿਨੇਟ ਠੀਕ ਹੈ ਦੋ 76ਵਾਂ 66th ਜੋ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਸੈਸ਼ਨ ਹੋ ਰਿਹਾ ਸਟੂਡੈਂਟਸ ਠੀਕ ਹੈ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਇਸ ਦੇ ਪ੍ਰੈਜ਼ੀਡੈਂਟ ਦੇ ਤੌਰ ਤੇ ਕਿਸ ਨੂੰ ਚੁਣਿਆ ਗਿਆ ਜੇ ਤੁਹਾਡੇ ਯਾਦ ਹੋਏਗਾ ਤਾਂ ਮਾਲਦੀਵਸ ਨਾਲ ਜੁੜੇ ਇਹ ਪਰਸਨੈਲਿਟੀ ਸੀ ਜਿਸ ਨੂੰ ਚੁਣਿਆ ਗਿਆ ਅਤੇ ਉਹਨਾਂ ਨੇ ਸਟੂਡੈਂਟਸ ਇਸ ਦਾ ਜੋ ਚੀਫ ਦੀ ਕੈਬਿਨੇਟ ਹੈ ਚੀਫ ਦੀ ਕੈਬਿਨੇਟ ਦਾ ਮਤਲਬ ਹੈ ਕਿ ਇਸ ਦੇ ਜੋ ਹੋਸਟ ਜੋ ਕਰੇਗਾ ਠੀਕ ਹੈ ਇਸ ਦੇ ਵਿੱਚ ਜੋ ਪ੍ਰਮੁੱਖ ਜੋ ਭੂਮਿਕਾ ਨਵਾਏਗਾ ਇਸ 60 76 ਸੈਸ਼ਨ ਦੇ ਵਿੱਚ ਨਾਈਟਰ ਨੇਸ਼ਨ ਦਾ ਜੋ 2021 ਦੇ ਵਿੱਚ 76 ਸੈਸ਼ਨ ਹੋਏਗਾ ਉਸ ਦਾ ਜੋ ਚੀਫ ਦੀ ਕੈਬਿਨੇਟ ਦਾ ਮਤਲਬ ਹੁੰਦਾ ਹੈ ਕਿ ਜੋ ਜੋ ਪ੍ਰਮੁੱਖ ਭੂਮਿਕਾ ਹੈ ਜੋ ਸਾਰੇ ਅਰੇਂਜਮੈਂਟਸ ਲਈ ਹੈ ਰਿਸਪੋਨਸਿਬਲ ਹੋਏਗਾ ਤਾਂ ਉਹ ਵੀ ਇੱਕ ਇੰਡੀਅਨ ਹੈ ਜੀ ਸਟੂਡੈਂਟਸ ਇਸ ਦਾ ਜੋ ਸਹੀ ਆਨਸਰ ਹੈ ਜੀ ਠੀਕ ਹੈ ਉਹ ਹੈ ਕਾਕਾ ਨੂਰ ਨਗਰਾਜ ਨਾਇਡੂ ਠੀਕ ਹੈ ਜੀ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਸਟੂਡੈਂਟਸ ਠੀਕ ਹੈ ਜੀ ਤਾਂ ਸਟੂਡੈਂਟਸ ਇੱਥੇ ਜੋ ਮੈਂ ਤੁਹਾਨੂੰ ਕੁਐਸਚਨ ਪੁੱਛਿਆ ਸੀ ਬਲਵਿੰਦਰ ਕੌਰ ਨੇ ਬਿਲਕੁਲ ਸਹੀ ਆਨਸਰ ਦਿੱਤਾ ਹੈ ਤਾਂ ਸਟੂਡੈਂਟਸ ਫੋਰਨ ਮਿਸਟਰ ਨੇ ਮਾਲਦੀਵ ਦੇ ਅਬਦੁੱਲਾ ਸ਼ਾਹੀਦ ਉਹਨਾਂ ਨੂੰ ਪ੍ਰੈਜ਼ੀਡੈਂਟ ਬਣਾਇਆ ਗਿਆ ਹੈ ਇਸ ਸੈਸ਼ਨ ਦਾ ਠੀਕ ਹੈ ਅਤੇ ਸਟੂਡੈਂਟਸ ਉਹਨਾਂ ਨੇ ਇੰਡੀਅਨ ਡਿਪਲੋਮੈਟ ਠੀਕ ਹੈ ਕਾਕਾਨੂਰ ਨਾਗਰਾਜ ਨਾਇਡੂ ਤੁਸੀਂ ਸਿਰਫ ਨਾਇਡੂ ਵੀ ਯਾਦ ਰੱਖ ਲਓ ਠੀਕ ਹੈ ਜੀ ਨਾਗਰਾਜ ਨਾਇਡੂ ਉਹਨਾਂ ਨੂੰ ਸਟੂਡੈਂਟਸ ਜੋ ਹੈ ਚੀਫ ਦੀ ਕੈਬਨਿਟ ਹੈ ਦੇ ਅਹੁਦੇ ਤੇ ਹੈ ਜੋ ਹੈ ਅਪੁਆਇੰਟ ਕੀਤਾ ਹੈ ਦੋਨੋਂ ਹੀ ਵਰਡਸ ਇੰਪੋਰਟੈਂਟ ਨੇ ਸਟੂਡੈਂਟਸ ਨਾ ਠੀਕ ਹੈ ਇੰਡੀਆ ਦੀ ਤਰਫ ਤੋਂ ਇਹ ਜੋ ਨਾਗਰਾਜ ਨਾਇਡੂ ਅਤੇ ਮਾਲਦੀਵਸ ਦੇ ਨੇ ਅਬਦੁੱਲਾ ਸ਼ਾਹੀ ਜੋ ਉਹਨੇ ਫੋਰਨ ਮਿਨਿਸਟਰ ਨੇ ਠੀਕ ਹੈ ਇਸ ਸਾਲ ਦਾ ਜੋ ਸੈਸ਼ਨ ਹੈ ਸਟੂਡੈਂਟਸ ਆਮ ਤੌਰ ਤੇ ਇਹ ਜੋ ਸੈਸ਼ਨਸ ਨੇ ਸਪਟੰਬਰ ਜਾਂ ਅਕਤੂਬਰ ਦੇ ਮਹੀਨੇ ਦੇ ਵਿੱਚ ਹੁੰਦੇ ਨੇ ਠ ਫਾਊਂਡੇਸ਼ਨ ਡੇ ਵੀ ਹੁੰਦਾ ਹੈ 24 ਅਕਤੂਬਰ ਨੂੰ 1945 ਦੇ ਵਿੱਚ ਬਣਿਆ ਸੀ ਸਟੂਡੈਂਟਸ ਤੇ ਇਸ ਸਾਲ ਇਸ ਦਾ ਇਹ ਜੋ 76th ਸੈਸ਼ਨ ਹੈ ਉਹ ਹੋਏਗਾ ਸਟੂਡੈਂਟਸ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਅਗਲਾ ਜੋ ਕੁਐਸਚਨ ਹੈ 10ਵਾਂ ਕੁਐਸਚਨ World Day Against ਚਾਈਲਡ ਲੇਬਰ ਠੀਕ ਹੈ ਜੀ World Day Against Child Labor ਤਾਂ ਸਟੂਡੈਂਟਸ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਹ ਜੋ World Day Against Child Labor ਹੈ ਕਦੋਂ ਹੁੰਦਾ ਹੈ ਠੀਕ ਹੈ ਤਾਂ ਸਟੂਡੈਂਟਸ ਇਸ ਦਾ ਜੋ ਥੀਮ ਹੈ ਇਸ ਸਾਲ ਕਦੋਂ ਜੋ ਥੀਮ ਹੈ ਕੀ ਅਬਜ਼ਰਵ ਕਰਾਇਆ ਗਿਆ ਠੀਕ ਹੈ ਐਸੀ ਮੇਰੇ ਪ੍ਰਸ਼ਨ ਉੱਤਰ ਮੇਰੇ ਪੈਸ਼ਨ ਦੇ ਵਿੱਚ ਹੀ ਹੈ ਸਟੂਡੈਂਟਸ 12 ਜੂਨ ਨੂੰ ਹੈ ਠੀਕ ਹੈ ਅਬਜ਼ਰਵ ਕਰਾਇਆ ਜਾਂਦਾ ਹੈ World Day Against Child Labor ਠੀਕ ਹੈ ਤਾਂ ਸਟੂਡੈਂਟਸ ਇਸ ਸਾਲ ਦਾ ਜੋ ਥੀਮ ਹੈ ਉਹ ਮੈਨੂੰ ਜਲਦੀ ਨਾਲ ਤੁਸੀਂ ਦੱਸੋ ਜੀ ਠੀਕ ਹੈ ਅਤੇ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ World Blood Donation Day ਠੀਕ ਹੈ ਇਹ ਕੱਲ ਸੀ 14 ਜੂਨ ਨੂੰ ਸੀ ਸਟੂਡੈਂਟਸ World Blood Donation Day ਠੀਕ ਹੈ ਤਾ ਬੜੀ ਜਲਦੀ ਹੈ ਸਟੂਡੈਂਟਸ ਬੜੇ ਇੰਪੋਰਟੈਂਟ ਡੇਜ਼ ਨੇ ਜੋ ਜੂਨ ਦੇ ਵਿੱਚ ਠੀਕ ਹੈ ਉਹ ਸਾਰੇ ਦੇ ਸਾਰੇ ਤੁਸੀਂ ਯਾਦ ਰੱਖਣੇ ਨੇ ਜੀ ਠੀਕ ਹੈ ਅਤੇ ਇਸ ਦਾ ਸਟੂਡੈਂਟਸ ਜੋ ਥੀਮ ਹੈ ਠੀਕ ਹੈ ਦੈਟ ਇਜ਼ ਦਾ ਐਕਟ ਨਾਓ ਐਂਡ ਚਾਈਲਡ ਲੇਬਰ ਠੀਕ ਹੈ ਜੀ ਵੈਰੀ ਵੈਰੀ ਇੰਪੋਰਟੈਂਟ ਐਕਟ ਨਾਓ एंड चाइल्ड लेबर स्टूडेंट्स और इस् स्टूडेंट्स जो है फोकस करता है ठीक कर है जो ऑबजर्व करता है ठीक है वो यूनैसको जो है ऑबजर्व करता यूनाइटेड नेशन ने वैसे डिकलेयर किया है लेकिन इसके ऊपर जो यूनीसैफ यूनैसको वर्गिया ऑर्गनाइजेशन भी काफ़ी कम करनी ने स्टूडेंट्स ठीक है तो वेरी वेरी इंपोर्टेंट क्वेश्चन स्टूडेंट्स दसवें ठीक है बारह जून अ थीम है एक्ट नाउ एंड चाइल्ड लेबर स्टूडेंट ठीक है जी तो स्टूडेंट्स बहुत ही ਇੰਪੋਰਟੈਂਟ ਏ 10 ਕੁਐਸਚਨ ਸੀ ਠੀਕ ਹੈ ਇਹਨਾਂ ਬਾਰੇ ਹੈ ਇੱਕ ਵਾਰ ਲਾਸਟ ਵਿੱਚ ਤੁਹਾਨੂੰ ਪਤਾ ਹੈ ਮੈਂ ਰਿਵੀਜ਼ਨ ਤਾਂ ਜ਼ਰੂਰ ਕਰਵਾਉਣਾ ਹੈ ਠੀਕ ਹੈ ਵੈਸੇ ਬਹੁਤ سارے ਸਟੂਡੈਂਟਸ ਚਲੇ ਜਾਂਦੇ ਨੇ ਲੇਕਿਨ ਸਟੂਡੈਂਟਸ ਮੈਂ ਇੱਕ ਵਾਰ ਜ਼ਰੂਰ ਤੁਹਾਨੂੰ ਕਹਾਂਗਾ ਤੁਹਾਡੇ ਫਾਇਦੇ ਲਈ ਕਿ ਲਾਸਟ ਦਾ 1 ਮਿੰਟ ਨਹੀਂ ਦੇਖਿਆ ਤਾਂ ਕੁਝ ਵੀ ਨਹੀਂ ਦੇਖਿਆ ਠੀਕ ਹੈ ਤਾਂ 1 ਮਿੰਟ ਇਹ ਲਾਸਟ ਦਾ 1 ਮਿੰਟ ਜ਼ਰੂਰ ਦੇਖ ਕੇ ਜਾਇਆ ਕਰੋ ਇਹ ਬੜਾ ਇੰਪੋਰਟੈਂਟ ਹੈ ਲੇਕਿਨ ਉਸ ਤੋਂ ਪਹਿਲਾਂ ਸਟੂਡੈਂਟਸ ਠੀਕ ਹੈ ਲਾਸਟ ਦੇ ਵਿੱਚ ਵੀ ਕੋਈ ਇੱਕ ਜੋ ਇਸ ਸੈਸ਼ਨ ਦੇ ਜੋ ਅੰਤ ਹੈ ਉਹ ਵੀ ਇੱਕ ਸੋਨੇ ਜੇ ਵਿਚਾਰ ਨਾਲ ਕਰ ਲੈਣੇ ਸਟੂਡੈਂਟਸ ਕਿਉਂਕਿ ਬੈਸ ਪ੍ਰੇਪਰੇਸ਼ਨ ਫॉर ਦਾ ਫਿਊਚਰ ਇਜ਼ ਅ ਵੈਲ ਸਪੈਂਡਿੰਗ ਸਟੂਡੈਂਟਸ ਹਮੇਸ਼ਾ ਕਿਹਾ ਜਾਂਦਾ ਹੈ ਕਿ ਪ੍ਰੈਜ਼ੈਂਟ ਦੇ ਵਿੱਚ ਰਹੋ ਕਿਉਂਕਿ ਅੱਜ ਜੇ ਤੁਸੀਂ ਆਪਣੀ ਬੈਸਟ ਪ੍ਰੈਪਰੇਸ਼ਨ ਕੀਤੀ ਹੈ ਬੈਸਟ ਜੋ ਹੈ ਮਿਹਨਤ ਕੀਤੀ ਹੈ ਤਾਂ ਤੁਹਾਡਾ ਫਿਊਚਰ ਵੀ ਹਮੇਸ਼ਾ ਬੈਸਟ ਹੋਏਗਾ ਜੇ ਤੁਹਾਨੂੰ ਲੱਗਦਾ ਹੈ ਕਿ ਅੱਜ ਤੁਸੀਂ ਬੈਸਟ ਜੋ ਹੈ ਕੰਟੈਂਟ ਪੜਿਆ ਹੈ ਬੈਸਟ ਟੀਚਰ ਤੋਂ ਪੜਿਆ ਹੈ ਤਾਂ ਸਟੂਡੈਂਟਸ ਜੋ ਫਿਊਚਰ ਹੋਣ ਵਾਲਾ ਹੈ ਥੋੜਾ ਜੋ ਫਿਊਚਰ ਵੀ ਬੈਸਟ ਹੀ ਹੋਣ ਵਾਲਾ ਹੈ ਠੀਕ ਹੈ ਤਾਂ ਸਟੂਡੈਂਟਸ ਇਸ ਜੋ ਸੋਹਣੇ ਜਿਹੇ ਵਿਚਾਰ ਨਾਲ ਹੈ ਠੀਕ ਹੈ ਸ਼ੁਰੂਆਤ ਵੀ ਕੀਤੀ ਸੀ ਅਤੇ ਖਤਮ ਵੀ ਕਰ ਰਹੇ ਹਾਂ ਲੇਕਿਨ ਰਿਵੀਜ਼ਨ ਜ਼ਰੂਰੀ ਹੈ ਰਿਵੀਜ਼ਨ ਨਹੀਂ ਕੀਤੀ ਤਾਂ ਕੁਝ ਨਹੀਂ ਕੀਤਾ ਸਟੂਡੈਂਟਸ ਰਿਵੀਜ਼ਨ ਬੜਾ ਇੰਪੋਰਟੈਂਟ ਹੈ ਤਾਂ ਮੈਂ ਜਲਦੀ ਨਾਲ ਇੱਕ ਵਾਰ ਰਿਵੀਜ਼ਨ ਕਰਾ ਦਿੰਦਾ ਜੀ ਠੀਕ ਹੈ ਜੀ ਤਾਂ ਪਹਿਲਾ ਕੁਐਸਚਨ ਹੋ ਰਹੀ ਹੈ ਅੰਡੋਮਾਨ ਸੀ ਦੇ ਵਿੱਚ ਹੋ ਰਹੀ ਹੈ ਸਟੂਡੈਂਟਸ ਦੂਜਾ ਐ AIDS ਨੂੰ ਖਤਮ ਕਰਨ ਬਾਰੇ ਜੋ ਜੋ ਇਅਰ ਫਿਕਸ ਕੀਤਾ ਹੈ ਨਾਈਸ਼ਨ ਜਨਰਲ ਅਸੈਂਬਲੀ ਨੇ ਇਹ 2030 ਕੀਤਾ ਸਟੂਡੈਂਟਸ ਠੀਕ ਹੈ 2030 ਫਿਰ ਅਗਲਾ ਜੋ ਕੁਐਸਚਨ ਹੈ ਸਟੂਡੈਂਟਸ ਕੀ ਜੋ ਹோம் ਪ੍ਰਾਈਸ ਇੰਡੈਕਸ ਦੇ ਵਿੱਚ ਜੋ ਭਾਰਤ ਦਾ ਜੋ ਰੈਂਕ ਹੈ ਠੀਕ ਹੈ ਜਿੱਥੇ ਨੰਬਰ 1 터ਕੀ ਹੈ ਉਹ 55th ਹੈ ਸਟੂਡੈਂਟਸ ਫਿਰ ਸਟੂਡੈਂਟਸ ਜੋ ਜੋ ATM ਦੇ ਉੱਪਰ ਜੋ ਕਮੇਟੀ ਬਣੀ ਹੈ ਸਟੂਡੈਂਟਸ VG ਕਨਨ ਕਮੇਟੀ ਬਣੀ ਹੈ ਜਿਸ ਦੇ ਅਕੋਰਡਿੰਗ ਹੁਣ ਇਹ ਜੋ ਚਾਰजेस ਨੇ ਸਟੂਡੈਂਟਸ ਜੇ ਤੁਸੀਂ 5 ट्रांजैक्शंस ਕਰਦੇ ਹੋ ਉਹ ਫ੍ਰੀ ਹੋਣਗੇ ਆਪਣੀ ATM ਦੇ ਵਿੱਚ ਅਤੇ ਦੂਜੀ ATM ਨੂੰ ਯੂਜ਼ ਕਰਦੇ ਹੋ ਤਾਂ ਉੱਥੇ ਸਟੂਡੈਂਟਸ ਤੁਹਾਡੇ 17 ਰੁਪਏ ਲੱਗਣਗੇ ਨੋਨ ਫਾਈਨੈਂਸ਼ੀਅਲ ट्रांजैक्शन ਲਈ ਤੁਹਾਡੇ 6 ਰੁਪਏ ਲੱਗਣਗੇ ਸਟੂਡੈਂਟਸ ਅਤੇ ਜੋ ਸਟੂਡੈਂਟਸ ਇਸ ਤੋਂ ਇਲਾਵਾ ਜ ਜੋ ਗੱਲ ਕਰੀ ਤੇ ਪੰਜ ट्रांजैक्शंस ऑलरेडी ਮੈਂ ਤੁਹਾਨੂੰ ਦੱਸ ਚੁੱਕੇ ਆ ਤੁਹਾਡੇ ਆਪਣੇ ਬੈਂਕ ਦੇ ਵਿੱਚ ਬਿਲਕੁਲ ਫ੍ਰੀ ਆਫ ਕੋਸਟ ਹੋਣਗੀਆਂ ਉਸ ਤੋਂ ਇਲਾਵਾ ਸਟੂਡੈਂਟਸ ਕਵਚ ਪਰਸਨਲ ਲੋਨ ਕਵਚ ਪਰਸਨਲ ਲੋਨ ਨਾਮ ਦੀ ਇੱਕ ਸਕੀਮ ਲਾਂਚ ਕੀਤੀ ਹੈ ਸਟੇਟ ਬੈਂਕ ਆਫ ਇੰਡੀਆ ਨੇ ਜਿੱਥੇ ਤੁਸੀਂ ਜੋ ਹੈ ਜਿੱਥੇ ਤੁਸੀਂ ਸਟੂਡੈਂਟਸ 5 ਲੱਖ ਤੱਕ ਦਾ ਜੋ ਲੋਨ ਹੈ ਬਿਲਕੁਲ ਸਕਿਉਰਿਟੀ ਫ੍ਰੀ ਲੈ ਸਕਦੇ ਹੋ ਅਤੇ ਇਹ ਲੋਨ ਕੋਵਿਡ ਦੇ ਟ੍ਰੀਟਮੈਂਟ ਲਈ ਹੈ ਸਟੇਟ ਬੈਂਕ ਆਫ ਇੰਡੀਆ ਪ੍ਰੋਵਾਈਡ ਕਰੇਗਾ ਫਾਈਨੈਂਸ਼ੀਅਲ 21 ਦੇ ਵਿੱਚ ਸਟੂਡੈਂਟਸ ਸਭ ਤੋਂ ਜੋ ਬੈਸਟ ਬੈਂਕ ਹੈ ਜਿਸ ਨੇ ਲੋਨਸ ਅਤੇ ਜੋ ਡਿਪੋਜ਼ਿਟ ਦੇ ਵਿੱਚ ਗਰੋਥ ਰੇਟ ਅਚੀਵ ਕੀਤੀ ਹੈ 댓 ਇਜ਼ ਦਾ ਬੈਂਕ ਆਫ ਮਹਾਰਾਸ਼ਟra ਜੀ ਠੀਕ ਹੈ ਫੇ ਸਟੂਡੈਂਟਸ ਪੋਲਿਟਿਜ਼ਰ ਪ੍ਰਾਈਜ਼ ਬਾਰੇ ਬੜਾ ਇੰਪੋਰਟੈਂਟ ਸੀ ਕਿ ਜੋ ਸਭ ਤੋਂ ਬੈਸਟ ਨਿਊਜ਼ਪੇਪਰ ਹੈ ਉਹ ਨਿਊਯਾਰਕ ਟਾਈਮਜ਼ ਨੂੰ ਮਿਲਿਆ ਇਸ ਤੋਂ ਇਲਾਵਾ ਸਟੂਡੈਂਟਸ ਜੋ ਨਾਈਟ ਵਾਚਮੈਨ ਬੁੱਕ ਸਟੇਸ਼ਨ ਜੋ ਅਵਾਰਡ ਹੈ ਉਹ ਫਲੌਇਡ ਨੂੰ ਕਵਰ ਕਰ ਲਈ ਡਾਰਨਲਾ ਫਲੇਜ਼ਰ ਨੂੰ ਮਿਲਿਆ ਇਹ ਨਾਮ ਯਾਦ ਰੱਖਣੇ ਨੇ ਸਟੂਡੈਂਟਸ ਯਾਦ ਰੱਖਣਾ ਇਹ ਨਾਮ ਨਹੀਂ ਭੁੱਲਣੇ ਤੁਸੀਂ ਫਿਰ ਇਹ ਜੋ ਮਾਰੀਆ ਡੋਂਰਾ ਹੈ ਇਹ ਜੋ ਹੈ ਸੈਂਟਰਲ ਅਫਰੀਕਨ ਪਬਲਿਕ ਦੇ ਨਵੇਂ ਜੋ ਸਟੂਡੈਂਟਸ ਪ੍ਰਾਈਮ ਮਿਨਿਸਟਰ ਬਣੇ ਨੇ ਠੀਕ ਹੈ ਨੋਵਾ ਕੁਐਸਚਨ ਸੀ ਕਿ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਜੋ ਪ੍ਰੈਜ਼ੀਡੈਂਟ ਬਣੇ ਨੇ ਜੀ ਜਿਨ੍ਹਾਂ ਦਾ ਨਾਮ ਹੈ ਅਬਦੁੱਲਾ ਸ਼ਾਹਿਦ ਉਹਨਾਂ ਨੇ ਇੰਡੀਅਨ ਜੋ origin ਨੇ ਕਾਕਾਨੂਰ ਨਾਗਰਾਜ ਨਾਇਡੂ ਉਹਨਾਂ ਨੂੰ ਸਟੂਡੈਂਟਸ ਹੈ ਚੀਫ ਦੀ ਕੈਬਿਨੇਟ ਹੈ ਚੁਣਿਆ ਗਿਆ ਹੈ ਯੂਨਾਈਟਿਡ ਨੇਸ਼ਨ ਦਾ ਅਤੇ ਸਟੂਡੈਂਟਸ 12 ਜੂਨ ਨੂੰ ਅਸੀਂ ਅਬਜ਼ਰਵ ਕਰਦੇ ਹਾਂ ਵਰਲਡ ਡੇ ਅਗੇਂਸਟ ਚਾਈਲਡ ਲੇਬਰ ਤਾਂ ਇਸ ਦਾ ਜੋ ਥੀਮ ਹੈ ਸਟੂਡੈਂਟਸ ਦੈਟ ਇਜ਼ ਦਾ ਐਕਟ ਨਾਓ ਐਕਟ ਚਾਈਲਡ ਨਾਓ ਠੀਕ ਹੈ ਤਾਂ ਸਟੂਡੈਂਟਸ ਥਿਸ ਇਜ਼ ਦਾ ਥੀਮ ਅਤੇ ਸਟੂਡੈਂਟਸ ਇਸੇ ਨਾਲ ਹੀ ਅੱਜ ਦਾ ਜੋ ਕਰੰਟ ਅਫੇਅਰ ਹੈ ਖਤਮ ਹੁੰਦਾ ਮੈਂ ਉਮੀਦ ਕਰਦਾ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਸਿੱਖਣ ਨੂੰ ਮਿਲਿਆ ਹੋਵੇਗਾ ਬਹੁਤ ਕੁਝ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਆਪਣਾ ਜੋ ਬੈਸਟ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਤੁਹਾਡਾ ਜੋ ਰਿਜ਼ਲਟ ਵੀ ਬੈਸਟ ਆ ਸਕੇ ਠੀਕ ਹੈ ਥੈਂਕ ਯੂ ਵੈਰੀ ਮਚ ਸਟੂਡੈਂਟਸ